ਪਿਆਰੀ ਸਾਥ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਨੇ فرمایا ਹੈ ਕਿ ਗੁਰਸਿੱਖੀ ਬਾਰੀਕ ਹੈ ਸਿਲ ਚਟਣ ਫਿੱਕੀ ਪਿੱਖੇ ਖੰਡੇ ਧਾਰ ਹੈ ਉਹ ਵੱਲ ਹੋ ਨਿੱਕੀ ਗੁਰਸਿੱਖੀ ਜਿਹੜੀ ਹੈ ਇਤਨੀ ਜਿਹੜੀ ਹੈ ਬਾਰੀਕ ਹੈ ਤੇ ਖੰਡੇ ਦੇ ਧਾਰ ਨਾਲੋਂ ਵੀ ਜਿਹੜੀ ਹੈ ਛੋਟੀ ਹੈ ਉਨਿਓਂ ਹੀ ਬਰੀਕ ਹੈ ਦੇਖੋ ਖੰਡੇ ਦੇ ਧਾਰ ਛੋਟੀ ਹੁੰਦੀ ਹੈ ਪਰ ਖੰਡੇ ਦੀ ਧਾਰ ਦੇ ਉੱਤੇ ਚਲਦਿਆਂ ਚਲਦਿਆਂ ਇੱਕ ਤਾਂ ਉਹ ਬਰੀਕ ਹੈ ਦੂਸਰੀ ਉਸ ਦੇ ਚਲਦਿਆਂ ਚਲਦਿਆਂ ਉਹ ਕੱਟਦੀ ਵੀ ਹੈ ਦੇਖੋ ਗੁਰਸਿੱਖੀ ਐਸੀ ਹੈ ਜੋ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਾਉਣ ਵਾਲੀ ਹੈ ਗੁਰਸਿੱਖੀ ਉਹ ਹੈ ਜਿਹਨੂੰ ਕਮਾਉਣ ਕਰਕੇ ਪਰਮੇਸ਼ਰ ਨਾਲ ਜੀਵ ਇੱਕਮਿਕ ਹੋ ਜਾਂਦਾ ਹੈ। ਇਨਸਾਨ ਵਿੱਚ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰਸਿੱਖੀ ਐਸੀ ਹੈ ਜਿਦੇ ਕਮਾਉਣ ਦੇ ਨਾਲ ਜੀਵਨ ਜਿਹੜਾ ਹੈ ਸੰਪੂਰਨ ਹੋ ਜਾਂਦਾ ਹੈ। ਤੇ ਜਦੋਂ ਜੀਵਨ ਸੰਪੂਰਨ ਹੁੰਦਾ ਹੈ ਤੇ ਫੇਰ ਕੁਝ ਬਾਕੀ ਨਹੀਂ ਰਹਿ ਜਾਂਦਾ ਕਿ ਬੰਦੇ ਤੇ ਰੱਬ ਵਿੱਚ ਕੋਈ ਫਰਕ ਰਹਿ ਜਾਵੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਵਾਸਤੇ ਇੱਕ ਸ਼ਰਤ ਰੱਖੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਸਿੱਖੀ ਵਾਸਤੇ ਕੀ ਜ਼ਰੂਰੀ ਹੈ ਕਿ ਮਰਨਾ ਜਿਹੜਾ ਇਹ ਕਬੂਲ ਕਰਨਾ ਜ਼ਰੂਰੀ ਹੈ ਪਹਿਲਾ ਮਰ ਕੇ ਹੀ ਗੁਰਸਿੱਖ ਬਣੀਦਾ ਹੈ ਇਸੇ ਕਰਕੇ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਰ ਮੰਗੇ ਅੰਮ੍ਰਿਤ ਬਾਦ ਵਿੱਚ ਦਿੱਤਾ ਤੇ ਫਿਰ ਜੀਵਨ ਦੀ ਆਸ ਛੱਡ ਦੇਣੀ ਚਾਹੀਦੀ ਹੈ ਜੀਵਨ ਉੱਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ ਦੇਖੋ ਇਹ ਜਿਹੜਾ ਗੁਰੂ ਮਹਾਰਾਜ ਦਾ ਉਪਦੇਸ਼ ਹੈ ਕਿ ਗੁਰ ਗੁਰਸਿੱਖੀ ਜਿਹੜੀ ਹੈ ਜੀਵਨ ਨੂੰ ਪਰਪੱਕ ਕਰਕੇ ਜੀਵਨ ਦਾ ਜਿਹੜਾ ਡੈਸਟੀਨੇਸ਼ਨ ਹੈ 골 ਹੈ ਉਸ ਨੂੰ ਅਚੀਵ ਕਰਨ ਵਿੱਚ ਇਹ ਗੁਰਸਿੱਖੀ ਹੀ ਇੱਕ ਰਸਤਾ ਹੈ ਦੁਨੀਆਂ ਦੇ ਵਿੱਚ ਜਿਹੜਾ ਪਰਮੇਸ਼ਰ ਨਾਲ ਮਿਲਾਉਣ ਵਾਲਾ ਹੈ ਤੇ ਸਤਿਗੁਰੂ ਜੀ ਆਪ ਫਰਮਾਉਂਦੇ ਹਨ ਹੋ ਹੋ ਸਬਨਾ ਕੀ ਰੇਣਕਾ ਤੇ ਨਿਮਰਤਾ ਵੀ ਇੰਨੀ ਹੋਣੀ ਚਾਹੀਦੀ ਹੈ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਯੂ ਹੈਵ ਟੂ ਬੀ ਦਾ ਡਸਟ ਆਫ ਦਾ ਫੀਟ ਉਹ ਚਰਨਾਂ ਦੀ ਧੂੜ ਬਣ ਕੇ ਤਾਂ ਆਓ ਹਮਾਰੇ ਪਾਸ ਗੁਰੂ ਅਰਜਨ ਦੇਵ ਜੀ ਕਹਿੰਦੇ ਤਾਂ ਤੂੰ ਸਾਡੇ ਕੋਲ ਆਉਣਾ ਕਰੀ ਜੇ ਤੂੰ ਇੰਨੀਆਂ ਸ਼ਰਤਾਂ ਨੂੰ ਪਰਪੱਕ ਕਰਕੇ ਇੰਨੀਆਂ ਸ਼ਰਤਾਂ ਨੂੰ ਮੰਨ ਕਰਕੇ ਤਾਂ ਤੂੰ ਸਾਡੇ ਕੋਲ ਆਉਣਾ ਕਰੀ ਇਹ ਗੁਰਸਿੱਖੀ ਜਿਹੜੀ ਹੈ ਐਸੀ ਦੇਖੋ ਗੁਰਸਿੱਖੀ ਦੇ ਵਿੱਚ ਕਿੰਨੇ ਦੁੱਖ ਆਏ ਅਬਦੁੱਲ ਸਮਦ ਜਿਹੜਾ ਸੀਗਾ ਅਬਦੁੱਲ ਸਮਦ ਖਾਨ ਉਹ ਜਿਹੜਾ ਅਬਦੁੱਲ ਸਮਦ ਖਾਨ ਸੀਗਾ ਇਹ ਜਿਹੜਾ ਇੱਕ ਦਿਵਾਨ ਸੀਗਾ ਇਹ ਦਿਵਾਨ ਵੀ ਉਹ ਸਮੇਂ ਦਾ ਸੀ ਜਦੋਂ ਅਰੰਗਜ਼ੈਬ ਨੇ ਜਿਹੜਿਆਂ ਹਨ ਬੜੇ ਜ਼ੁਲਮ ਢੋਣੇ ਕੀਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨੇ ਕੀ ਨਹੀਂ ਕੀਤਾ ਉਦੋਂ ਉਸ ਵੇਲੇ ਦਾ ਇਹ ਅਬਦੁੱਲ ਸਮਦ ਖਾਨ ਜਿਹੜਾ ਸੀਗਾ ਤਾਂ ਇਹਨੇ ਜਿਹੜਾ ਹੈ ਬੜੇ ਰਲ ਕੇ ਅਰੰਗਜ਼ੈਬ ਦੇ ਨਾਲ ਜ਼ੁਲਮ ਟਾਇ ਉਸ ਤੋਂ ਬਾਅਦ ਫਰਖਸ਼ੀਰ ਦੇ ਸਮੇਂ ਉਸ ਤੋਂ ਬਾਅਦ ਬਹਾਦਰ ਸ਼ਾ ਆਉਂਦਾ ਹੈ ਤੇ ਬਹਾਦਰ ਸ਼ਾ ਦਾ ਜਿਹੜਾ ਅੱਗੇ ਪੁੱਤਰ ਫਰਖਸ਼ੀਰ ਆਉਂਦਾ ਹੈ ਫਰਖਸ਼ੀਰ ਦੇ ਸਮੇਂ ਵਿੱਚ ਇਹਨੂੰ ਕਸ਼ਮੀਰ ਤੋਂ ਲਾਹੌਰ ਭੇਜਿਆ ਗਿਆ ਤੇ ਜਦੋਂ ਇਹਨੂੰ ਲਾਹੌਰ ਭੇਜਿਆ ਗਿਆ ਇਹਨੂੰ ਗਵਰਨਰ ਬਣਾਇਆ ਗਿਆ ਲਾਹੌਰ ਸ਼ਹਿਰ ਇਹਦੇ ਸਪੁਰਦ ਕੀਤਾ ਗਿਆ ਤੇ ਇਹੀ ਉਹੀ ਅਬਦੁੱਲ ਸਮਦ ਹੈ ਜਿਨੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੱਛਾ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੋਖੇ ਦੇ ਨਾਲ ਇਹਨੇ ਗੁਰਦਾਸ ਨੰਗਲ ਦੇ ਵਿੱਚ ਗ੍ਰਿਫਤਾਰ ਕੀਤਾ 1716 ਦੇ ਵਿੱਚ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੋਖੇ ਦੇ ਨਾਲ ਇਹਨੇ ਗ੍ਰਿਫਤਾਰ ਕੀਤਾ ਤੇ ਇਹ ਅਬਦੁਲ ਸਮਤ ਹੀ ਹੈ ਜਿਨੇ ਕੇ ਉਸ ਵੇਲੇ ਇੰਨਾ ਜ਼ੁਲਮ ਸਿੱਖਾਂ ਤੇ ਢਾਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕੇ ਲਿਆਂਦਾ ਨਾ ਕਹਿੰਦੇ ਨਾਲ 7 ਜਿਹੜਾ 740 ਸਿੱਖ ਜਿਹੜੇ ਹਨ ਬੰਦੀ ਬਣਾ ਕੇ ਲਿਆਂਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਲਿਆਂਦੇ ਤੇ ਰਸਤੇ ਦੇ ਵਿੱਚ ਜਿੰਨੇ ਪਿੰਡ ਆਏ ਸਿੱਖਾਂ ਨੂੰ ਪਕੜ ਕਰਕੇ ਉਹ ਪਿੰਡਾਂ ਵਿੱਚੋਂ ਇਹਨੇ ਉਹ ਪ੍ਰਿਜ਼ਨਰਾਂ ਦੀ ਲਿਸਟ ਵਿੱਚ ਪਾਉਣੇ ਕੀਤੇ ਫਰਕਚਰ ਨੂੰ ਖੁਸ਼ ਕਰਨ ਵਾਸਤੇ ਕਿ ਮੈਂ ਇੰਨੇ ਸਿੱਖ ਪਕੜ ਕੇ ਲਿਆਂਦੇ ਹਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਤਿਹਾਸ ਕਹਿੰਦਾ ਤਕਰੀਬਨ 200 ਸਿੱਖ ਸੀਗ ਪਰ ਦਿੱਲੀ ਪਹੁੰਚਦਿਆਂ ਤੱਕ 740 740 ਸਿੱਖ ਹੋ ਚੁੱਕਿਆ ਸੀ ਸਿਰਫ ਇੰਨਾ ਹੀ ਨਹੀਂ ਸੀ 2000 ਸਿੱਖਾਂ ਦੇ ਸਿਰ ਦਾ ਹਿੱਟ ਆਫ ਜਿਹੜਾ ਬੀ ਹੈਡਡ ਜਿਹੜੇ ਸਿੱਖਾਂ ਦੇ ਸਿਰ ਸਨ ਉਹ 2000 ਸਪੀਅਰ ਤੇ ਚੱਕ ਕੇ ਮੁਗਲ ਫੌਜ ਲੈ ਕੇ ਆ ਰਹੀ ਸੀਗੀ ਤੀਜਾ ਗੱਡੇ ਜਿਹਦੇ ਕਾਰਟਸ ਹੁੰਦੇ ਹਨ 700 ਕਾਰਟਸ ਜਿਹੜੇ ਹਨ ਸਿੱਖਾਂ ਦੇ ਸਿਰਾਂ ਦੇ ਨਾਲ ਭਰੇ ਪਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਦੇ ਉੱਤੇ ਪਿੰਜਰੇ ਦੇ ਵਿੱਚ ਬੰਦ ਕਰਕੇ ਇਹ ਸਾਰਾ ਜੱchn ਮਨਾਉਂਦੇ ਹੋਏ ਦਿੱਲੀ ਵਿੱਚ ਪਹੁੰਚਦੇ ਹਨ ਦੇ ਮਾਰਚ ਇਨਟੂ ਦਿੱਲੀ ਤੇ ਇਹੀ ਜਿਹੜਾ ਹੈ ਦਿੱਲੀ ਹੀ ਹੈ ਉਹ ਸ਼ਹਿਰ ਜਿਨੇ ਉਹ ਸਮੇਂ ਦੇ ਵਿੱਚ ਇਹ ਜਿਹੜਾ ਹੈ ਆਪਣੀ ਅੱਖੀ ਸਾਰਾ ਦ੍ਰਿਸ਼ਟ ਦੇਖਿਆ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇਹਨਾਂ ਨੇ ਕਹਿਰ ਢਾਉਣਾ ਕੀਤਾ ਤੇ ਹਰ ਰੋਜ਼ 100 ਸਿੱਖਾਂ ਨੂੰ ਜਿਹੜਾ ਹਨ ਉਹਨਾਂ ਦੇ ਦੇਰਾ ਹਨ ਸਿਰ ਲਾਏ ਜਾਂਦੇ ਸਨ ਓਨਲੀ 1 ਕੁਐਸਚਨ ਵਾਸ ਆਸਕ ਉਹਨਾਂ ਨੇ ਸਿਰਫ ਇੱਕ ਸਵਾਲ ਕਰਨਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰਦੇ ਹੋ ਜਾਂ ਮਰਨਾ ਕਬੂਲ ਕਰਦੇ ਹੋ ਸਿੱਖਾਂ ਨੇ ਓਬਵੀਅਸਲੀ ਇਹੀ ਗੱਲ ਕਹੀ ਕਿ ਸਾਨੂੰ ਸਿੱਖੀ ਪਿਆਰੀ ਹੈ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕ ਨਾ ਜਾਵੇ ਸਾਡਾ ਸਿਰ ਭਾਵੇਂ ਚਲਿਆ ਜਾਵੇ ਪਰ ਸਾਡੀ ਸਿੱਖੀ ਨਹੀਂ ਜਾਣੀ ਚਾਹੀਦੀ ਇਤਿਹਾਸ ਇਹ ਗੱਲ ਲਿਖਦਾ ਹੈ ਹਰਾਨਗੀ ਦੇ ਵਿੱਚ ਮੁਸਲਮਾਨਾਂ ਦੀਆਂ ਕਲਮਾਂ ਵੀ ਕੰਬਣ ਲੱਗ ਪੀਆਂ ਜਿਨ੍ਹਾਂ ਨੇ ਇਹ ਲਿਖਿਆ ਕਹਿੰਦੇ ਇੱਕ ਵੀ ਸਿੱਖ ਕਨਵਰਟ ਨਹੀਂ ਹੋਇਆ ਇੱਕ ਵੀ ਸਿੱਖ ਨੇ ਆਪਣੀ ਸਿੱਖੀ ਨਾ ਛੱਡੀ ਹਰ ਰੋਜ਼ 100 ਸਿਰ ਜਿਹੜੇ ਸਿੱਖਾਂ ਦੇ ਕਲਮ ਕੀਤੇ ਜਾਂਦੇ ਸਨ ਇਸੇ ਸਮੇਂ ਦੇ ਵਿੱਚ ਇੱਕ ਵਾਰਤਾ ਹੁੰਦੀ ਹੈ ਕਿ ਇੱਕ ਸਿੱਖ ਨਵਾਂ ਜਿਹੜਾ ਹੈ ਨੌਜਵਾਨ 19 ਸਾਲ ਦੀ ਉਮਰ ਹੈ 19 ইয়ার্স 올ਦਾ ਹੈ ਵਿਆਹ ਕੇ ਡੋਲੀ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਹੈ ਰਸਤੇ ਦੇ ਵਿੱਚ ਇਹਨੂੰ ਵੀ ਪਕੜ ਕੇ ਲੈ ਗਿਆ ਤੇ ਉਹ ਕਤਾਰ ਵਿੱਚ ਖੜਾਤਾ ਜਿੱਥੇ ਸੌ ਸਿੱਖਾਂ ਦੇ ਸਿਰ ਲਾਏ ਜਾਂਦੇ ਸਨ ਇਹ ਸਿੱਖ ਦੀ ਮਾਂ ਨੇ ਜਾ ਕਰਕੇ ਫਰਕਸ਼ੀਰ ਦੇ ਅੱਗੇ ਤਰਲੇ ਕੱਢੇ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ ਉਹਨੂੰ ਛੱਡ ਦਿਓ ਤੁਸੀਂ ਗਲਤੀ ਨਾਲ ਉਹਨੂੰ ਪਕੜ ਕੇ ਲਿਆਂਦਾ ਤੇ ਉਹਦੇ ਉੱਤੇ ਤੁਸੀਂ ਐਸਾ ਨਾ ਕਰੋ ਕਿ ਉਹ ਸਿੱਖ ਨਹੀਂ ਹੈ ਉਹਨੇ ਜਿਹੜਾ ਹੈ ਇਹ ਕਹਿ ਦਿੱਤਾ ਫਰਖ ਸ਼ੇਰ ਨੇ ਉਸ ਵੇਰੇ ਉਹਨੂੰ ਤਰਸ ਆ ਗਿਆ ਉਹ ਮਾਈ ਦੇ ਉੱਤੇ ਰੋਂਦੀ ਹੋਈ ਮਾਂ ਉਹਦੇ ਪੈਰਾਂ ਵਿੱਚ ਪੈਂਦੀ ਹੈ ਕਿ ਮੇਰੇ ਬੇਟੇ ਨੂੰ ਛੱਡ ਦੇ ਮੇਰਾ ਇੱਕੋ ਇੱਕ ਬੇਟਾ ਹੈ ਬੜੀਆਂ ਸੁਖਣਾ ਸੁਖ ਕੇ ਇਹਦਾ ਜਨਮ ਹੋਇਆ ਸੀ ਤੇ ਅੱਜ ਇਹਨੂੰ ਤੂੰ ਨਾ ਮਾਰ ਇਹ ਤਾਂ ਘਰੇ ਵੀ ਨਹੀਂ ਪਹੁੰਚਿਆ ਡੋਲੀ ਲੈ ਕੇ ਇਹ ਸਿੱਖ ਨਹੀਂ ਹੈ ਉਹ ਸਿੱਖ ਨੂੰ ਜਿਹੜਾ ਹਨ ਉਹ ਕਤਾਰ ਜਿੱਥੇ 100 ਸਿੱਖ ਖੜਾ ਸੀ ਸਰ ਦੇਣ ਵਾਸਤੇ ਉੱਥੋਂ ਕੱਢ ਕੇ ਲਿਆਂਦਾ ਉਹਦੀ ਮਾਂ ਨੇ ਜਾ ਕੇ ਜੱਫੀ ਪਾਈ ਆਪਣੇ ਬੇਟੇ ਨੂੰ ਕਹਿੰਦੇ ਆਹ ਦੱਸ ਬੇਟਾ ਫਰਖਸ਼ੇਰ ਨੂੰ ਦੱਸ ਦੇ ਤੂੰ ਸਿੱਖ ਨਹੀਂ ਹੈ। ਉਹ ਬੇਟਾ ਜਿਹੜਾ ਸੀ ਉਹ ਗੁਰਸਿੱਖ ਪਿਆਰਾ ਜਾ ਕੇ ਫਰਖਸ਼ੇਰ ਨੂੰ ਕਹਿੰਦਾ ਕਹਿੰਦਾ ਫਰਖਸ਼ੇਰ ਮੈਂ ਸਿੱਖ ਹਾਂ ਮੈਂ ਅੰਮ੍ਰਿਤ ਛਕਿਆ ਹੈ ਉਹ ਕਲਗੀਧਰ ਪਿਤਾ ਦਾ ਤੇ ਮੈਂ ਆਪਣੀ ਸਿੱਖੀ ਨਹੀਂ ਛੱਡਣੀ। ਤੇ ਕਹਿੰਦਾ ਫਰਖਸ਼ੇਰ ਕਹਿੰਦਾ ਕਹਿੰਦਾ ਤੇਰੀ ਮਾਂ ਕਹਿੰਦੀ ਤੂੰ ਸਿੱਖ ਨਹੀਂ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ। ਮੇਰੀ ਜਾਨ ਬਚਾਉਣ ਵਾਸਤੇ ਮਮਤਾ ਦੇ ਵਿੱਚ ਮੈਨੂੰ ਛਡਾਉਣਾ ਚਾਹੁੰਦੀ ਹੈ ਪਰ ਮੈਂ ਸਿੱਖ ਹਾਂ ਮੈਂ ਸਿੱਖ ਹੋ ਕੇ ਹੀ ਰਹਾਂਗਾ ਫਰਚਰ ਨੂੰ ਇੰਨਾ ਤਰਸ ਆਇਆ ਉਹਦੀ ਮਾਂ ਰੋਣ ਲੱਗ ਪਈ ਉਸ ਵੇਲੇ ਤੇ ਫਰਚਰ ਕਹਿੰਦਾ ਚੱਲਾ ਚੱਲ ਫੇ ਜਿਹੜਾ ਹਨ ਬੇਟਾ ਮੈਂ ਤੈਨੂੰ ਛੱਡਦਾ ਹਾਂ ਸਿੱਖ ਹੋਣ ਦੇ ਨਾਤੇ ਵੀ ਮੈਂ ਤੈਨੂੰ ਛੱਡਦਾ ਮੈਨੂੰ ਬੜਾ ਤਰਸ ਆ ਰਿਹਾ ਤੇਰੀ ਮਾਂ ਦੇ ਉੱਤੇ ਉਹ ਜਿਹੜਾ ਸੀ ਨਾ ਸਿੱਖ ਉਹ ਫਰਚਰ ਦੇ ਪੈਰ ਫੜ ਕੇ ਬਹਿ ਗਿਆ ਕਹਿੰਦਾ ਮੈਨੂੰ ਆਪਣੇ ਭਰਾਵਾਂ ਨਾਲੋਂ ਨਾ ਵਿਛੋੜ ਮੈਂ ਇਹਨਾਂ ਨਾਲ ਸ਼ਹੀਦੀ ਪਾਉਣੀ ਹੈ ਤੂੰ ਐਸਾ ਮੇਰੇ ਨਾਲ ਤੱਕਾ ਨਾ ਕਰ ਐਸੀ ਵੱਡੀ ਦਾਤ ਮੇਰੇ ਸਤਿਗੁਰਾਂ ਦੇ ਵਾਸਤੇ ਜੇ ਮੇਰਾ ਸਰੀਰ ਕੁਰਬਾਨ ਹੁੰਦਾ ਹੈ ਤਾਂ ਇਹ ਸਰੀਰ ਨੂੰ ਕੁਰਬਾਨ ਹੁੰਦਿਆਂ ਤੂੰ ਕਿਉਂ ਰੋਕ ਰਿਆ ਹੈ ਮੇਰਾ ਜੀਵਨ ਸਫਲ ਹੋ ਜਾਏਗਾ ਮੈਨੂੰ ਕਲਗੀਧਰ ਦੀ ਖੁਸ਼ੀ ਮਿਲੇਗੀ ਗੁਰੂ ਗੋਬਿੰਦ ਸਿੰਘ ਮਿੱਤੇ ਖੁਸ਼ ਹੋਣਗੇ ਮੈਨੂੰ ਹੋਰ ਕੀ ਚਾਹੀਦਾ ਹੈ ਕਿ ਮੇਰਾ ਵੀ ਸਰ ਮੇਰੇ ਭਰਾਵਾਂ ਦੇ ਨਾਲ ਹੀ ਕਤਲੇਆਮ ਹੋਵੇ ਫਕਸ਼ਰ ਜਿਹੜਾ ਹੈ ਅੱਖਾਂ 'ਚੋਂ ਉਹਦੇ ਅਥਰੂ ਆ ਗਿਆ ਦੇਖ ਕੇ ਤੇ ਉਹਦੀ ਮਾਂ ਨੂੰ ਕਹਿੰਦਾ ਫਕਸ਼ਰ ਦੇਖ ਕੇ ਕਹਿੰਦਾ ਮੰਨੂ ਨਹੀਂ ਪਤਾ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਮੌਤ ਸਾਹਮਣੇ ਹੈ ਫਿਰ ਵੀ ਆਪਣੀ ਸਿੱਖੀ ਨਾਲ ਇੰਨਾ ਪਿਆਰ ਤੇ ਉਹ ਸਿੱਖ ਨੇ ਜਾ ਕੇ ਆਪਣਾ ਸੀਸ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ ਉਹੀ ਜਿਹੜਾ ਹੈ ਸਾਲ ਜਿੱਥੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਫਿਰ ਇੰਨੇ ਤਸੱਹੀਏ ਉਹਨੂੰ ਦਿੱਤੇ ਜਾਂਦੇ ਹਨ ਇਨੇ ਤਸੀਹੇ ਦੇਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਸਰੀਰ ਦੇ ਜਿਹੜੇ ਹਨ ਮਾਸ ਨੂੰ ਪਲਾਈਰ ਦੇ ਨਾਲ ਪੁੱਟ-ਪੁੱਟ ਕੇ ਜਮੂਰਾਂ ਦੇ ਨਾਲ ਪੁੱਟਿਆ ਅੱਖਾਂ ਦੇ ਵਿੱਚੋਂ ਡੇਲੇ ਕੱਢ ਦਿੱਤੇ ਉਹਨਾਂ ਦਾ ਬੇਟਾ ਅਜੀਤ ਸਿੰਘ ਮੁਰੇ ਲਿਆ ਕੇ ਉਸ ਦਾ ਦਿਲ ਕੱਟ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਕਹਿੰਦਾ ਹੈ ਦੱਸ ਵੀ ਹੁਣ ਕਿਵੇਂ ਹੈ ਤੈਨੂੰ ਕਿਵੇਂ ਮਾਰੀਏ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕੋ ਗੱਲ ਕਹੀ ਕਹਿੰਦੇ ਫਰਖਸ਼ੀਰ ਜੈਸੀ ਮੌਤ ਤੂੰ ਚਾਹੁੰਦਾ ਹੈ ਨਾ ਆਪਣੇ ਵਾਸਤੇ ਵੈਸੀ ਮੌਤ ਮੈਨੂੰ ਦੇ ਦੀ ਫੈਸਲਾ ਤੂੰ ਅੱਜ ਕਰ ਲੈ ਤੂੰ ਮੈਨੂੰ ਕਿਹਸੀ ਮੌਤ ਦੇਣੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ 19 ਜੂਨ 1716 ਦੇ ਵਿੱਚ 1716 ਦੇ ਵਿੱਚ ਸ਼ਹੀਦੀ ਪਾਈ ਬਹਾਦਰੀ ਦੇ ਨਾਲ ਪਾਈ ਤੇ ਦੇਖੋ ਇਹੀ ਫਰਖਸ਼ੀਰ ਜਿਹੜਾ ਸੀਗਾ ਜਿਹੜਾ ਬਹਾਦਰ ਸ਼ਾਹ ਦਾ ਪੋਤਾ ਸੀਗਾ ਨਾ ਇਹ ਫਿਰ 1719 ਦੇ ਵਿੱਚ 3 ਸਾਲਾਂ ਬਾਅਦ ਸੈਦ ਜਿਹੜੇ ਹਨ ਉਹਨਾਂ ਤੋਂ ਮਾਰਿਆ ਗਿਆ ਸੈਦ ਨੇ ਆਕੇ ਇਹਨੂੰ ਮਾਰਿਆ ਤੇ ਕਿਵੇਂ ਮਾਰਿਆ ਉਸੇ ਤਰ੍ਹਾਂ ਹੀ ਮਾਰਿਆ ਜਿਵੇਂ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਇਹਦੀਆਂ ਵੀ ਅੱਖਾਂ ਜਮੂਰਾ ਨਾਲ ਕੱਢੀਆਂ ਗਈਆਂ ਇਹਦਾ ਵੀ ਮਾਸ ਪੁੱਟਿਆ ਗਿਆ ਉਹ ਸੈਦ ਜਿਹੜਾ ਸੀਗਾ ਉਹਨੇ ਛੱਡਿਆ ਨਹੀਂ ਫਰਕਸ਼ੂਅਰ ਨੂੰ ਉਹਨੇ ਆਪਣਾ ਗੁੱਸਾ ਕੱਢਿਆ ਪਰ ਦੇਖੋ ਬਚਨਤਾ ਗੁਰਸਿੱਖ ਦਾ ਪੂਰਾ ਹੋਇਆ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸੋ ਇਹ ਤਿੰਨ ਸਾਲਾਂ ਬਾਅਦ ਇਹ ਵੀ ਮਾਰਿਆ ਗਿਆ ਹੁਣ ਉਹ ਸਮਾਂ ਆਇਆ ਜਿਨਾ ਕੇ 16 ਜਿਨਾ 1716 ਤੋਂ ਲੈ ਕੇ 1721 ਤੱਕ ਇਹ ਸਮਾਂ ਜਿਹੜਾ ਬੜਾ ਭਾਰੀ ਜਿਹੜਾ ਹੈ ਸਮਾਂ ਸੀਗਾ ਗੁਰਸਿੱਖਾਂ ਦੇ ਉੱਤੇ ਤੇ ਇਹ ਸਮੇਂ ਦੇ ਵਿੱਚ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ ਸਿੱਖ ਜਿਹੜੇ ਸਨ ਉਸ ਵੇਲੇ ਕਈ ਬੰਦਈ ਖਾਲਸਾ ਕਈ ਤਤ ਖਾਲਸਾ ਹੋ ਚੁੱਕੇ ਸਨ ਸੋ ਇਹ ਜਿਹੜੇ ਹਨ ਆਮ ਕਰਕੇ ਦੇਖਿਆ ਜਾਂਦਾ ਹੈ ਨਾ ਇਹ ਹਕੂਮਤਾਂ ਜਿਹੜੀਆਂ ਹੁੰਦੀਆਂ ਨੇ ਇਹ ਜਿਹੜੀਆਂ ਭੇਦ ਪਾ ਕੇ ਇਹ ਡਿਫਰੈਂਸਸ ਪਾ ਕੇ ਪੰਥ ਨੂੰ ਆਪਸ ਵਿੱਚ ਲੜਾ ਦਿੰਦੀਆਂ ਨੇ ਵੰਡ ਕੇ ਪੰਥ ਨੂੰ ਤੇ ਪੰਥ ਦੇ ਵਿੱਚ ਝਗੜੇ ਪਵਾ ਦਿੰਦੇ ਹਨ ਉਸ ਸਮੇਂ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਨੇ ਇਸ ਪੰਥ ਦੀ ਅਗਵਾਈ ਕੀਤੀ ਤੇ ਉਸ ਵੇਲੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਕਹਿੰਦੇ ਜਾ ਕਰਕੇ ਅੰਮ੍ਰਿਤਸਰ ਵਿਖੇ ਤੇ ਅੰਮ੍ਰਿਤਸਰ ਦੀ ਜਿਹੜੀ ਸੇਵਾ ਤੁਸੀਂ ਸੰਭਾਲਣੀ ਕਰੋ ਭਾਈ ਮਨੀ ਸਿੰਘ ਜੀ ਨੇ ਆ ਕੇ ਫਿਰ ਉਸ ਸਮੇਂ ਏ ਜਿਹੜਾ ਹੈ 1721 ਦੇ ਵਿੱਚ ਸਰਬੱਤ ਖਾਲਸਾ ਹੋਇਆ ਜਿਦੇ ਵਿੱਚ ਬੰਦੇ ਹੀ ਖਾਲਸਾ ਤੇ ਤਤ ਖਾਲਸੇ ਦਾ ਫੈਸਲਾ ਕਰਾਇਆ ਤੇ ਮੁੜ ਕੇ ਜਿਹੜਾ ਸਿੱਖ ਪੰਥ ਦੇ ਵਿੱਚ ਖੁਸ਼ਹਾਲਤਾ ਲੈ ਕੇ ਆਇਆ ਤੇ ਆਪ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਮਰਸਰ ਬੈਹ ਕਰਕੇ ਪੰਥ ਦੀ ਅਗਵਾਈ ਕੀਤੀ ਹੁਣ ਉਹ ਸਮਾਂ ਜਿਹੜਾ ਸੀਗਾ ਐਸਾ ਚੱਲਿਆ ਕਿ ਸਿੱਖਾਂ ਨੂੰ ਇੱਕ ਲੀਡਰਸ਼ਿਪ ਮਿਲ ਗਈ ਅਕਾਲ ਤਖਤ ਨੂੰ ਸਮਰਪਣ ਹੋ ਕੇ ਅਕਾਲ ਤਖਤ ਤਖਤ ਤੇ ਆਪਣਾ ਜਿਹੜਾ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੁਕਮ ਮੰਨ ਕਰਕੇ ਸਾਰਾ ਪੰਥ ਜਿਹੜਾ ਹੈ ਅਕਾਲ ਤਖਤ ਨਾਲ ਜੁੜ ਗਿਆ। ਉਸੇ ਸਮੇਂ ਦੇ ਵਿੱਚ ਸਿੱਖਾਂ ਜਿਹੜੇ ਹਨ ਜਿੱਥੇ ਕਿਤੇ ਵੀ ਰਹਿੰਦੇ ਸਨ ਮੁਗਲਾਂ ਦੇ ਅੱਖਾਂ ਵਿੱਚ ਰੜਕਦੇ ਹੁੰਦੇ ਸਨ। ਉਹਨਾਂ ਨੇ ਜਿੱਥੇ ਵੀ ਆਪਣਾ ਵਾਅ ਚੱਲੇ ਸਿੱਖਾਂ ਤੇ ਧੱਕਾ ਕਰਿਆ ਕਰਦੇ ਸਨ। ਜਿੱਥੇ ਵੀ ਦੇਖਿਆ ਸਿੱਖਾਂ ਨੂੰ ਜਿਹੜਾ ਹਨ ਬਿਨਾਂ ਕਾਰਨ ਤੋਂ ਪਕੜ ਲਿਆ ਕਰਦੇ ਸਨ। ਜੇਲ੍ਹ ਵਿੱਚ ਬੰਦ ਕਰ ਦਿੰਦੇ ਸਨ। ਟੌਰਚਰ ਕਰਿਆ ਕਰਦੇ ਸਨ। ਤੇ ਐਸਾ ਜਿਹੜਾ ਹੈ ਜਿਵੇਂ ਸਿੱਖ ਇੱਕ ਬਗਾਨੇ ਦੇਸ਼ ਵਿੱਚ ਰਹਿੰਦੇ ਹੁੰਦੇ ਹਨ ਤੇ ਜਿਵੇਂ ਜਿਹੜੇ ਹਨ ਸਾਰਿਆਂ ਨੂੰ ਹੱਕ ਹੁੰਦਾ ਸੀ ਸਿੱਖਾਂ ਨੂੰ ਮਾਰਨ ਦਾ ਜੇ ਕੋਈ ਸਿੱਖਾਂ ਨੂੰ ਮਾਰਦਾ ਉਹਨਾਂ ਨੂੰ ਇਨਾਮ ਮਿਲਦਾ ਸੀ ਸਜ਼ਾ ਨਹੀਂ ਮਿਲਦੀ ਸੀਗੀ ਸੋ ਐਸਾ ਇਹ ਕੰਮ ਜਿਹੜਾ ਹੈ ਚੱਲਦਾ ਰਿਹਾ ਤਾਂ ਉਸ ਵੇਲੇ ਜਿਹੜਾ ਹੈ ਸਿੱਖਾਂ ਦੇ ਵਿੱਚ ਲੀਡਰਸ਼ਿਪ ਜਿਹੜੀ ਸੀਗੀ ਐਸੀ ਜਿਹੜੀ ਹੈ ਹੋਈ ਕਿ ਸਿੱਖਾਂ ਦੇ ਵਿੱਚ ਦੇਖੋ ਗੁਰੂ ਨੇ ਐਸੇ ਗੁਰਸਿੱਖ ਜਿਹੜੇ ਹਨ ਗੁਰਸਿੱਖੀ ਦੇ ਵਿੱਚ ਪੈਦਾ ਕੀਤੇ ਜਿਨ੍ਹਾਂ ਦੇ ਵਿੱਚੋਂ ਨਵਾਬ ਕਪੂਰ ਸਿੰਘ ਜੀ ਹੋਏ ਨਵਾਬ ਕਪੂਰ ਸਿੰਘ ਜੀ ਦਾ ਜਨਮ 1697 ਦੇ ਵਿੱਚ ਹੋਇਆ ਸ਼ੇਖਪੂਰਾ ਦੇ ਵਿੱਚ ਸ਼ੇਖੂਪੁਰਾ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਅੰਮ੍ਰਿਤ ਛਕਿਆ 1721 ਦੇ ਵਿੱਚ ਤੇ ਉਹ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ ਆਪ ਸਨ ਤੇ ਉਹਨਾਂ ਨੂੰ ਜਿਹੜਾ ਹੈ 1733 1733 ਦੇ ਵਿੱਚ ਜਿਹੜਾ ਹੈ ਦਿਪਾਲਪੁਰ ਕੰਗਨਵਾਲ ਤੇ ਚੁਭਾਲ ਇਹ ਤਿੰਨਾਂ ਥਾਵਾਂ ਦਾ ਨਵਾਬੀ ਜਿਹੜੀ ਸੀਗੀ ਕਪੂਰ ਸਿੰਘ ਨੂੰ ਦਿੱਤੀ ਗਈ ਪਰ ਕਪੂਰ ਸਿੰਘ ਜਿਹੜੇ ਸਨ ਕਹਿੰਦੇ ਨਵਾਬ ਕਪੂਰ ਸਿੰਘ ਜਿਹੜੇ ਸਨ ਨਾ ਇੰਨੇ ਨਿਮਰਤਾ ਵਾਲੇ ਜਿਹੜੇ ਹਨ ਇਹਨਾਂ ਵਿੱਚ ਇੰਨੀ ਜਿਆਦਾ ਨਿਮਰਤਾ ਸੀ ਨਾ ਇਹਨਾਂ ਨੇ ਇੱਕ ਸ਼ਰਤ ਰੱਖੀ ਕਿਉਂਕਿ ਨਵਾਬੀ ਆਈ ਪਰ ਨਵਾਬੀ ਲੈਣ ਵਾਸਤੇ ਕੋਈ ਤਿਆਰ ਨਹੀਂ ਸੀ ਤਾਂ ਇਹ ਨਵਾਬੀ ਨੂੰ ਲੈਣ ਵਾਸਤੇ ਪੰਜਾਂ ਪਿਆਰਿਆਂ ਨੇ ਫੈਸਲਾ ਕੀਤਾ ਕਿ ਕਪੂਰ ਸਿੰਘ ਨੂੰ ਦਿੱਤੀ ਜਾਵੇ ਕਿਉਂਕਿ ਭਾਈ ਕਪੂਰ ਸਿੰਘ ਜੀ ਉਸ ਵੇਲੇ ਨਾ ਲਿੱਦ ਦੀ ਸੇਵਾ ਕਰਿਆ ਕਰਦੇ ਸਨ ਕੋੜੀਆਂ ਦੀ ਲਿੱਦ ਚੱਕਿਆ ਕਰਦੇ ਸਨ ਸੰਗਤ ਨੂੰ ਪੱਖਾ ਚੱਲਿਆ ਕਰਦੇ ਸਨ ਤਾਂ ਉਸ ਵੇਲੇ ਜਦੋਂ ਕਪੂਰ ਸਿੰਘ ਵੱਲ ਨਿਗਾਹ ਗਈ ਨਾ ਪੰਜੇ ਸਿੱਖਾਂ ਨੇ ਹੁਕਮ ਕਰਤਾ ਕਿਹਦੇ ਕਪੂਰ ਸਿੰਘ ਨਵਾਬੀ ਲੈ ਲਓ ਨਵਾਬੀ ਲੈਣ ਸਮੇ ਕਪੂਰ ਸਿੰਘ ਜੀ ਨੇ ਇੱਕੋ ਗੱਲ ਕਹੀ ਕਹਿੰਦਾ ਮੈਂ ਇਹ ਲਵਾਂਗਾ ਪਰ ਇੱਕ ਮੇਰੀ ਸ਼ਰਤ ਹੈ ਕੇ ਮੈਨੂੰ ਕੋੜਿਆਂ ਦੀ ਲਿੱਧ ਤੋਂ ਚੱਕਣ ਤੋਂ ਕੋਈ ਨਾ ਹਟਾਵੇ ਤੇ ਸੰਗਤ ਨੂੰ ਮੈਂ ਆਪ ਅੱਖਾ ਕਰਿਆ ਕਰਾਂਗਾ ਤੇ ਉਹ ਗੱਲ ਜਿਹੜੀ ਪੰਜਾਂ ਪਿਆਰਿਆਂ ਨੇ ਮੰਨ ਲਈ ਕਹਿੰਦੇ ਜੋੜੇ ਵੀ ਮੈਂ ਝਾੜਿਆ ਕਰਨੇ ਹਨ ਮੈਨੂੰ ਇਹ ਸੇਵਾ ਤੋਂ ਨਾ ਤੁਸੀਂ ਹਟਾਇਓ ਤਾਂ ਇਹ ਗੱਲ ਮੰਨ ਕੇ ਉਹਨਾਂ ਨੇ ਇਹ ਨਵਾਬੀ ਜਿਹੜੀ ਕਬੂਲ ਕੀਤੀ ਫਿਰ ਨਾਦਰ ਸ਼ਾਹ 1748 ਦੇ ਵਿੱਚ 1738 ਦੇ ਵਿੱਚ 55000 55000 ਫੌਜ ਨੂੰ ਲੈ ਕੇ ਪਰਸਿਆ ਤੋਂ ਜਾਂ ਈਰਾਨ ਤੋਂ ਚੱਲ ਕਰਕੇ ਹਿੰਦੁਸਤਾਨ ਤੇ ਉਹਨੇ ਦਾਵਾ ਕੀਤਾ ਤੇ ਉਹਨੂੰ ਰੋਕਣ ਵਾਸਤੇ ਮੁਹੰਮਦ ਸ਼ਾਹ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ ਮੁਗਲ ਹਕੂਮਤ ਦਾ ਉਸਨੇ 3 ਲੱਖ ਫੌਜ ਆਪਣੀ 300000 ਸੋਲਜਰਸ ਨੂੰ ਉਹਨੇ ਕਰਨਾਲ ਤੇ ਜਾ ਕੇ ਜਾ ਖੜਾਇਆ ਕਿ ਨਾਦਰ ਸ਼ਾਹ ਨੂੰ ਰੋਕਣਾ ਹੈ ਪਰ ਨਾਦਰ ਸ਼ਾ ਇੰਨਾ ਤਾਕਤਵਰ ਸੀਗਾ ਕਿ 300000 3 ਲੱਖ ਫੌਜ ਵੀ ਉਹਦਾ ਸਾਹਮਣਾ ਨਾ ਕਰ ਸਕੀ ਤੇ ਨਾਦਰ ਸ਼ਾ ਉਹਨਾਂ ਨੂੰ ਹਰਾ ਕਰਕੇ ਦਿੱਲੀ ਪਹੁੰਚਦਾ ਹੈ ਦਿੱਲੀ ਪਹੁੰਚ ਕਰਕੇ ਉਸਨੇ ਕੁਝ ਕ ਘੰਟਿਆਂ ਦੇ ਵਿੱਚ ਹੀ 30000 ਜਿਹੜਾ ਸਵਿਲੀਅਨ ਸੀਗਾ ਜਾਂ ਆਮ ਬੰਦੇ ਸਨ ਉਹਨਾਂ ਨੂੰ ਮਾਰ ਕੇ ਜਿਹੜਾ ਹੈ ਮਾਰ ਦਿੱਤਾ ਤੇ ਮੁਹੰਮਦ ਸ਼ਾ ਨੂੰ ਜਿਹੜਾ ਹੈ ਲਿਆ ਕੇ ਉਹ ਤਜੋਰੀ ਜਾਂ ਉਹਦੇ ਖਜ਼ਾਨੇ ਦੀ ਚਾਬੀ ਜਿਹੜੀ ਹੈ ਆ ਕਰਕੇ ਨਾਦਰ ਸ਼ਾਹ ਨੂੰ ਦਿੱਤੀ ਕਿ ਨਾਦਰ ਸ਼ਾਹ ਤੂੰ ਇਹ ਮਾਰਨ ਦਾ ਕੰਮ ਛੱਡ ਤੇ ਜਿਹੜਾ ਜਿੰਨਾ ਕੁਝ ਤੈਨੂੰ ਚਾਹੀਦਾ ਤੂੰ ਲੈ ਲੈ ਤਾਂ ਨਾਦਰ ਸ਼ਾਹ ਨੇ ਵੀ ਕੋਈ ਕਸਰ ਨਾ ਛੱਡੀ ਉਹ ਸਾਰੇ ਖਜ਼ਾਨੇ ਉਸਨੇ ਖਾਲੀ ਕਰ ਦਿੱਤੇ ਇੱਥੋਂ ਤੱਕ ਕਿ ਜਿਹੜਾ ਹੈ ਤਖਤ ਤਾऊस ਜਿਹੜਾ ਸੀਗਾ ਤੇ ਹੋਰ ਕੋਈ ਨੂਰ ਤੇ ਬੇਅੰਤ ਹੀ ਮਾਇਆ ਸੋਨਾ ਉਹਨੇ ਸਾਰਾ ਹੀ ਖਜ਼ਾਨਾ ਖਾਲੀ ਕਰਕੇ ਮੁਹੰਮਦ ਸ਼ਾਹ ਦਾ ਤੇ ਵਾਪਸ ਹੀ ਉਹਨੇ ਜਾਣਾ ਕੀਤਾ ਇਹ ਰਸਤੇ ਦੇ ਵਿੱਚ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਅਲੂਵਾਲਿਆ ਗੁਰਸਿੱਖਾਂ ਦੀਆਂ ਜਿਹੜੀਆਂ ਹਨ ਫੌਜਾਂ ਨੂੰ ਲੈ ਕਰਕੇ ਹਿਮਾਲਿਆ ਦੀਆਂ ਜੋ ਪਰਬਤ ਜਾਂ ਉਹ ਜਿਹੜੀਆਂ ਪਹਾੜੀਆਂ ਦੇ ਵਿੱਚ ਜਾ ਰੋਕੇ ਆ ਤੇ ਉਹਨੂੰ ਜਿਹੜਾ ਹੈ ਜੋ ਨਾਦਰ ਸ਼ਾਹ ਨੂੰ ਰੋਕਣ ਵਾਸਤੇ 3 ਲੱਖ ਫੌਜ ਵੀ ਕੁਝ ਨਾ ਕਰ ਸਕੀ ਮੋਠੇ ਪਰ ਸਿੱਖਾਂ ਨੇ ਉਹਨੂੰ ਰੋਕ ਕਰਕੇ ਕੁਝ ਕਸ ਸਮਾਨ ਵਾਪਸ ਲੈ ਲਿਆ ਤੇ ਜਿਹੜੀਆਂ ਲੜਕੀਆਂ ਨੂੰ ਉਹ ਚੁੱਕ ਕਰਕੇ ਲੈ ਕੇ ਚੱਲਿਆ ਸੀਗਾ ਉਹ ਈਰਾਨ ਦੇ ਬਾਜ਼ਾਰਾਂ ਵਿੱਚ ਵੇਚਣ ਵਾਸਤੇ ਤੇ ਉਹਨਾਂ ਨੂੰ ਵੀ ਛਡਾ ਲਿਆ ਤੇ ਉਹਨਾਂ ਨੂੰ ਘਰੋ ਘਰੀ ਪਹਚਾਇਆ ਤੇ ਦੇਖੋ ਸਿੱਖ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਦੇਖੋ ਐਸਾ ਜਿਹੜਾ ਹੈ ਤਾਗਤ ਵਰ ਨਾਦਰਸ਼ਾਣ ਉਹ ਵੀ ਜਿਹੜਾ ਹੈ ਹਿੰਦੁਸਤਾਨ ਨੂੰ ਲੁੱਟਣ ਨਹੀਂ ਦਿੱਤਾ ਜੇ ਸਮਾ ਆਇਆ ਕਿ ਜਿੱਥੇ ਜ਼ਕਰਿਆ ਖਾਨ ਜਿਹੜਾ ਸੀਗਾ ਉਹ ਲਾਹੌਰ ਦਾ ਜਿਹੜਾ ਹੈ ਦਿਵਾਨ ਜਾ ਉਹ ਜਿਹੜਾ ਹੈ ਸੁਬੇਦਾਰ ਬਣਿਆ ਤੇ ਗਵਰਨਰ ਕਹਿ ਲਏ ਤੇ ਉਹ ਜਦੋਂ ਇਹ ਲਾਹੌਰ ਉਹਦੇ ਹੱਥ ਵਿੱਚ ਆਇਆ ਤਾਂ ਉਸਨੇ ਵੀ ਕਹਿਰ ਵਰਤਾ ਦਿੱਤਾ ਸਿੱਖਾਂ ਦੇ ਉੱਤੇ ਤੇ ਐਸਾ ਉਹਨੇ ਕੀਤਾ ਕਿ ਭਾਈ ਮਨੀ ਸਿੰਘ ਜੀ ਉਸ ਵੇਲੇ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਹਨ ਜਿਨ੍ਹਾਂ ਦਾ ਜਨਮ ਜਿਹੜਾ ਹੈ सो वेचे, 1644 ਵਿੱਚ 1644 ਵਿੱਚ 10 ਮਾਰਚ ਨੂੰ ਹੋਇਆ ਹੈ ਤੇ ਉਹ ਜਿਹੜੇ ਹਨ ਭਾਈ ਮਨੀ ਸਿੰਘ ਜੀ ਹਨ ਜੋ 13 ਸਾਲ ਦੀ ਉਮਰ ਵਿੱਚ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਤੇ ਫਿਰ ਉਹਨਾਂ ਨੇ ਜਿਹੜਾ ਹੈ ਐਸਾ ਸਤਗੁਰਾਂ ਦੀ ਸ਼ਰਨ ਲਈ ਤੇ ਮੁੜ ਕੇ ਸਾਰਾ ਜੀਵਨ ਹੀ ਉਹਨਾਂ ਨੇ ਗੁਰੂ ਮਹਾਰਾਜ ਦੇ ਕਦਮਾਂ ਦੇ ਉੱਤੇ ਮਹਾਰਾਜ ਦੇ ਚਰਨਾਂ ਤੇ ਨਿਸ਼ਵਰ ਨਿਸ਼ਾਵਰ ਕਰ ਦਿੱਤਾ ਇੱਥੋਂ ਤੱਕ ਕਿ ਭਾਈ ਮਨੀ ਸਿੰਘ ਸ਼ਹੀਦ ਦੇ 28 28 ਜਿਹੜੇ ਹਨ ਉਹਨਾਂ ਦੇ ਜਿਹੜੇ ਹਨ ਪਰਿਵਾਰ ਦੇ ਵਿੱਚੋਂ ਸ਼ਹੀਦ ਹਨ 16 ਸਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਕਰਕੇ ਉਹਨਾਂ ਨੇ ਬੜੀਆਂ ਭਾਰੀਆਂ ਭਾਰੀਆਂ ਸੇਵਾਵਾਂ ਕੀਤੀਆਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਉਹਨਾਂ ਨੂੰ ਥਾਪਿਆ ਜਿਹੜਾ ਹੈ 1708 ਦੇ ਵਿੱਚ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨੇ ਆਪ ਉਹਨਾਂ ਨੂੰ ਜਦੋਂ ਦਿੱਲੀ ਦਿੱਲੀ ਤੋਂ ਭੇਜਿਆ ਸੀ ਕਾਂ ਉਸ ਵੇਲੇ ਉਹਨਾਂ ਨੇ ਜਿਹੜਾ ਹਨ ਪੰਥ ਦੀ ਬਾਗ ਡੋਰ ਜਿਹੜਾ ਹਨ ਸੰਭਾਲੀ ਤੇ ਏਕਤਾ ਨੂੰ ਕਾਇਮ ਰੱਖਿਆ ਉਹਨਾਂ ਨੇ ਸਿੱਖਾਂ ਨੂੰ ਯੂਨਾਈਟ ਕੀਤਾ ਤੇ ਇਹ ਹੀ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਤਖਤ ਦੇ ਨਾਲ ਜੋੜ ਨਾ ਕੀਤਾ ਤੇ ਭਾਈ ਮਨੀ ਸਿੰਘ ਜੀ ਨੇ ਜਦੋਂ ਦੀਵਾਲੀ ਦਾ ਜਿਹੜਾ ਹੈ ਵੱਡਾ ਸਿੱਖਾਂ ਦਾ ਇਕੱਠ ਕਰਨਾ ਚਾਹਿਆ ਤਾ ਇਹ ਜਿਹੜੀ ਹਕੂਮਤ ਨੇ ਜਿਹੜਾ ਹੈ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਬਣਾਈਆਂ ਵੀ ਸਿੱਖ ਇੱਕ ਥਾਂ ਤੇ ਇਕੱਠੇ ਹੋ ਜਾਣਗੇ ਤੇ ਸਾਰਿਆਂ ਨੂੰ ਮਾਰ ਦੇਾਂਗੇ ਭਾਈ ਮਨੀ ਸਿੰਘ ਨੇ ਥਾਂ ਥਾਂ ਹੀ ਚਿੱਠੀਆਂ ਭੇਜ ਕੇ ਸਿੱਖਾਂ ਨੂੰ ਰੋਕ ਦਿੱਤਾ ਤੇ ਭਾਈ ਮਨੀ ਸਿੰਘ ਜੀ ਨੂੰ ਜਿਹੜਾ ਉਸ ਵੇਲੇ ਪਕੜ ਲਿਆ ਸਿਰਫ ਇੰਨਾ ਹੀ ਰੀਜ਼ਨ ਦੱਤਾ ਕਿ ਇਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ ਕਿਉਂਕਿ ਦੀਵਾਲੀ ਵਾਸਤੇ ਇਹਨਾਂ ਨੇ ਪਰਮਿਟ ਅਪਲਾਈ ਕੀਤਾ ਤੇ ਬਗ ਜਿਹੜਾ ਹਨ ਫਿਰ ਆਪ ਹੀ ਜਿਹੜਾ ਹੈ ਉਹ ਪ੍ਰੋਗਰਾਮ ਨਾ ਕੀਤਾ ਤੇ ਇਹਨਾਂ ਨੂੰ ਜੁਰਮਾਨਾ ਦੇਣਾ ਪਵੇਗਾ 2 ਲੱਖ ਤੋਂ 2 ਲੱਖ 200000 ਜੁਰਮਾਨਾ ਰੱਖਿਆ ਤਾਂ ਭਾਈ ਮਨੀ ਸਿੰਘ ਵਾਸਤੇ ਗੁਰਸਿੱਖਾਂ ਨੇ ਜਿਹੜਾ ਹੈ ਜਿਹੜਾ ਹਨ 2 ਜਿਹੜਾ ਹਨ ਲੱਖ 2 ਮਿਲੀਅਨ ਇਕੱਠਾ ਕਰ ਲਿਆ ਉਹ ਤਾਂ 2 ਲੱਖ ਮੰਗਦੇ ਸਨ ਸਿੱਖਾਂ ਨੇ 20 ਜਿਹੜਾ ਹਨ ਲੱਖ ਇਕੱਠਾ ਕਰ ਲਿਆ ਤੇ ਕਿਹਾ ਭਾਈ ਮਨੀ ਸਿੰਘ ਨੂੰ ਛੱਡ ਦਿਓ ਪਰ ਭਾਈ ਮਨੀ ਸਿੰਘ ਜੀ ਨੇ ਇੱਕੋ ਗੱਲ ਕਹੀ ਕਿ ਇਹ ਪੰਥ ਦਾ ਪੈਸਾ ਹੈ ਇਹ ਦਸਵੰਦ ਦੀ ਮਾਇਆ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਮਾਇਆ ਹੈ ਇਹ ਮਾਇਆ ਦੇ ਨਾਲ ਆਪਾਂ ਮੁਗਲਾਂ ਨੂੰ ਜਰਮਾਨੇ ਨਹੀਂ ਪੜਨੇ ਤੇ ਭਾਈ ਮਨੀ ਸਿੰਘ ਜੀ ਨੂੰ ਜਿਹੜਾ ਹੈ ਹੁਕਮ ਉਹਨਾਂ ਨੇ ਫਤਵਾ ਸੁਣਾਇਆ ਕਿ ਇਹਨਾਂ ਦੇ ਬੰਦ-ਬੰਦ ਕੱਟੇ ਜਾਣ ਜਿਹੜਾ ਹਨ ਹੀ ਹੈਸ ਟੂ ਬੀ ਕੱਟ ਇਨਟੂ ਪੀਸਸ ਐਟ ਏਵਰੀ ਜੁਆਇੰਟ ਆਫ ਦ ਬੋਡੀ ਸੋ ਹਰ ਇੱਕ ਜੋਇੰਟ ਹਰ ਇੱਕ ਜਿਹੜੀ ਹੈ ਜੋੜ ਵਿੱਚ ਇਹਨਾਂ ਨੂੰ ਕੱਟਿਆ ਜਾਵੇ ਜੁੰਦਿਆਂ ਨੂੰ ਤੇ ਭਾਈ ਮਨੀ ਸਿੰਘ ਜੀ ਨੂੰ ਜਦੋਂ ਇਹ ਫਤਵਾ ਸੁਨਾਇਆ ਭਾਈ ਮਨੀ ਸਿੰਘ ਜੀ ਨੇ ਇੱਕੋ ਗੱਲ ਕਹੀ ਕਿ ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਨ ਸਿਰ ਦਿੱਤੀਆਂ ਜੇ ਹਰ ਮਿਲਿਆ ਤੋ ਵੀ ਸਸਤਾ ਜਾਣ ਕੰਨ ਲੱਗੇ ਇਹ ਦਜਰਾ ਹਨ ਇਹ ਤਨ ਜਿਹੜਾ ਹੈ ਗੰਦਗੀ ਦਾ ਹੈ ਜੇ ਇਹਨੂੰ ਦਿੱਤਿਆਂ ਪਰਮਾਤਮਾ ਮਿਲਦਾ ਹੋਵੇ ਤਾਂ ਇਹ ਵੀ ਬੜਾ ਸਸਤਾ ਸੌਦਾ ਹੋਇਆ ਹੈ ਇਟਸ ਅ ਵੈਰੀ ਚੀਪ ਡੀਲ ਹੈ ਕਿ ਜੇ ਇਹ ਸਰੀਰ ਦਿੱਤਿਆਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਭਾਈ ਮਨੀ ਸਿੰਘ ਸ਼ਹੀਦ ਜਿਹੜੇ ਹਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਫੇਰ ਜਿਹੜਾ ਹੈ ਜ਼ਕਰੀਆ ਖਾਨ ਜਿਹੜਾ ਸੀ ਇਤਨਾ ਭੈੜਾ ਸੀ ਇਹ ਜਿਨੇ ਕੇ ਇਹ ਸਾਰਾ ਹੀ ਕਜੜਾ ਹਨ ਸਿੱਖਾਂ ਦੇ ਉੱਤੇ ਇਹਨਾਂ ਤਕੜਾ ਸਮਾਂ ਲੈ ਕੇ ਆਇਆ 1739 ਤੋਂ 7041 ਤੱਕ ਇਹਨੇ ਜਿਹੜਾ ਹੈ ਸਿੱਖਾਂ ਦੇ ਉੱਤੇ ਬਹੁਤ ਜ਼ਿਆਦੇ ਇਹਨੇ ਜੋਰ ਪਾਇਆ ਇਸ ਜ਼ਕਰੀਆ ਖਾਨ ਦਾ ਪਹਿਲਾ ਨਾਸੇ ਖਾਨ ਬਹਾਦਰ ਸੋ ਇਹ ਖਾਨ ਬਹਾਦਰ ਜਿਹੜਾ ਸੀਗਾ ਇਹ ਅਬਦੁੱਲ ਸੰਮਤ ਖਾਨ ਦਾ ਪੁੱਤਰ ਸੀਗਾ ਸੋ ਅਬਦੁਲ ਸ਼ਾਮਤ ਜਿਹੜਾ ਹਨ ਸ਼ਾਮਤ ਜਿਹੜਾ ਖਾਨ ਜਿਹੜਾ ਸੀਗਾ ਇਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜ ਕੇ ਧੋਖੇ ਦੇ ਨਾਲ ਇਹਨੇ ਪਕੜਿਆ ਤੇ ਇਹਨੇ ਦਿੱਲੀ ਤੇ ਸ਼ਹੀਦ ਕਰਾਇਆ ਤੇ ਦੇਖੋ ਇਹਦਾ ਹੀ ਪੁੱਤਰ ਜ਼ਕਰਿਆ ਖਾਨ ਲਾਹੌਰ ਵਿੱਚ ਆ ਕੇ ਹੁਣ ਇਹਨੇ ਸਿੱਖਾਂ ਦੇ ਜਿਹੜਾ ਹਨ ਮੁੱਲ ਪਾ ਦਿੱਤੇ ਇਹਨੇ ਲੋਕਾਂ ਨੂੰ ਹਰ ਇੱਕ ਪਰਜਾ ਨੂੰ ਸਿੱਖਾਂ ਦਾ ਦੁਸ਼ਮਣ ਬਣਾ ਦਿੱਤਾ एवरीवन ਬਿਕਮ ਦਾ ਐਨੀਮੀ ਆਫ ਅ ਸਿੱਖ ਕਿਉਂ ਕਹਿੰਦੇ ਕਿ ਇਹਨੇ ਜਿਹੜਾ ਹੈ ਰਿਵੋਲਟ ਰੱਖੇ ਉਦਾ ਰਿਵਾਰਡ ਤੇ ਵਿੱਚ ਸਿੱਖਾਂ ਦੇ ਕੇਸ ਲੈ ਕੇ ਆਓ ਤਾਂ ਤੁਹਾਨੂੰ ਇੱਕ ਬਲੈਂਕਟ ਮਿਲੇਗੀ ਇੱਕ ਜਿਹੜਾ ਹਨ ਇੱਕ ਖੇਸ ਮਿਲੇਗਾ ਜਿਹੜਾ ਕਿ ਗੁਰਸਿੱਖਾਂ ਦੇ ਕੋਈ ਇਨਫੋਰਮੇਸ਼ਨ ਦਵੇਗਾ ਵੀ ਸਿੱਖ ਕਿੱਥੇ ਰਹਿੰਦੇ ਨੇ ਸਿੱਖਾਂ ਦੇ ਜਿਹੜੇ ਵਿਲੇਜ ਕਿੱਥੇ ਨੇ ਉਹਨਾਂ ਨੂੰ 10 ਰੁਪਏ ਦਿੱਤੇ ਜਾਣਗੇ ਜਿਹੜਾ ਵੀ ਕੋਈ ਸਿੱਖਾਂ ਦੀ ਖੋਪੜਾ ਲਾ ਕੇ ਲਿਆਵੇਗਾ ਕੇਸਾਂ ਸਮੇਤ ਉਹਨੂੰ 50 ਰੁਪਏ ਦਾ ਇਨਾਮ ਦਿੱਤਾ ਜਾਏਗਾ ਐਸਾ ਇਨਾਮ ਇਹਨੇ ਰੱਖਿਆ ਕਿ ਘਰ-ਘਰ ਦੇ ਵਿੱਚ ਲੋਕ ਜਿਹੜੇ ਸੋਚਣ ਲੱਗੇ ਵੀ ਸਾਨੂੰ ਪੈਸੇ ਚਾਹੀਦੇ ਹਨ ਤੇ ਇਹ ਤਾਂ ਬੜਾ ਸੌਖਾ ਤਰੀਕਾ ਬਣ ਗਿਆ। ਉਹਨਾਂ ਨੇ ਆਪਣੇ ਗਵਾਂਢੀ ਸਿੱਖਾਂ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ। ਤੇ ਜਿਨ੍ਹਾਂ ਦੀ ਕੋਈ ਦੁਸ਼ਮਣੀ ਸੀ ਜਾਂ ਕੋਈ ਜਾਇਦਾਦ ਦੀ ਲੜਾਈ ਸੀ ਉਹਨਾਂ ਨੇ ਇਹ ਮੌਕੇ ਨੂੰ ਵਰਤ ਕੇ ਤੇ ਸਿੱਖਾਂ ਨੂੰ ਫੜਾਉਣਾ ਸ਼ੁਰੂ ਕਰਤਾ ਤੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਇਸ ਸਮੇਂ ਦੇ ਵਿੱਚ। ਇਹ ਜ਼ਕਰਿਆ ਖਾਨ ਨੇ ਐਸਾ ਭੈੜਾ ਕਾਰਜ ਕੀਤਾ ਤੇ ਇਸੇ ਨੇ ਜਿਹੜਾ ਹੈ ਜਿਹੜਾ ਕਿ ਮੱਸਾ ਰੰਗੜ ਸਿੱਖਾ 1740 ਦੇ ਵਿੱਚ ਇਹਨੂੰ ਅੰਮ੍ਰਿਤਸਰ ਦਾ ਜਿਹੜਾ ਹੈ ਇਹਨੂੰ ਜਿਹੜਾ ਹੈ ਲੀਡ ਪੱਤਨ ਬਣਾਤਾ ਇਹਨੂੰ ਜਿਹੜਾ ਹੈ ਉਸ ਦਾ ਹੇਟ ਆਫ ਸਟੇਟ ਦੇ ਦਿੱਤਾ ਕਿ ਅੰਮ੍ਰਿਤਸਰ ਜਿਹੜਾ ਇਹ ਸੰਭਾਲੇਗਾ ਸੋ ਮੱਸਾ ਰੰਗੜ ਜਿਹੜਾ ਸੀ ਐਸਾ ਭੈੜਾ ਸੀ ਇਹ ਇਸ ਨੇ ਕੀ ਕੀਤਾ ਕਿ ਹਰਮੰਦਰ ਸਾਹਿਬ ਨੂੰ ਜਾ ਕੇ ਓਕੂਪਾਈ ਕਰ ਲਿਆ ਇਹ ਜਾ ਕੇ ਹਰਮੰਦਰ ਸਾਹਿਬ ਵਿੱਚ ਬੈਠ ਗਿਆ ਜਿੱਥੇ ਦਰਬਾਰ ਸਾਹਿਬ ਹੈ ਸਿੱਖਾਂ ਨੂੰ ਭਜਾ ਦਿੰਦਾ ਮਾਰ ਦਿੰਦਾ ਤੇ ਇਹਨੇ ਉਥੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚੋਂ ਪੋਥੀ ਸਾਹਿਬ ਆਦ ਗ੍ਰੰਥ ਨੂੰ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਿਮੂਵ ਕਰ ਦਿੱਤਾ ਤੇ ਇਸ ਤਰ੍ਹਾਂ ਕਰਦਿਆਂ ਹੋਇਆਂ ਇਹ ਇੱਥੇ ਨਹੀਂ ਹਟਿਆ ਇਹਨੇ ਕੰਜਰੀਆਂ ਪ੍ਰੋਸਟੀਟਿਊਟਲੀ ਆ ਕੇ ਉੱਥੇ ਨਾਚ ਕਰਾਉਣਾ ਸ਼ੁਰੂ ਕੀਤਾ ਉੱਥੇ ਬਹਿ ਕਰਕੇ ਇਸਨੇ ਜਿਹੜਾ ਤੰਬਾਕੂ ਹੈ ਉਸ ਨੂੰ ਹੁੱਕੇ ਵਿੱਚ ਪਾ ਕੇ ਤੇ ਫੇਰ ਸ਼ਰਾਬ ਅੰਦਰ ਬਹਿ ਕੇ ਪਿੰਦਾ ਤੇ ਮੁਜਰੇ ਦੇਖਦਾ ਹੁੰਦਾ ਸੀਗਾ ਤੇ ਇਹਨੇ ਇੰਨੀ ਬੇਅਦਬੀ ਕੀਤੀ ਕਿ ਜਿਹੜਾ ਹੈ ਇਸਨੇ ਜਿਹੜਾ ਹੈ ਕੋਈ ਕਸਰ ਨਾ ਛੱਡੀ ਤੇ ਐਸਾਈ ਜਿਹੜਾ ਹੈ ਤੇਜ RAM ਇੱਕ ਬ੍ਰਾਹਮਣ ਹੋਇਆ ਜਿਨੇ ਇਹ ਸਾਰਾ ਹੀ ਜਿਹੜਾ ਹੈ ਹਾਲ ਜਾ ਕੇ ਸਰਦਾਰ ਸ਼ਾਮ ਸਿੰਘ ਜੀ ਨੂੰ ਦੱਸਿਆ ਤੇ ਸਰਦਾਰ ਸ਼ਾਮ ਸਿੰਘ ਨੇ ਜਾ ਕੇ ਸਿੰਘਾਂ ਨੂੰ ਦੱਸਿਆ ਤੇ ਜਦੋਂ ਫਿਰ ਇਹ ਜਿਹੜਾ ਸਾਰੇ ਖਾਲਸਾ ਇਕੱਠਾ ਹੋ ਕੇ ਵਿਚਾਰ ਕੀਤੀ ਭਾਈ ਮਹਿਤਾਬ ਸਿੰਘ ਜੋ ਕਿ ਮੀਰਾ ਕੋਟ ਵਾਲੇ ਸਨ ਤੇ ਦੂਜੇ ਭਾਈ ਸੁੱਖਾ ਸਿੰਘ ਜੀ ਸਨ ਉਹਨਾਂ ਨੇ ਜਿਹੜਾ ਹੈ ਆਪ ਜਿਹੜਾ ਉੱਠ ਕਰਕੇ ਉਸ ਵੇਲੇ ਕਿਹਾ ਕਿ ਅਸੀਂ ਸ਼ਾਮ ਸਿੰਘ ਦੇ ਨਾਲ ਜਾਵਾਂਗੇ ਸ੍ਰੀ ਅਮਰਸਰ ਤੇ ਮਸੇ ਰੰਗੜ ਦਾ ਸਰ ਵੱਡ ਕੇ ਲਿਆਵਾਂਗੇ ਤੇ ਇਹ ਜਿਹੜਾ ਹੈ ਅਰਦਾਸਾ ਸੋਧਿਆ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਗੇ ਮਹਾਰਾਜ ਦੇ ਚਰਨਾ ਚ ਅਰਦਾਸ ਕੀਤੀ ਕਿ ਸਾਨੂੰ ਜਿਹੜਾ ਹੈ ਪਾਤਸ਼ਾਹ ਜੀਓ ਇਹ ਸਾਨੂੰ ਇਹ ਸੇਵਾ ਬਖਸ਼ ਦਿਓ ਭਾਵੇਂ ਜਾਣ ਜਾਂਦੀ ਆ ਤਾਂ ਚਲੀ ਜਾਵੇ ਪਰ ਕਹਿੰਦੇ ਉਹਦਾ ਸਰ ਵੱਡ ਕੇ ਮਸਾ ਰੰਗੜ ਅਦਾਸ ਹੀ ਲਿਆਵਾਂਗੇ ਸੋ ਖਾਲਸੇ ਨੇ ਅਰਦਾਸ ਕਰ ਦਿੱਤੀ ਤੇ ਜਿਹੜਾ ਹਨ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਜ਼ਿਮੀਦਾਰ ਬਣ ਗਏ ਜਿਮੇਦਾਰਾਂ ਦੇ ਕੱਪੜੇ ਪਾ ਕੇ ਠੀਕਰਾਂ ਦੀਆਂ ਜਿਹੜੀਆਂ ਹਨ ਇਹਨਾਂ ਨੇ ਥੈਲੀਆਂ ਭਰ ਲੀਆਂ ਤੇ ਬਾਹਰ ਉਹਨਾਂ ਨੂੰ ਕਹਿਣ ਲੱਗੇ ਅਸੀਂ ਅੰਦਰ ਜਾਣਾ ਹੈ ਮੱਤੇ ਰੰਗੜ ਦੇ ਕੋਲ ਅਸੀਂ ਟੈਕਸ ਲੈ ਕੇ ਆਏ ਹਾਂ ਟੈਕਸ ਤਾਰਨਾ ਹੈ ਜਦੋਂ ਅੰਦਰ ਗਏ ਤਾਂ ਇਹਨੇ ਥੈਲੀਆਂ ਰੱਖੀਆਂ ਮੱਤਾ ਰੰਗੜ ਗੁੱਛ ਸੀਗਾ ਉਹ ਸ਼ਰਾਬਾਂ ਪੀ ਕੇ ਹੁੱਕੇ ਪੀ ਕੇ ਹੋਸ਼ ਗਵਾਈ ਬੈਠਾ ਸੀਗਾ ਮੁਜਰੇ ਕਰਾ ਰਿਹਾ ਸੀਗਾ ਉਹਨੇ ਜਦੋਂ ਥੈਲੀਆਂ ਥੱਲੇ ਰੱਖੀਆਂ ਉਹਨੇ ਆਪਣਾ ਸਿਰ ਥੱਲੇ ਕੀਤਾ ਉਹ ਥੈਲੀ ਚੱਕਣ ਵਾਸਤੇ ਭਾਈ ਮਹਿਤਾਬ ਸਿੰਘ ਨੇ ਆਪਣਾ ਜਿਹੜਾ ਸਰੀ ਸਭ ਸੰਭਾਲੀ ਉਹਦਾ ਸਰਵਡ ਦਿੱਤਾ ਸਰ ਵੱਡ ਕੇ ਜਿਹੜਾ ਨੇਜੇ ਤੇ ਰੱਖ ਕੇ ਭਾਈ ਮਹਿਤਾਬ ਸਿੰਘ ਜੀ ਵਾਪਸ ਆਏ ਆ ਕੇ ਸਿੰਘਾਂ ਦੇ ਕੋਲ ਆਉਣਾ ਕੀਤਾ ਤੇ ਫਿਰ ਉਸ ਵੇਲੇ ਸਿੰਘਾਂ ਨੇ ਜਿਹੜਾ ਹੈ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਦੇਖੋ ਹੁਣ ਇਹ ਗੱਲ ਜਿਹੜੀ ਸੀ ਸਿਰਫ ਸਿੰਘ ਜਾਣਦੇ ਸਨ ਵੀ ਕੀ ਨੇ ਜਿਹੜਾ ਮਸਰ ਰੰਗੜ ਦਾ ਸਰ ਵੱਡਿਆ ਹੋਰ ਕਿਸੇ ਨੂੰ ਨਹੀਂ ਪਤਾ ਸੀ ਪਰ ਉਹਨਾਂ ਦੇ ਵਿੱਚੋਂ ਇੱਕ ਅਕਿਲਦਾਸ ਹੋਇਆ ਕਹਿੰਦੇ ਅਕਲ ਦਾਸ ਨੇ ਜਾ ਕੇ ਦੱਸ ਦਿੱਤਾ ਵੀ ਇਹ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਦਾ ਕੰਮ ਹੈ ਇਹਨੇ ਜ਼ਕਰਿਆ ਖਾਨ ਨੂੰ ਇਹ ਗੱਲ ਦੱਸ ਦਿੱਤੀ ਤਾਂ ਕੀ ਹੋਇਆ ਉਸ ਵੇਲੇ ਭਾਈ ਮਹਿਤਾਬ ਸਿੰਘ ਜੀ ਜਿਹੜੇ ਹਨ ਉਹ ਛੱਡ ਕੇ ਮੀਰਾ ਕੋਟ ਨੂੰ ਚਲੇ ਗਏ ਸੋ ਉਸ ਵੇਲੇ ਇਹ ਸਾਰੀ ਜਿਹੜੀ ਮੁਗਲ ਹਕੂਮਤ ਦੀ ਜਿਹੜੀ ਸਰਕਾਰ ਦੀ ਆਮੀ ਤੇ ਉਹ ਆ ਗਈ ਆ ਕੇ ਮੀਰਾ ਕੋਟ ਦੇ ਵਿੱਚ ਭਾਈ ਮਹਿਤਾਬ ਸਿੰਘ ਜੀ ਨੂੰ ਲੱਭਣ ਲੱਗੀ ਉਸ ਵੇਲੇ ਭਾਈ ਮਹਿਤਾਬ ਸਿੰਘ ਦਾ ਇੱਕ ਪੁੱਤਰ ਸੀਗਾ 7 ਸਾਲਾਂ ਦਾ ਜਿਹਦਾ ਨਾਂ ਸੀ ਰਾਏ ਸਿੰਘ ਉਹ ਕੱਲਾ ਹੀ ਸੀ ਤੇ ਨਾਲ ਜਿਹੜਾ ਹਨ ਉਹਨਾਂ ਦੇ ਜਿਹੜੇ ਨੇਬਰ ਸਨ ਉਹਨਾਂ ਦੇ ਜਿਹੜੇ ਗਵਾਂਢੀ ਸਨ ਉਸੇ ਨੱਥੂ ਖਹਿਰਾ ਸਤੂ ਨੱਥੂ ਖਹਿਰਾ ਨੇ ਜਦੋਂ ਦੇਖਿਆ ਵੀ ਇਹ ਤਾਂ ਫੌਜਾਂ ਆ ਗਈਆਂ ਰਾਏ ਸਿੰਘ ਨੂੰ ਮਾਰਨ ਵਾਸਤੇ ਉਹਨਾਂ ਨੇ ਆਕੇ ਡਿਫੈਂਡ ਕੀਤਾ ਉਹਨਾਂ ਨੇ ਆਕੇ ਇਹ ਹਮਲੇ ਨੂੰ ਰੋਕਿਆ ਤਾਂ ਉਸ ਵੇਲੇ ਕੀ ਹੋਇਆ ਨੱਥੂ ਖਹਿਰਾ ਮਾਰਿਆ ਗਿਆ ਉਹਦੇ ਜਿਹੜੇ ਭਤੀਜੇ ਨਾਲ ਆਇਤੇ ਉਹ ਵੀ ਮਾਰੇ ਗਏ ਉਹਦੇ ਸੇਵਕ ਵੀ ਮਾਰੇ ਗਏ ਤੇ ਉਹਦਾ ਲੜਕਾ ਵੀ ਮਾਰਿਆ ਗਿਆ ਪਰ ਉਹਨੇ ਰਾਏ ਸਿੰਘ ਨੂੰ ਬਚਾ ਦਿੱਤਾ ਤਾਂ ਉਸ ਵੇਲੇ ਜਿਹੜਾ ਹੈ ਐਸਾ ਜਿਹੜਾ ਵਾਤਾਵਰਣ ਬਰਿਆ ਤੇ ਰਾਈ ਸਿੰਘ ਤਾਂ ਜਿਹੜਾ ਰਹਿ ਗਿਆ ਉਹ ਤਾਂ ਬਚ ਗਿਆ ਜਿੱਦਾਂ ਕਹਿੰਦੇ ਅੱਗੇ ਜਾ ਕੇ ਰਾਈ ਸਿੰਘ ਦਾ ਪੁੱਤਰ ਹੋਇਆ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ ਤੇ ਭਾਈ ਮਹਿਤਾਬ ਸਿੰਘ ਜੀ ਆਪ ਉਹਨਾਂ ਨੇ ਆ ਕੇ ਆਪਣੇ ਆਪ ਨੂੰ ਸਮਰਪਿਤ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਤਾਰੂ ਸਿੰਘ ਨੂੰ ਪਕੜ ਲਿਆ ਤਾਂ ਭਾਈ ਮਹਿਤਾਬ ਸਿੰਘ ਜੀ ਉਸ ਵੇਲੇ ਆਪੇ ਚੱਲ ਕੇ ਆਏ ਜ਼ਗਰੀਏ ਨੂੰ ਖਹਿਣ ਲੱਗੇ ਵੀ ਭਾਈ ਤਾਰੂ ਸਿੰਘ ਨੂੰ ਤੂੰ ਛੱਡ ਦੇ ਨਾ ਮਾਰਨਾ ਤਾਂ ਮੰਨੂ ਮਾਰ ਲਾ ਜੋ ਤੇਰਾ ਗੁੱਸਾ ਹੈ ਤੂੰ ਮੇਰੇ ਤੇ ਲਾਲਾ ਪਪਾਈ ਤਾਰੂ ਸਿੰਘ ਨੂੰ ਕੁਝ ਨਾ ਕਹੇ ਤਾਂ ਉਸ ਵੇਲੇ ਜਿਹੜਾ ਹੈ ਭਾਈ ਮਹਿਤਾਬ ਸਿੰਘ ਜਿਹੜੇ ਸਨ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਚਰਖੜੀਆਂ ਤੇ ਵਿੱਚ ਪਾ ਕੇ ਰੋਲੋ ਵਿੱਚ ਪਾ ਕਰਕੇ ਉਹਨੂੰ ਕੀਮਾ ਕੀਮਾ ਕਰ ਦਿੱਤਾ ਭਾਈ ਮਹਿਤਾਬ ਸਿੰਘ ਨੂੰ ਇਤਨਾ ਭਾਈ ਮਹਿਤਾਬ ਸਿੰਘ ਦੀ ਸ਼ਹੀਦੀ ਹੋਈ ਤੇ ਉਸ ਤੋਂ ਬਾਅਦ ਭਾਈ ਸੁਬੇਗ ਸਿੰਘ ਜੀ ਜੋ ਕਿ ਇੱਕ ਕੰਟਰੈਕਟਰ ਸਨ ਤੇ ਚੰਗੇ ਜਿਹੜੇ ਹਨ ਪੜੇ ਲਿਖੇ ਸਨ ਜਿਹੜਾ ਪರ್ಷੀਅਨ ਅਰਬੀ ਦੇ ਚੰਗੇ ਗਿਆਤਾ ਸਨ ਉਹਨਾਂ ਦਾ ਕੰਮ ਜਿਹੜਾ ਸੀਗਾ ਹਮੇਸ਼ਾ ਹੀ ਗਵਰਨਮੈਂਟ ਦੇ ਕੰਟਰੈਕਟ ਲਿਆ ਕਰਦੇ ਸਨ ਤਾਂ ਇੱਕ ਵਾਰ ਜਦੋਂ ਉਹਨਾਂ ਨੇ ਉਹਨਾਂ ਵੱਲ ਦੇਖਿਆ ਤੇ ਭਾਈ ਸ਼ਾਹਬਾਦ ਸਿੰਘ ਨੂੰ ਦੇਖਿਆ ਤਾਂ ਇਹਨਾਂ ਦਾ ਖਿਆਲ ਆਇਆ ਕਿ ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ ਇਹਨਾਂ ਨੂੰ ਪਕੜ ਕੇ ਲਿਆਂਦਾ ਤੇ ਪਿਓ ਪੁੱਤਰ ਨੂੰ ਕਹਿਣ ਲੱਗੇ ਤੁਸੀਂ ਮੁਸਲਮਾਨ ਬਣ ਜੋ ਭਾਈ ਸੁਬੇਕ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਜੀ ਕਹਿਣ ਲੱਗੇ ਭਾਈ ਦੇਖ ਜ਼ਕਰਿਆ ਖਾਂ ਸੇਦਾ ਹੈ ਅਸੀਂ ਆਪਣੀ ਗੁਰਸਿੱਖੀ ਨਹੀਂ ਛੱਡਣੀ ਕਹਿੰਦੇ ਤੁਹਾਨੂੰ ਬਹੁਤ ਕੁਝ ਦੇਾਂਗੇ ਕਹਿੰਦੇ ਅਸੀਂ ਕੁਝ ਨਹੀਂ ਲੈਣਾ ਸਾਨੂੰ ਸਿੱਖੀ ਚਾਹੀਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਪਿੱਠ ਨਹੀਂ ਦਿਖਾ ਸਕਦੇ ਸਿੱਖੀ ਨਾਲ ਸਿੱਖੀ ਹੀ ਕਮਾਵਾਂਗੇ ਤੇ ਸਿੱਖੀ ਦੇ ਨਾਲ ਹੀ ਅਸੀਂ ਸ਼ਹੀਦ ਹੋਵਾਂਗੇ ਸਿੱਖੀ ਵਾਸਤੇ ਹੀ ਸ਼ਹੀਦ ਹੋਵਾਂਗੇ ਤੇ ਇਹ ਜਿਹੜਾ ਹ ਸੁਣ ਕਰਕੇ ਜ਼ਕਰਿਆ ਖਾਨ ਨੇ ਹੁਕਮ ਸਨਾ ਦਿੱਤਾ ਪਹਿਲਾਂ ਇਹ ਸਾਖੀ ਬੜੀ ਲੰਮੀ ਆ ਪਰ ਸੰਖੇਪ ਵਿੱਚ ਕਰਦੇ ਹਾਂ ਤੇ ਉਹਨਾਂ ਨੂੰ ਵੀ ਚਰਖਰੀ ਤੇ ਚੜਾ ਕੇ ਪਿਓ ਪੁੱਤਰਾ ਨੂੰ ਸ਼ਹੀਦ ਕਰ ਦਿੱਤਾ ਕਹਿਰ ਵਰਤਿਆ ਜ਼ੁਲਮ ਦਾ ਜ਼ਕਰਿਆ ਖਾਨ ਜਿਹੜਾ ਸੀਗਾ ਨਾ ਇਹ ਇੱਕ ਤੋਂ ਇੱਕ ਵੱਧ ਜ਼ੁਲਮ ਕਰਦਾ ਗਿਆ ਪਰ ਦੇਖੋ ਪਰਮਾਤਮਾ ਵੀ ਤਾਂ ਕਿਤੇ ਵਸਦਾ ਹੈ ਨਾ ਇੰਨਾ ਜ਼ੁਲਮ ਇਹਨੇ ਕੀਤਾ ਧਰਤੀ ਤੇ ਜੋ ਜ਼ੁਲਮ ਹੁੰਦਾ ਧਰਤੀਆਂ ਪਾੜ ਜਾਂਦੀਆਂ ਨੇ ਤਾਂ ਉਸ ਵੇਲੇ ਇਹਨੇ ਐਸਾ ਇੱਕ ਪਾਪ ਕੀਤਾ ਜਿਹੜਾ ਕਿ ਇਹਨਾਂ ਨੇ ਭਾਈ ਤਾਰੂ ਸਿੰਘ ਨੂੰ ਜਾ ਕੇ ਗ੍ਰਿਫਤਾਰ ਕਰ ਲਿਆ ਭਾਈ ਤਾਰੂ ਸਿੰਘ ਜਿਹੜੇ ਹਨ 1720 1720 ਵਿੱਚ ਇਹਨਾਂ ਦਾ ਜ਼ੁਲਮ ਹੋਇਆ ਸ੍ਰੀ ਅਮਰਸਰ ਵਿਖੇ ਤੇ ਇਹ ਲੱਖੀ ਜਿਹੜਾ ਹਨ ਇਹਨਾਂ ਨੇ ਅੰਮ੍ਰਿਤ ਛਕਿਆ ਭਾਈ ਮਨੀ ਸਿੰਘ ਜੀ ਜਿਹੜੇ ਪੰਜ ਪਿਆਰਾਂ ਵਿੱਚ ਸਨ ਉਹ ਜਥੇ ਤੋਂ ਇਹਨਾਂ ਨੇ ਅੰਮ੍ਰਿਤ ਛਕਿਆ ਭਾ ਸ਼ਹੀਦ ਭਾਈ ਮਨੀ ਸਿੰਘ ਵਾਲੇ ਜਥੇ ਤੋਂ ਤੇ ਦੇਖੋ ਇਹ ਜਿਹੜੇ ਗੁਰਸਿੱਖ ਸਨ ਇੰਨੇ ਪਿਆਰੇ ਗੁਰਸਿੱਖ ਸਨ ਇਹਨਾਂ ਦੀ ਉਮਰ ਉਸ ਵੇਲੇ ਜਿਹੜੀ ਹੈ ਥੋੜੀ ਹੋ ਸੀਗੀ ਬਹੁਤ ਜਿਹੜੇ ਹਨ ਦੇਖੋ 1720 ਇਹ ਸ਼ਹੀਦ ਹੁੰਦੇ ਹਨ 1745 ਦੇ ਵਿੱਚ ਇਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ 25 ਸਾਲ ਦੀ ਉਮਰ ਸੀ ਬਸ ਜਿਹੜਾ ਹੈ ਸੋ ਇੰਨੀ ਛੋਟੀ ਉਮਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਸੇਵਾ ਕਰਿਆ ਕਰਦੇ ਸਨ ਲੱਖੀ ਜੰਗਲ ਦੇ ਵਿੱਚ ਜਿਹੜੇ ਸਿੱਖ ਭੁੱਖੇ ਹੁੰਦੇ ਸਨ ਨਾ ਉਹਨਾਂ ਕੋਲ ਜਾ ਕੇ ਇਹਨਾਂ ਨੇ ਪ੍ਰਸ਼ਾਦਾ ਛਕਾਉਣਾ ਇੱਥੋਂ ਤੱਕ ਜੇ ਕੋਈ ਪੰਡਤ ਆ ਜਾਂਦਾ ਸੀ ਨਾ ਵੀ ਮੇਰੀ ਲੜਕੀ ਨੂੰ ਚੁੱਕ ਕੇ ਲੈ ਗੇ ਭੁੱਖੇ ਸਿੱਖ ਭਾਈ ਤਾਰੂ ਸਿੰਘ ਨੇ ਜਦੋਂ ਬੇਨਤੀ ਕੀਤੀ ਸਿੱਖਾਂ ਨੇ ਸੱਤ ਦਿਨਾਂ ਦੇ ਭੁੱਖੇ ਗੁਰਸਿੱਖ ਪਹਿਲੀ ਹੱਥ ਰੋਟੀ ਆਈ ਤੇ ਆ ਕੇ ਉਸ ਬ੍ਰਾਹਮਣ ਨੇ ਆ ਕੇ ਬਗਜਰਾ ਹੰਟਰਲਾ ਕੱਢਿਆ ਕਿ ਮੇਰੀ ਬੇਟੀ ਨੂੰ ਚੁੱਕ ਕੇ ਲੈ ਗੇ ਇਹ ਕਹਿੰਦੇ ਵਿਆਹ ਦੇ ਮੰਡਲ ਦੇ ਵਿੱਚੋਂ ਗੁਰਸਿੱਖ ਗੁਰਸਿੱਖੋ ਮੇਰੀ ਤੀਜ ਨੂੰ ਬਚਾ ਲੋ ਤੇ ਉਸ ਵੇਲੇ ਦੇਖੋ ਸਿੱਖਾਂ ਨੇ ਹੱਥ ਵਿੱਚ ਫੜੀ ਰੋਟੀ ਸੱਤ ਦਿਨਾਂ ਦੇ ਭੁੱਖੇ ਜੈਕਾਰਾ ਛੱਡ ਕੇ ਕਹਿੰਦੇ ਇਹ ਰੋਟੀ ਉਦੋਂ ਆਕੇ ਖਾਵਾਂਗੇ ਜਦੋਂ ਇਸ ਬ੍ਰਾਹਮਣ ਦੀ ਜਿਹੜੀ ਹਨ ਪੁੱਤਰੀ ਨੂੰ ਛੱਡਾ ਕੇ ਲਿਆਵਾਂਗੇ ਦੇਖੋ ਹੁਮ ਮੁਖ ਹਕੂਮਤ ਪਿੱਛੇ ਪਈ ਹੈ ਕਿੰਨਾ ਜ਼ੁਲਮ ਹੋ ਰਿਹਾ ਸਿੱਖਾਂ ਦੇ ਉੱਤੇ ਸਿੱਖ ਫੇਰ ਵੀ ਜਿਹੜੇ ਹਨ ਇੰਨਾ ਉਹਨਾਂ ਦੇ ਵਿੱਚ ਜਜ਼ਬਾ ਹੈ ਇੰਨਾ ਪਿਆਰ ਹੈ ਮਹਾਰਾਜ ਦੇਖੋ ਜਿਵੇਂ ਗੁਰਬਾਣੀ ਵਿੱਚ ਸ਼ਬਦ ਹੈ ਨਾ ਜੇ ਭੁਖ ਦੇਹ ਤਾਂ ਤੁਜੇ ਜਰਾ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਦੇਖੋ ਸਿੱਖ ਜਿਹੜੇ ਹਨ ਇਹ ਭਾਵਨਾ ਵਾਲੇ ਹਨ ਕਿ ਜਿਹੜਾ ਹਨ ਇਹਨੂੰ ਦੁੱਖ ਨਹੀਂ ਦੇਣ ਦੇਣਾ ਕੀ ਹੋਇਆ ਜੀ ਉਹ ਸਿੱਖਾਂ ਨੇ ਜਾ ਕੇ ਉਸ ਦੀ ਤੀਨੁਸ਼ਾਲਾ ਕੇ ਲਿਆਂਦਾ ਭਾਈ ਤਾਰੂ ਸਿੰਘ ਐਸੀ ਸੇਵਾ ਐਸੇ ਗੁਰਸਿੱਖਾਂ ਦੀ ਸੇਵਾ ਕਰਿਆ ਕਰਦੇ ਸਨ ਇਹਨਾਂ ਨੂੰ ਪਕੜ ਕੇ ਲੈ ਗਏ ਤੇ ਕਹਿੰਦੇ ਤੁਸੀਂ ਆਪਣੇ ਕੇਸ ਕਤਲ ਕਰਕੇ ਮੁਸਲਮਾਨ ਬਣ ਜੋ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਕਹਿੰਦੇ ਖੋਪੜਾ ਲੱਥ ਜਾਏਗਾ ਸਾਡੇ ਕੇਸ ਨਾ ਕਟਿਓ ਜੇ ਕੇਸ ਦੂਰ ਕਰਨੇ ਹਨ ਤਾਂ ਸਾਡੀ ਸਕਲਪ ਜਿਹੜੀ ਹੈ ਇਹਨੂੰ ਦੂਰ ਕਰ ਦਿਓ ਤਾਂ ਉਹਨਾਂ ਨੇ ਰੰਬੀ ਲੈ ਕੇ ਉਰਦਾਂ ਦੀ ਸਕਲਪ ਜਿਹੜੀ ਸੀ ਉਹ ਵੱਢ ਦਿੱਤੀ ਕਿਸਾਂ ਸਮੇਤ ਉਸ ਕਲਪ ਨੂੰ ਕਢ ਦਿੱਤਾ ਤੇ ਭਾਈ ਤਾਰੂ ਸਿੰਘ ਹਜੇ ਜਿਉਂਦੇ ਸਨ ਦੇਖੋ ਹਜੇ ਇੰਨੀ ਛੋਟੀ ਉਮਰ ਚ ਸਨ ਉਸ ਵੇਲੇ ਭਾਈ ਤਾਰੂ ਸਿੰਘ ਨੂੰ ਜਿਹੜਾ ਹੈ ਚੁੱਕ ਕਰਕੇ ਉਹਨਾਂ ਨੇ ਜਰਵਾਨਿਆਂ ਨੇ ਕੀ ਕੀਤਾ ਇੱਕ ਸੁੱਕਾ ਹੋਆ ਖੂਹ ਸੀਗਾ ਡਰਾਈ ਵੈਲ ਜਿਹੜਾ ਸੀ ਉਹਦੇ ਵਿੱਚ ਜਾ ਛੁੱਟਿਆ ਭਾਈ ਤਾਰੂ ਸਿੰਘ ਦੀ ਭਗਤੀ ਦੇਖੋ ਕਿੰਸੀ ਹੈ ਉਸ ਖੂਹ ਵਿੱਚ ਡਿੱਗੇ ਨੇ 22 ਡੇਸ ਵਾਸਤੇ ਜਪਜੀ ਸਾਹਿਬ ਪੜਿਆ ਨਿਰੰਤਰ ਜਿਹੜਾ ਹੈ ਇੱਕ ਚੌਂਕੜੇ ਵਿੱਚ ਬਹਿ ਕੇ ਇੱਕ ਇੱਕ ਸਵਾਸ ਦੇ ਨਾਲ ਇੱਕ ਇੱਕ ਜਪਜੀ ਸਾਹਿਬ ਦਾ ਸ਼ਬਦ ਉਹਨਾਂ ਨੇ ਜਿਹੜਾ ਹਨ ਉਚਾਰਨ ਕੀਤਾ ਪੜਿਆ ਜਿਦੇ ਕਰਕੇ ਕੀ ਹੁੰਦਾ ਹੈ ਜ਼ਕਰਿਆ ਖਾਨ ਦਾ ਯੂਰਿਨ ਬੰਦ ਹੋ ਜਾਂਦਾ ਹੈ ਜ਼ਕਰਿਆ ਖਾਨ ਨੂੰ ਹੁਣ ਯੂਰਿਨ ਨਹੀਂ ਆਉਂਦਾ ਉਹਦਾ ਪਸ਼ਾਬ ਬੰਦ ਹੋ ਜਾਂਦਾ ਹੈ ਉਹਨੇ ਬੜੇ ਹਕੀਮਾਂ ਨੂੰ ਸੱਦਿਆ ਬੜਾ ਇਲਾਜ ਕਰਾਇਆ ਪਰ ਕੁਝ ਵੀ ਇਲਾਜ ਨਾ ਚੱਲਿਆ ਉਸ ਵੇਲੇ ਜਿਹੜਾ ਹੈ ਉਹਨੇ ਕੋਈ ਛਾਣੇ ਨੂੰ ਸੱਦਿਆ ਕਹਿੰਦਾ ਭਾਈ ਤੂੰ ਕੀ ਕੀਤਾ ਸੀਗਾ ਸਾਰੀ ਗੱਲ ਦੱਸੀ ਭਾਈ ਤਾਲੂ ਸਿੰਘ ਦੀ ਸ਼ਹੀਦੀ ਭਾਈ ਤਾਲੂ ਸਿੰਘ ਨੂੰ ਜਿਹੜਾ ਟੌਰਚਰ ਕੀਤਾ ਸੀ ਉਹ ਅੱਗੇ ਆ ਗਿਆ ਕਹਿੰਦੇ ਭਾਈ ਉਹ ਸਿੱਖ ਜਿਹੜਾ ਸੀ ਨਾ ਸੱਚਾ ਗੁਰੂ ਦਾ ਸਿੱਖ ਸੀਗਾ ਉਹ ਖੁਦਾ ਦਾ ਪਿਆਰਾ ਅੱਲਾਹ ਦਾ ਪਿਆਰਾ ਸੀਗਾ ਜ਼ਕਰਿਆ ਖਾਨ ਅੱਲਾਹ ਤੈਨੂੰ ਕਿਤੇ ਮaaf ਨਹੀਂ ਕਰੇਗਾ ਕਿਉਂਕਿ ਉਹ ਅੱਲਾਹ ਦਾ ਪਿਆਰਾ ਸੀਗਾ ਜਿੱਦ ਦਿਨ ਤੂੰ ਜ਼ੁਲਮ ਕੀਤਾ ਤਾਂ ਉਸ ਵੇਲੇ ਜ਼ਕਰਿਆ ਖਾਨ ਨੇ ਆਪਣੇ ਜਿਹੜਾ ਹਨ ਭੇਜਿਆ ਬੰਦਿਆਂ ਨੂੰ ਨਾਲ ਕੁਝ ਕੁ ਗੁਰਸਿੱਖਾਂ ਨੂੰ ਨਾਂ ਲੈ ਕਰਕੇ ਭਾਈ ਤਾਰੂ ਸਿੰਘ ਨਾਲ ਜਾ ਕੇ ਗੱਲ ਕੀਤੀ ਭਾਈ ਤਾਰੂ ਸਿੰਘ ਬਸ ਚੁੱਪ ਮਸਤ ਸਨ ਅਖੀਰ ਕਰ ਉਹ ਗੁਰਸਿੱਖਾਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆਓ ਤੇ ਕਹੋ ਕਿ ਜ਼ਕਰਿਆ ਖਾਨ ਦੇ ਸਰ ਵਿੱਚ ਮਾਰੋ ਤਾਂ ਇਹ ਪਸ਼ਾਬ ਉਹਦਾ ਆਏਗਾ ਕੀ ਹੋਇਆ ਜੁੱਤੀ ਜਿਹੜੀ ਹੈ ਭਾਈ ਤਾਰੂ ਸਿੰਘ ਜੀ ਦੀ ਸਿਰ ਜਿਹੜਾ ਜ਼ਕਰਿਆ ਖਾਨ ਦਾ ਸੂਬਾ ਹੈ ਲਾਹੌਰ ਦਾ ਉਹਦੇ ਸਿਰ ਤੇ ਵੱਜਦੀ ਹੈ ਜਿਉਂ-ਜਿਉਂ ਉਹ ਜੁੱਤੀ ਵੱਜਦੀ ਹੈ ਤਿਉਂ-ਤਿਉਂ ਜ਼ਕਰਿਆ ਖਾਨ ਦਾ ਜਿਹੜਾ ਪਸ਼ਾਬ ਰੁਕਿਆ ਉਹ ਚੱਲ ਪੈਂਦਾ ਹੈ ਉਹ ਜਿਹੜਾ ਹਨ ਉਹਨੂੰ ਜਿਹੜਾ ਜਿਹੜਾ ਹੈ ਥੋੜਾ ਜਿਹਾ ਸਕੂਨ ਮਿਲਣ ਲੱਗਿਆ ਹੈ ਸੁੱਖ ਮਿਲਣ ਲੱਗਿਆ ਉਹ ਕਹਿੰਦਾ ਹੋਰ ਮਾਰੋ ਹੋਰ ਮਾਰੋ ਜੁੱਤੀਆਂ ਮਾਰਦੇ ਆ ਮਾਰਦੇ ਆ ਜ਼ਕਰਿਆ ਖਾਨ ਦਾ ਸਿਰ ਛਲਣੀ ਛਲਣੀ ਹੋ ਗਿਆ ਤੇ ਜ਼ਕਰਿਆ ਖਾਨ ਮਾਰਿਆ ਗਿਆ ਸੋ ਦੇਖੋ ਜ਼ਕਰਿਆ ਖਾਨ 1745 1745 ਵਿੱਚ ਇਹ ਮਾਰਿਆ ਜਾਂਦਾ ਹੈ ਤੇ ਜ਼ਕਰਿਆ ਖਾਨ ਦੇ ਅੱਗੇ ਤਿੰਨ ਪੁੱਤਰ ਹੋਏ ਜਿਨ੍ਹਾਂ ਦਾ ਨਾਂ ਸੀਗਾ ਯਹੀਆ ਖਾਨ ਸ਼ਾਨਿਵਾਜ ਤੇ ਮੀਰ ਬਾਗੀ ਬਾਕੀ ਸੋ ਇਹ ਤਿੰਨ ਇਹਦੇ ਪੁੱਤਰ ਸਨ ਹੁਣ ਇਥੋਂ ਜਿਹੜੀ ਹੈ ਸਾਖੀ ਸ਼ੁਰੂ ਹੁੰਦੀ ਹਨ ਛੋਟੇ ਕੱਲੂ ਘਾਰੇ ਦੀ ਛੋਟਾ ਕੱਲੂ ਕਾਰਾ ਕਿਵੇਂ ਹੋਇਆ ਉਸ ਵੇਲੇ ਜਦੋਂ ਜੁਲਾਈ 1745 ਤੇ ਜ਼ਕਰਿਆ ਦੇ ਮਰਨ ਤੋਂ ਬਾਅਦ ਯਹੀਆ ਖਾਨ ਜਿਹੜਾ ਸੀਗਾ ਇਹ ਜਿਹੜਾ ਦਮਾਦ ਸੀਗਾ ਕਮਰਉਰਦੀਨ ਦਾ ਜੋ ਦਿੱਲੀ ਦਾ ਇੱਕ ਮਨਿਸਟਰ ਸੀਗਾ ਸੋ ਇਹਦਾ ਜਿਹੜਾ ਹੈ ਇਹ ਦਮਾਦ ਹੋਣ ਕਰਕੇ ਇਹ ਜਿਹੜਾ ਮੁਹੰਮਦ ਸ਼ਾਹ ਦਾ ਦਰਬਾਰ ਦਾ ਜਿਹੜਾ ਹੈ ਦਿਵਾਨ ਹੋਣ ਕਰਕੇ ਕਮਰ 우르딘 ਨੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਮੇਰੇ ਜਵਾਈ ਯਾਹੀਆ ਖਾਨ ਨੂੰ ਲਾਹੌਰ ਦਾ ਸੁਬੇਦਾਰ ਤੋਂ ਬਣਾ ਦੇ ਤਾਂ ਇਹ ਨੇ ਜਿਹੜੇ ਹਨ ਫਰਮਾਇਸ਼ ਪਾਈ ਰეკਮੈਂਡੇਸ਼ਨ ਦਿੱਤਾ ਪਰ ਮੁਹੰਮਦ ਸ਼ਾਹ ਇਹ ਗੱਲ ਤੇ ਖੁਸ਼ ਨਹੀਂ ਸੀਗਾ ਕਿਉਂਕਿ ਪਹਿਲਾਂ ਅਬਦੁਲ ਸਮਦ ਖਾਨ ਉਹ ਬਣਿਆ ਲਾਹੌਰ ਦਾ ਜਿਹੜਾ ਹਨ ਸੁਬੇਦਾਰ ਫਿਰ ਉਹਦਾ ਪੁੱਤਰ ਜ਼ਕਰਿਆ ਖਾਨ ਬਣਿਆ ਹੁਣ ਮੁਹੰਮਦ ਸ਼ਾਹ ਕਹਿਣ ਲੱਗਾ ਵੀ ਇਹ ਤਾਂ ਜਿਹੜਾ ਹਨ ਘਰ ਦੀ ਪ੍ਰਾਪਰਟੀ ਬਣਾ ਲਈ ਇਹਨਾਂ ਤਾਂ ਜਿਵੇਂ ਆਇਆ ਜਿਵੇਂ ਕੋਈ ਰਾਜ ਕਰਦੇ ਹੁੰਦੇ ਨੇ ਵੀ ਇਹ ਮਰੇਗਾ ਉਹਦਾ ਪੁੱਤਰ ਲਵੇਗਾ ਉਹਦਾ ਪੁੱਤਰ ਲਵੇ ਇਸ ਕਰਕੇ ਮੁਹੰਮਦ ਤਸ਼ਾਹ ਖੁਸ਼ ਨਹੀਂ ਸੀਗਾ ਇਹਨੂੰ ਦੇਣ ਵਾਸਤੇ ਉੱਥੇ ਥੋੜੀ ਜਿਹੀ ਡਿਲੇ ਹੋ ਗਈ ਉਹ ਦਿਨਾਂ ਦੇ ਵਿੱਚ ਸਿੱਖਾਂ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਛੇ ਮਹੀਨੇ ਦਾ ਸਮਾਂ ਹੋਇਆ ਜਦੋਂ ਇਹ ਜਿਹੜਾ ਹੈ ਡਿਲੀਸ਼ਨ ਜਿਹੜਾ ਸੀਗਾ ਲਾਹੌਰ ਦਾ ਸੁਬੇਦਾਰ ਕੌਣ ਹੈ ਇਹ ਜਿਹੜੇ ਹਨ ਫਿਰ ਇਹ ਜਿਹੜਾ ਝਮੇਲੇ ਦੇ ਵਿੱਚ ਛੇ ਮਹੀਨੇ ਲੰਗੇ ਜਿਦੇ ਵਿੱਚ ਫਿਰ ਸਿੱਖਾਂ ਨੇ ਜਿਹੜਾ ਹੈ ਕੁਝ ਆਪਣੇ ਕੰਮ ਕੀਤੇ 14 ਅਕਤੂਬਰ 1745 1700 ਜਿਹੜਾ ਹਨ 45 ਦੇ ਵਿੱਚ ਸਿੱਖਾਂ ਨੇ ਗੁਰਮਤਾ ਪਾਸ ਕੀਤਾ ਸ੍ਰੀ ਅਮਰ ਸਰ ਦੀ ਜਿਹੜੀਆਂ ਸੇਵਾ ਕਰਾਈ ਜੋ ਮਸੇ ਰੰਗਣ ਨੇ ਜੋ ਕਾਰਜ ਕੀਤੇ ਸਨ ਉਹ ਸਾਰਾ ਸਾਫ ਕੀਤਾ ਤੇ ਜਿਹੜੀਆਂ ਫਿਰ ਮਰੀਅਦਾ ਅਮਰ ਸਰ ਦੀ ਬਣੀ ਹੁਣ ਜ਼ਕਰਿਆ ਖਾਨ ਜਿਹੜਾ ਹੈ ਇਹਦਾ ਪੁੱਤਰ ਯਹੀਆ ਖਾਨ ਤੇ ਸ਼ਾਹ ਨਿਵਾਜ਼ ਇਹ ਦੋਮਾਂ ਦੀ ਬੜੀ ਆਪਸ ਵਿੱਚ ਲੜਾਈ ਹੋਣ ਲੱਗੀ ਬਹੁਤ ਆਪਸ ਵਿੱਚ ਇਹ ਭਿੜਨ ਲੱਗੇ ਕਿਉਂਕਿ ਯਹੀਆ ਖਾਨ ਕਹਿੰਦਾ ਮੈਂ ਸੁਬੇਦਾਰ ਬਣਨਾ ਹੈ ਸ਼ਾਹ ਨਿਵਾਜ਼ ਕਹਿੰਦਾ ਮੈਂ ਬਣਨਾ ਹੈ ਸੋ ਉਹਨੇ ਇੱਕ ਆਪਣੇ ਘਰ ਵਿੱਚ ਐਸੀ ਲੜਾਈ ਪਈ ਇਹਨੂੰ ਜਿਹੜਾ ਹੈ ਸਿਵਲ ਵਾਰ ਵੀ ਆਪਾਂ ਕਹਿ ਲਈਏ ਇਹ ਆਪਸ ਵਿੱਚ ਘਰ ਦੀ ਲੜਾਈ ਜਿਹੜੀ ਸੀ ਇੰਨੀ ਬੁਰੀ ਹੋਈ ਕਿ ਇੱਕ ਦੂਜੇ ਨੂੰ ਮਾਰਨ ਤੱਕ ਜਾਂਦੇ ਸਨ ਅਖੀਰਕਾਰ ਮੁਹੰਮਦ ਸ਼ਾਹ ਨੇ ਫੇ ਫੈਸਲਾ ਕੀਤਾ ਕਿ ਯਹੀਆ ਖਾਨ ਨੂੰ ਬਣਾ ਦਿੱਤਾ ਲਾਹੌਰ ਦਾ ਸੁਬੇਦਾਰ ਸਾਹ ਨਿਵਾਜ਼ ਨੂੰ ਮਲਤਾਨ ਦਾ ਗਵਰਨਰ ਬਣਾ ਦਿੱਤਾ ਜੋ ਜਾਨ ਨਿਵਾਸ ਨੂੰ ਕਿਹਾ ਤੂੰ ਜਾ ਕੇ ਮਲਤਾਨ ਨੂੰ ਸੰਭਾਲ ਤੇ ਐਸਾ ਜਿਹੜਾ ਯਹੀਆ ਖਾਨ ਜਦੋਂ ਚੜਿਆ ਨਾ ਇਹ ਬਣਿਆ ਸੁਬੇਦਾਰ ਲਾਹੌਰ ਦਾ ਆਪਣੇ ਜਿਹੜਾ ਹਨ ਦਾਦੇ ਦਾਦੇ ਦੀ ਤਰ੍ਹਾਂ ਫੇਰ ਇਹਦਾ ਜਿਹੜਾ ਪਿਤਾ ਸੀਗਾ ਜ਼ਕਰਿਆ ਖਾਨ ਇਹ ਯਹੀਆ ਖਾਨ ਨੇ ਵੀ ਕੋਈ ਕਸਰ ਨਾ ਛੱਡੀ ਇਹ ਵੀ ਕਹਿੰਦਾ ਮੈਂ ਸਿੱਖਾਂ ਨੂੰ ਖਤਮ ਕਰ ਦਿਆਂਗਾ ਮੈਂ ਇੱਕ ਵੀ ਸਿੱਖ ਨਹੀਂ ਰਹਿਣ ਦੇਣਾ ਕਿਉਂਕਿ ਪਤਾ ਸੀਗਾ ਪਿਤਾ ਮਰਿਆ ਹੈ ਸਿੱਖ ਦੀ ਜੁੱਤੀ ਦੇ ਨਾਲ ਤੇ ਇਹ ਜਿਹੜੀ ਬੇਇੱਜ਼ਤੀ ਕਿਵੇਂ ਸਹਾਰ ਸਕਦਾ ਸੀ ਇਹ ਕਹਿੰਦਾ ਮੈਂ ਕੋਈ ਵੀ ਸਿੱਖ ਨਹੀਂ ਛੱਡਣਾ ਆਇਆ ਉਹ ਦਿਨ ਜਨਵਰੀ ਜਿਹੜਾ ਹੰ 1700 ਜਿਹੜਾ ਹੰ 1746 ਦਾ ਉਹ ਸਾਲ ਸੀਗਾ ਉਹ ਦਿਨ ਨੂੰ ਕੀ ਹੋਇਆ ਸਿੱਖਾਂ ਨੂੰ ਜਿਹੜਾ ਸਿੱਖਾਂ ਦੀ ਫੌਜ ਨਾਲ ਜਿਹੜੀ ਲਾਹੌਰ ਦੇ ਵਿੱਚ ਇਹਨਾਂ ਦੀ ਭੇੜ ਹੋਈ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਜਿਹਦੇ ਕਰਕੇ ਲਾਹੌਰ ਤੋਂ ਜਿਹੜਾ ਯਹੀਆ ਖਾਨ ਨੇ ਇੱਕ ਪੈਗਾਮ ਜਾਰੀ ਕੀਤਾ ਤੇ ਇਹਦਾ دیਵਾਨ ਸੀਗਾ ਲਖਪਤ ਰਾਏ ਇੱਕ ਹਿੰਦੂ ਸੀਗਾ ਲਖਪਤਰ ਆਏ ਨੂੰ ਆਪਣੀਆਂ ਫੌਜਾਂ ਦੇ ਕੇ ਕਹਿੰਦਾ ਇਹ ਸਿੱਖਾਂ ਨੂੰ ਖਤਮ ਕਰ ਦੇ ਜਿਹੜਾ ਸਿੱਖ ਸਿਰ ਚੁੱਕਦਾ ਹੈ ਉਹਦਾ ਸਿਰ ਕੁਚਲ ਦਿਓ ਉਹਨੂੰ ਉੱਠਣ ਨਾ ਦਿਓ ਜਿਹੜੇ ਬਾਕੀ ਦੇ ਤਾਂ ਰਹਿਣ ਦਿਓ ਕੋਈ ਨਹੀਂ ਜਿਹੜੇ ਹੈਗੇ ਪਰ ਜਿਹੜਾ ਸਿੱਲ ਚੁੱਕੇਗਾ ਜਿਹੜਾ ਕੋਈ ਸੱਚ ਦੀ ਗੱਲ ਕਰੇਗਾ ਉਹਨੂੰ ਛੱਡਣਾ ਕੋਈ ਨਹੀਂ ਹੈਗਾ ਉਹਨੂੰ ਮਾਰ ਦੇਣਾ ਹੈ ਕਿਉਂਕਿ ਉਦੋਂ ਸੱਚ ਬੋਲਣਾ ਇੱਕ ਗੁਨਾਹ ਸੀਗਾ ਇੱਕ ਪਾਪ ਸੀਗਾ ਵੱਡਾ ਕੀ ਹੋਇਆ ਸਿੱਖਾਂ ਦਾ ਜੋ ਭੜ ਹੋਇਆ ਲੜਦਿਆਂ ਲੜਦਿਆਂ ਸਿੱਖ ਜਿਹੜੇ ਹਨ ਰਾਵੀ ਦੇ ਕੰਢੇ ਤੱਕ ਚਲੇ ਗਏ ਲਖਪਤ ਰਾਏ ਆਪਣੀ ਪੂਰੀ ਫੌਜ ਨੂੰ ਲੈ ਕੇ ਆਇਆ ਸਿੱਖਾਂ ਦੇ ਪਿੱਛੇ ਮਾਰਨ ਵਾਸਤੇ ਤਾਂ ਸਿੱਖਾਂ ਨੇ ਉਸ ਵੇਲੇ ਰਾਵੀ ਨੂੰ ਪਾਰ ਕਰਕੇ ਐਮੀਨਾਬਾਦ ਨੂੰ ਉੱਥੋਂ ਜਲਾ ਚਲਣਾ ਕੀਤਾ ਸਿੱਖ ਜਿਹੜੇ ਹਨ 2000 ਦੀ ਗਿਣਤੀ ਸੀਗੀ 2000 ਸਿੱਕੇਗਾ ਜੋ ਐਮੀਨਾਬਾਦ ਜਿਹੜਾ ਹੈ ਰੋੜੀ ਸਾਹਿਬ ਗੁਰਦੁਆਰਾ ਜਿਹੜਾ ਹੈ ਉੱਥੇ ਪਹੁੰਚ ਕੇ ਤੇ ਉੱਥੇ ਪਹੁੰਚ ਕਰਕੇ ਸਿੱਖਾਂ ਨੇ ਜਿਹੜਾ ਹੈ ਲੰਗਰ ਤਿਆਰ ਕਰਨ ਵਾਸਤੇ ਪ੍ਰਬੰਧ ਕੀਤਾ ਕਿ ਲੰਗਰ ਛਕ ਲიਏ ਲਾਲੇ ਦਰਸ਼ਨ ਕਰ ਲਈਏ ਰੋੜੀ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਹੈ ਕਹਿੰਦੇ ਵੀ ਉੱਥੇ ਆਪਾਂ ਥੋੜੇ ਚਿਰ ਆਰਾਮ ਵੀ ਕਰ ਲਵਾਂਗੇ ਇਹ ਗੱਲ ਨੂੰ ਸੁਣ ਕਰਕੇ ਲਖਪਤ ਰਾਏ ਦਾ ਇੱਕ ਭਰਾ ਸੀਗਾ ਜਿਹਦਾ ਨਾਂ ਸੀ ਜਸਪਤ ਰਾਏ ਤੇ ਇਹਨਾਂ ਦਾ ਹੋਰ ਇੱਕ ਵੀ ਭਰਾ ਵੀ ਲੈ ਨਰਪਤ ਰਾਏ ਸੋ ਤਿੰਨ ਭਰਾ ਸੀ ਇਹ ਸਾਰੇ ਸੋ ਲਖਪਤ ਰਾਏ ਦਾ ਭਰਾ ਜਸਪਤ ਰਾਏ ਜਿਹੜਾ ਸੀਗਾ ਇਹ ਉਸ ਵੇਲੇ ਜਿਹੜਾ ਹੈ ਚੱਲ ਕੇ ਆਇਆ ਕਿਉਂਕਿ ਇਹ ਏਰੀਆ ਇਸ ਦਾ ਏਰੀਆ ਸੀਗਾ ਜਿਹੜੇ ਏਰੀਆ ਵਿੱਚ ਇਹ ਸਿੱਪੇ ਸਲਾਰ ਜਾਂ ਜਿਹੜਾ ਹਨ ਫੌਜਦਾਰ ਬਣਿਆ ਹੋਇਆ ਸੀਗਾ ਸੋ ਲਖਪਤ ਰਾਏ ਜਿਹੜਾ ਹੈ ਜਦੋਂ ਇਹਨੇ ਸਿੱਖਾਂ ਨੂੰ ਦੇਖਿਆ ਤੇ ਰੋੜੀ ਸਾਹਿਬ ਵਿੱਚ ਆਗੇ ਹਨ ਤੇ ਇਹਨੂੰ ਇਹ ਵੀ ਖਬਰ ਮਿਲੀ ਵੀ ਲਖਪਤ ਰਾਏ ਇਹਨਾਂ ਦਾ ਕੁਝ ਨਾ ਬਿਗਾੜ ਸਕਿਆ ਤਾਂ ਉਸ ਵੇਲੇ ਇਹਨੇ ਆਕੇ ਸਿੱਖਾਂ ਨੂੰ ਕਿਹਾ ਕਿ ਇੱਥੋਂ ਤੁਸੀਂ ਚਲੇ ਜਾਓ ਇਹ ਇਲਾਕਾ ਮੇਰਾ ਹੈ ਤੁਸੀਂ ਇੱਥੇ ਨਹੀਂ ਰਹਿ ਸਕਦੇ ਤੁਸੀਂ ਇੱਥੋਂ ਚਲੇ ਜਾ ਸਿੱਖਾਂ ਨੇ ਜਿਹੜਾ ਹੈ ਚੰਗੀ ਤਰ੍ਹਾਂ ਇਹ ਜਸਪਤ ਰਾਏ ਨੂੰ ਜਿਹੜਾ ਹੈ ਕਿਹਾ ਕਿ ਦੇਖ ਅਸੀਂ ਸਿਰਫ ਇੱਥੇ ਲੰਗਰ ਛਕਣਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ ਤੇ ਥੋੜਾ ਜਿਹਾ ਆਰਾਮ ਕਰਕੇ ਅਸੀਂ ਭਲਕੇ ਸਵੇਰੇ ਚਲੇ ਜਾਣਾ ਹੈ ਇੰਨੀ ਉਹ ਗੱਲ ਕਹੀ ਤੇ ਕਹਿੰਦਾ ਜਿਹੜਾ ਹੈ ਜਸਪਤ ਰਾਏ ਕਹਿੰਦਾ ਮੇਰਾ ਸ਼ਹਿਰ ਤੇ ਤੁਸੀਂ ਬਾਗੀਆਂ ਨੂੰ ਮੈਂ ਇੱਥੇ ਲੰਗਰ ਛਕਾਵਾਂ ਤੇ ਉੱਤੋਂ ਇਹ ਪੁੱਠਾ ਇਹ ਬੋਲਿਆ ਕਹਿੰਦਾ ਤੁਹਾਡੇ ਕੇਸ਼ਾਂ ਨੂੰ ਕੱਟ ਕਰਕੇ ਮੈਂ ਇਹਨਾਂ ਦੇ ਰਸਤੇ ਵਟਾਂਗਾ ਕਹਿੰਦਾ ਹੁੱਕੇ ਦੇ ਵਿੱਚੋਂ ਪਾਲੀ ਲੰਘਾ ਕੇ ਤੁਹਾਡੇ ਸਿਰਾਂ ਤੇ ਪਾਵਾਂਗਾ ਕਹਿੰਦਾ ਮੈਂ ਤੁਹਾਨੂੰ ਖਤਮ ਕਰਾਂਗਾ ਤੁਸੀਂ ਕੌਣ ਹੁੰਦੇ ਹੋ ਤੇ ਕਹਿੰਦਾ ਇਹਦਾ ਜਸਪਤ ਰਾਏ ਨੇ ਬਹੁਤ ਪੁੱਠਾ ਸਿੱਧਾ ਬੋਲਿਆ ਇੱਥੋਂ ਤੱਕ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਇਹਨੇ ਨਿੰਦਿਆ ਕੀਤੀ ਦੇਖੋ ਹੈ ਹਿੰਦੂ ਹਨ ਲਖਪਤ ਰਾਏ ਜਸਪਤ ਰਾਏ ਨਰਪਤ ਰਾਏ ਹਿੰਦੂ ਘਰਾਣੇ ਦੇ ਨਾਲ ਜੁੜੇ ਹੋਏ ਹਨ ਪਰ ਇਹ ਜਿਹੜਾ ਹਨ ਇਹਨਾਂ ਨੌਕਰ ਹਨ ਮੁਗਲਾਂ ਦੇ ਤੇ ਮੁਗਲਾਂ ਦੇ ਜਿਹੜੇ ਨੌਕਰ ਹੁੰਦੇ ਸਨ ਉਸ ਵੇਲੇ ਜਿਵੇਂ ਸੁਚਾਨੰਦਪਾਦ ਵਿੱਚ ਹੋਇਆ ਇਹ ਜਿਹੜੇ ਹਨ ਇਹ ਹੁੰਦੇ ਸਨ ਕੈਨ ਮਾਤਰ ਇਹਨਾਂ ਦੇ ਨਾਂ ਹਿੰਦੂ ਸਨ ਪਰ ਇਹਨਾਂ ਦੀਆਂ ਕਰਤੂਤਾ ਜਿਹੜਾ ਹਣ ਮੁਸਲਮਾਨਾਂ ਵਾਲੀਆਂ ਸਨ ਖਾਣਾ ਵੀ ਜਿਹੜਾ ਬੀਫ ਵੀ ਖਾਂਦੇ ਸਨ ਪੁੱਠਾ ਸਿੱਧਾ ਜੋ ਜਿਹੜਾ ਮੁਸਲਮਾਨ ਕਰਦੇ ਇਹ ਕਰਦੇ ਸਨ ਸਿਰਫ ਇਹਨਾਂ ਦੇ ਨਾਂ ਹਿੰਦੂ ਹੋਣ ਕਰਕੇ ਇਹ ਇੱਕ ਰਾਜਨੀਤੀ ਮੁਗਲ ਹਿੰਦੂਆਂ ਨਾਲ ਖੇਡਦੇ ਸਨ ਵੀ ਤੁਹਾਡੇ ਅਸੀਂ ਦੀਵਾਨ ਰੱਖੇ ਹੋਏ ਹਨ ਤੇ ਇਹਨਾਂ ਨੂੰ ਹੀ ਵਰਤ ਕੇ ਤੇ ਉਹੀ ਜਿਹੜੇ ਹਨ ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਜ਼ੁਲਮ ਹੁੰਦਾ ਉਹਨਾਂ ਨੂੰ ਫੇਰ ਮਾਰਦੇ ਹਨ ਸੋ ਐਸਾ ਇਹ ਕਰਦੇ ਰਹੇ ਹਨ ਇਹਨਾਂ ਦੀ ਹਿਸਤਰੀ ਜੇ ਪੜ ਕੇ ਦੇਖੀਏ ਤੇ ਇਹ ਲਖਪਤ ਰਾਏ ਜਿਹੜਾ ਸੀਗਾ ਇਸ ਦਾ ਭਰਾ ਜਿਹੜਾ ਜਸਪਤ ਰਾਏ ਹੈ ਨਾ ਹੁਣ ਕਹਿੰਦੇ ਇਹਨੇ ਜਦੋਂ ਇਹ ਗੱਲ ਕਹੀ ਤੇ ਗੁਰੂ ਸਾਹਿਬ ਦੀ ਨਿੰਦਿਆ ਕਰਨ ਲੱਗ ਪਿਆ ਉਸ ਵੇਲੇ ਜਿਹੜਾ ਹੈ ਇਹ ਜਿਹੜਾ ਹੈ ਟੱਕਰਾ ਹੋ ਗਿਆ ਸਿੱਖਾਂ ਦਾ ਤੇ ਜਸਪਤ ਰਾਏ ਦਾ ਵੱਧੋਂ ਕੀ ਗੁਸਾਏ ਦੇ ਵਿੱਚ ਇਹ ਗੱਲ ਜਿਹੜੀ ਮਾਰਚ 1746 ਦੀ ਗੱਲ ਹੈ ਜਿੱਦੋਂ ਇਹ ਢੇੜ ਹੋਈ ਤਾਂ ਉਸ ਵੇਲੇ ਇੱਕ ਸਿੱਖ ਸੀਗਾ ਜੋ ਰਾਮਗੜਿਆ ਸਿੱਖ ਸੀਗਾ ਤਾਂ ਭਾਈ ਨਿਬਾਹੂ ਸਿੰਘ ਜੀ ਜੋ ਰੰਗਰੇਟਾ ਸਿੱਖ ਸੀਗਾ ਕਹਿੰਦੇ ਇਹ ਨਿਬਾਹੂ ਸਿੰਘ ਜੀ ਜਿਹੜੇ ਸਨ ਇਹਨਾਂ ਨੇ ਕੀ ਕੀਤਾ ਇਹ ਇੰਨੇ ਤਕੜੇ ਸਨ ਜਸਪਤ ਰਾਏ ਆਪਣੀ ਫੌਜ ਨੂੰ ਲੈ ਕੇ ਆਇਆ ਬੈਠਾ ਹਾਥੀ ਤੇ ਸੀਗਾ ਬੜਾ ਜਿਹੜਾ ਹੈ ਆਪਣੇ ਜਿਹਨਾਂ ਸਿਪਾ ਸਲਾਰ ਬਣਿਆ ਹੋਇਆ ਨਿਬਾਹੂ ਸਿੰਘ ਨੇ ਛਾਲ ਮਾਰ ਕੇ ਹਾਥੀ ਤੇ ਚੜ੍ਹ ਕਰਕੇ ਜਸਪਤ ਰਾਏ ਦਾ ਸਿਰ ਵੱਢ ਦਿੱਤਾ ਸਿਰ ਵੱਢ ਕਰਕੇ ਉਹ ਸਿਰ ਨੂੰ ਚੁੱਕ ਕਰਕੇ ਸਿੱਖਾਂ ਨੇ ਜਿਹੜਾ ਆਪਣੇ ਨੇਜੇ ਤੇ ਟੰਗ ਲਿਆ ਤਾਂ ਉਸ ਜਿਹੜਾ ਹਨ ਜਦੋਂ ਸਿਰ ਇਹਦਾ ਕਟਿਆ ਗਿਆ ਸਿੱਖਾਂ ਦੀ ਭੇੜ ਹੋਈ ਉਹਦੀ ਫੌਜਾਂ ਨਾਲ ਉਹਦੀਆਂ ਫੌਜਾਂ ਭੱਜ ਗਈਆਂ ਛੱਡ ਕੇ ਤਾਂ ਉਸ ਵੇਲੇ ਇਹ ਜਿਹੜਾ ਸਿਰ ਸਿੱਖਾਂ ਕੋਲ ਰਹਿ ਗਿਆ ਜਸਪਤ ਰਾਏ ਦਾ ਤਾਂ ਉਸ ਵੇਲੇ 바ਵਾ ਕਿਰਪਾ RAM ਗੁਸਾਈਂ ਜੋ ਇਹਨਾਂ ਦੇ ਫੈਮਿਲੀ ਦਾ ਗੁਰੂ ਸੀਗਾ ਜੋ ਇਹਨਾਂ ਦੇ ਜਿਹੜਾ ਹਨ ਇਹਨਾਂ ਦੇ ਘਰ ਦਾ ਜਿਹੜਾ ਹੈ ਪੁਜਿਤ ਸੀਗਾ ਸੋ ਉਹ ਆ ਗਿਆ ਉਹਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਸਿੱਖੋ ਮੈਨੂੰ ਜਸਪਤ ਰਾਏ ਦਾ ਸਿਰ ਦੇ ਦਿਓ ਤਾਂ ਕਰਕੇ ਮੈਂ ਇਹਦਾ ਸੰਸਕਾਰ ਕਰ ਦਵਾਂ ਤਾਂ ਉਸ ਵੇਲੇ ਸਿੱਖਾਂ ਨੇ ਉਹ ਸਿਰ ਵਾਪਸ ਦੇ ਦਿੱਤਾ 바ਵਾ ਕਿਰਪਾ ਰਾਮ ਗੁਸਾਈਨ ਨੂੰ ਤੇ ਬਾਬਾ ਜਿਹੜਾ ਹਨ ਕਿਰਪਾ ਰਾਮ ਗੁਸਾਈਨ ਨੇ 500 ਰੁਪਇਆ ਭੇਟਾ ਦਿੱਤਾ ਸਿੱਖਾਂ ਨੂੰ ਵੀ ਤੁਸੀਂ ਇਹ ਰੱਖੋ ਤੇ ਆਪਣਾ ਜਿਹੜਾ ਹੈ ਲੰਗਰ ਪਾਣੀ ਚਲਾਓ ਹੁਣ ਇਹਦੀ ਜਿਹੜਾ ਹਨ ਇਹਦਾ ਜਿਹੜਾ ਇਹਦੀ ਬਾਡੀ ਉੱਥੇ ਕਿਤੇ ਦੱਬੀ ਗਈ ਜਸਪਤ ਰਾਏ ਦੀ ਜਦੋਂ ਇਹ ਗੱਲ ਜਿਹੜੀ ਸੀਗੀ ਲਖਪਤ ਰਾਏ ਨੂੰ ਪਤਾ ਲੱਗੀ ਲਾਹੌਰ ਵਿੱਚ ਮੇਰਾ ਭਰਾ ਮਾਰ ਦਿੱਤਾ ਮੇਰਾ ਭਰਾ ਮਾਰਿਆ ਗਿਆ ਉਹਨੇ ਜਿਹੜਾ ਹੈ ਇਹ ਗੱਲ ਕਹੀ ਤੇ ਇਹਨੂੰ ਇੰਨਾ ਗੁੱਸਾ ਚੜਿਆ ਲਖਪਤ ਰਾਏ ਨੂੰ ਇਹਨੇ ਆਪਣੇ ਪੱਗ ਚੁੱਕ ਕਰਕੇ ਖੋਲ ਦਿੱਤੀ ਦੀਵਾਨ ਦੇ ਵਿੱਚ ਤੇ ਉਹ ਪੱਗ ਜਿਹੜੀ ਹੈ ਜਿਹੜਾ ਯਾਹੀਆ ਖਾਨ ਦੇ ਪੈਰਾਂ ਵਿੱਚ ਰੱਖ ਦਿੱਤੀ ਤੇ ਕਹਿੰਦਾ ਯਾਹੀਆ ਖਾਨ ਨੂੰ ਤੁਮ ਨੂੰ ਹੁਕਮ ਦੇ ਦੇ ਕਿ ਮੈਂ ਸਿੱਖਾਂ ਨੂੰ ਖਤਮ ਕਰ ਦੇਣਾ ਮੈਂ ਇੱਕ ਵੀ ਸਿੱਖ ਦੁਨੀਆ ਤੇ ਨਹੀਂ ਰਹਿਣ ਦੇਣਾ ਇੱਕ ਵੀ ਸਿੱਖ ਦੁਨੀਆ ਤੇ ਨਹੀਂ ਰਹੇਗਾ ਸਿੱਖਾਂ ਦਾ ਨਾਮ ਨਿਸ਼ਾਨ ਮੈਂ ਮਿਟਾ ਦੇਣਾ ਕਹਿੰਦੇ ਸਿੱਖ ਇਸ ਖਾਲਸਾ ਪੰਥ ਨੂੰ ਕਿਹਨੇ ਸਾਜਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਹੈ ਪਹਿਲਾ ਗੁਰਸਿੱਖੀ ਨੂੰ ਕਿਹਨੇ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਇਹ ਸਾਰੇ ਖੱਤਰੀ ਸਨ ਗੁਰ ਜਿਹੜਾ ਸਿੱਖਾਂ ਦੇ ਗੁਰ ਸਾਰੇ ਖੱਤਰੀ ਸਨ ਲਖਪਤ ਰਾਏ ਕਹਿੰਦਾ ਮੈਂ ਵੀ ਖੱਤਰੀ ਹਾਂ ਜੇ ਖੱਤਰੀਆਂ ਨੇ ਇਹ ਧਰਮ ਸ਼ੁਰੂ ਕੀਤਾ ਤਾਂ ਮੈਂ ਲਖਪਤ ਰਾਏ ਖੱਤਰੀ ਇਹ ਧਰਮ ਨੂੰ ਖਤਮ ਕਰਾਂਗਾ ਤਾਂ ਇਹਨੇ ਇਹ ਬੀੜਾ ਚੁੱਕ ਲਿਆ ਤੇ ਯਾਹੀਆ ਖਾਨ ਨੂੰ ਹੋਰ ਕੀ ਚਾਹੀਦਾ ਸੀ ਉਹ ਕਹਿੰਦਾ ਇਹ ਤਾਂ ਚੰਗਾ ਕੰਮ ਹੋ ਗਿਆ Hindu ਸਿੱਖਾਂ ਨੂੰ ਮਾਰਨਗੇ ਤੇ ਜਿਹੜਾ ਹਨ ਰਾਜ ਮੁਸਲਮਾਨ ਕਰਨਗੇ ਹੋਰ ਕੀ ਚਾਹੀਦਾ ਹੈ ਉਹਨੇ ਜਿਹੜਾ ਹੈ ਫੁੱਲ ਸਪੋਰਟ ਦਿੱਤੀ ਕਹਿੰਦਾ ਜੋ ਮਰਜੀ ਚਾਹੀਦਾ ਲੈ ਲੈ ਪਰ ਮਨੂੰ ਇੱਕ ਵੀ ਸਿੱਖ ਨਹੀਂ ਦਿਖਣਾ ਚਾਹੀਦਾ ਬਸ ਉਹੀ ਗੱਲ ਸੀਗੀ ਕਿ ਲਖਪਤ رائے ਨੇ ਹੁਣ ਜਿਹੜਾ ਹੈ ਇਹਨਾਂ ਕਹਿਰ ਵਰਤਾਇਆ ਸਿੱਖਾਂ ਦੇ ਉੱਤੇ ਕਿ ਇਹ ਗੱਲ ਜਿਹੜੀ ਹੈ ਇੱਕ ਸੋਮਵਾਰ ਵਾਲਾ ਦਿਨ ਆਇਆ ਜਿਹੜਾ ਮੱਸਿਆ ਵਾਲਾ ਦਿਨ ਸੀਗਾ ਸੋ ਸੋਮਵਾਰਾ ਵਾਲਾ ਦਿਨ ਤੇ ਜਿਹੜਾ ਹਨ ਉਸ ਵੇਲੇ ਮੱਸੀਆ ਵਾਲਾ ਨਿਊ ਮੂਨ ਜਿਹੜਾ ਹੈ ਤੇ 10th ਮਾਰਚ 1746 ਦਾ ਜਿਹੜਾ ਦਿਨ ਹੈ ਜਾਂ 13 ਚੇਤ 1803 ਬਿਕਰਮੀ ਉਹ ਦਿਨ ਨੂੰ ਕੀ ਹੋਇਆ ਇਹਨੇ ਜਿਹੜਾ ਐਲਾਨ ਕਰ ਦਿੱਤਾ ਲਖਪਤ رائے ਨੇ ਕਹਿੰਦਾ ਜਿੰਨੇ ਵੀ ਸਿੱਖ ਹਨ ਲਾਹੌਰ ਦੇ ਵਿੱਚ ਚਾਹੇ ਉਹ ਦੁਕਾਨਦਾਰ ਹਨ ਬਿਜ਼ਨਸਮੈਨ ਹਨ ਜਾਂ ਉਹ ਨੌਕਰੀਆਂ ਕਰਦੇ ਹਨ ਜਾਂ ਉਹ ਜਿਹੜੇ ਹਨ ਕਿਸੇ ਰਾਜੇ ਦੇ ਘਰ ਵਿੱਚ ਕੰਮ ਕਰਦੇ ਹਨ ਜਾਂ ਉਹ ਜਿਹੜਾ ਹੈ ਖੇਤੀ ਬਾੜੀ ਕਰਦੇ ਹਨ ਕਹਿੰਦਾ ਕੋਈ ਵੀ ਸਿੱਖ ਨੂੰ ਨਾ ਛੱਡੋ ਉਹਨੇ ਸਾਰੇ ਸਿੱਖ ਫੜ ਲਏ ਤੇ ਜਿਹੜਾ ਫੈਸਲਾ ਕੀਤਾ ਕਿ ਜਿਹੜਾ ਹੈ ਨਕਾਸ਼ ਚੌਂਕ ਦੇ ਵਿੱਚ ਵੀ ਇਹਨਾਂ ਨੂੰ ਸਾਰਿਆਂ ਨੂੰ ਮਾਰਿਆ ਜਾਵੇ ਤਾਂ ਉਸ ਵੇਲੇ ਲਖਪਤ ਰਾਏ ਨੇ ਕੀ ਕੀਤਾ ਕਹਿੰਦਾ ਵੀ ਜੇ ਗੁੜ ਗੁੜ ਜਿਹੜਾ ਸ਼ਬਦ ਹੈ ਨਾ ਗੁੜ ਕਹਿੰਦਾ ਗੁੜ ਸ਼ਬਦ ਜਿਹੜਾ ਹੈ ਇਹ ਨੂੰ ਇਹ ਗੁਰੂ ਨੂੰ ਯਾਦ ਕਰਾਉਂਦਾ ਇਹ ਗੁਰੂ ਦੇ ਨੇੜੇ ਦਾ ਸ਼ਬਦ ਹੈ ਗੁੜ ਇਹਨੇ ਕੀ ਕੀਤਾ ਗੁੜ ਕਹਿੰਦਾ ਗੁੜ ਨਹੀਂ ਕਹਿਣਾ ਇਹਨੇ ਬਹਿਨ ਕਰਤਾ ਸ਼ਬਦ ਗੁੜ ਕਹਿੰਦਾ ਰੋੜੀ ਕਿਆ ਕਰੋ ਸੋ ਜਿਹੜਾ ਹਨ ਇਹਨੂੰ ਰੋੜੀ ਦਾ ਨਾਮ ਰੱਖ ਦਿੱਤਾ ਫਿਰ ਇਹਨੇ ਕਿਹਾ ਕਿ ਗ੍ਰੰਥ ਗ੍ਰੰਥ ਨਾ ਕਹੋ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੇਤੇ ਆਉਂਦੇ ਨੇ ਪੋਥੀ ਸਾਹਿਬ ਕਹੋ ਇਹਨੇ ਗ੍ਰੰਥ ਵਰਡ ਨੂੰ ਵੀ ਬੈਨ ਕਰ ਦਿੱਤਾ ਇੱਥੋਂ ਤੱਕ ਇਹਨੇ ਕਿਹਾ ਕਿ ਜਿਹੜਾ ਵੀ ਕੋਈ ਸਿੱਖ ਗੁਰਬਾਣੀ ਪੜਦਾ ਫੜਿਆ ਗਿਆ ਜਾਂ ਮੂੰਹ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਂਦਾ ਸੁਣਿਆ ਉਹਦਾ ਢਿੱਡ ਪਾੜ ਦਿੱਤਾ ਜਾਏਗਾ ਉਸੇ ਵੇਲੇ ਉਹਦਾ ਢਿੱਡ ਪਾੜ ਕੇ ਜਿਹੜਾ ਜਿਹੜਾ ਹਨ ਰਿਪ ਆਫ ਕੀਤਾ ਜਾਏਗਾ ਇਹਨੇ ਐਸੇ ਐਸੇ ਹੁਕਮ ਸੁਣਾਏ ਤੇ ਇੱਥੇ ਬਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਇਤਿਹਾਸਿਕ ਗ੍ਰੰਥ ਸਨ ਹੈਂਡ ਰਿਟਨ ਗ੍ਰੰਥ ਮੈਨੂਸਕ੍ਰਿਪਟ ਜਿਹੜੇ ਆਪਣੇ ਪੁਰਾਣੇ ਹਨ ਜਿੰਨੇ ਪ੍ਰਾਤਨ ਗ੍ਰੰਥ ਸਨ ਉਸ ਵੇਲੇ ਦੇ ਇਹਨੇ ਚੱਕ ਚੱਕ ਕੇ ਸਾਰੇ ਜਿਹੜੇ ਹਨ ਸਾੜ ਦਿੱਤੇ ਸੰਸਕਾਰ ਕਰ ਦਿੱਤਾ ਤੇ ਉਹ ਜਿਹੜੇ ਹਨ ਬਾਕੀ ਦੀਆਂ ਨੂੰ ਜਿਹੜਾ ਹਨ ਖੁਈਆਂ ਦੇ ਵਿੱਚ ਛੜ ਦਿੱਤਾ ਕਹਿੰਦਾ ਮੈਂ ਸਿੱਖੀ ਨੂੰ ਖਤਮ ਕਰਨਾ ਹੈ ਸਿੱਖਾਂ ਨੂੰ ਖਤਮ ਕਰਨਾ ਹੈ ਸਿੱਖਾਂ ਦੇ ਗ੍ਰੰਥ ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਰਾਣ ਨਹੀਂ ਦੇਣਾ ਮੈਂ ਇਹਨੇ ਸਭ ਕੁਝ ਖਤਮ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਪਾਪ ਇਹਨੇ ਕੀਤਾ ਕਿ ਇਹ ਕਹਿੰਦਾ ਮੈਂ ਕੋਈ ਸਿੱਖ ਨੂੰ ਨਹੀਂ ਛੜਨਾ ਤੇ ਇਹ ਗੱਲ ਨੂੰ ਸੁਣ ਕਰਕੇ ਨਾ ਉਸ ਵੇਲੇ ਜਿਹੜਾ ਹਨ ਉਸ ਸਮੇਂ ਦੇ ਰਹਿਣ ਵਾਲੇ ਕੁਝ ਸਿਆਣੇ ਬੰਦੇ ਸਨ ਉਹਨਾਂ ਨੇ ਜਾ ਕੇ ਇਹਨੂੰ ਸਮਝਾਇਆ ਕਹਿੰਦੇ ਲਖਪਤ ਰਾਏ ਦੇਖ ਕਹਿੰਦੇ ਤੂੰ ਐਸਾ ਨਾ ਕਰ ਪਹਿਲੀ ਗੱਲ ਹੈ ਕਹਿੰਦੇ ਮੱਸੀਆ ਦਾ ਦਿਨ ਹੈ ਸੋਮਵਾਰ ਵਾਲਾ ਦਿਨ ਹੈ ਕਹਿੰਦੇ 10 ਮਾਰਚ 1746 ਵਾਲਾ ਸਮਾਂ ਹੈ ਕਹਿੰਦੇ ਤੂੰ ਕਿਉਂ ਪਾਪ ਕਰਦਾ ਹਾਂ ਇਹ ਤਾਂ ਚੰਗਾ ਦਿਨ ਹੈ ਤੇ ਦੂਜੀ ਗੱਲ ਕਹਿੰਦੇ ਸਿੱਖਾਂ ਨੇ ਆਪਣਾ ਵਿਗਾੜਿਆ ਕੀ ਹੈ ਕਹਿੰਦੇ ਸਿੱਖਾਂ ਦੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪਾਈ ਲਾਹੌਰ ਦੇ ਵਿੱਚ ਫਿਰ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦਿੱਤਾ ਚੌਂਦਰੀ ਚੌਕ ਦੇ ਵਿੱਚ ਕਹਿੰਦੇ ਜਦੋਂ ਉਦੋਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦਾ ਨਾ ਕਰਦੇ ਤਾਂ ਅੱਜ ਸਾਰੇ ਹਿੰਦੂ ਮੁਸਲਮਾਨ ਹੁੰਦੇ ਹਿੰਦੂ ਧਰਮ ਦਾ ਖੁਰਾ ਖੋਜ ਮਿਟ ਜਾਣਾ ਸੀਗਾ ਜਿਹੜਾ ਧਰਮ ਬਿਲਕੁਲ ਖਤਮ ਹੋ ਜਾਣਾ ਸੀਗਾ ਕਹਿੰਦਾ ਗੱਲ ਨਾ ਭੁੱਲ ਗੁਰੂ ਗੋਬਿੰਦ ਸਿੰਘ ਨੇ ਜਿੰਨੇ ਜੰਗ ਕੀਤੇ ਹਨ ਇਹ ਜਿਹੜਾ ਹੈ ਆਪਾਂ ਨੂੰ ਉਹਨਾਂ ਨੇ ਆਜ਼ਾਦੀ ਦਿੱਤੀ ਹੈ ਉਹਨਾਂ ਨੇ ਆਪਣੇ ਧਰਮ ਨੂੰ ਬਚਾਇਆ ਹੈ ਤੇ ਕਹਿੰਦੇ ਤੂੰ ਕਿਉਂ ਹਿੱਸਾ ਕਰਦਾ ਹਾਂ ਤੇ ਇਹਨੇ ਜਿਹੜਾ ਹੈ ਬੜਾ ਕੋਰਾ ਕਰਾਰਾ ਜਵਾਬ ਦਿੱਤਾ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਤਾਂ ਇੰਨਾ ਹੀ ਪਤਾ ਹੈ ਮੈਂ ਕੋਈ ਸਿੱਖ ਰਹਿ ਨਹੀਂ ਦੇਣਾ ਮੈਂ ਸਾਰੇ ਨੂੰ ਖਤਮ ਕਰ ਦੇਣਾ ਹੈ ਇਸ ਕਰਕੇ ਜਿਹੜਾ ਹੈ ਉਸ ਵੇਲੇ ਜਿਹੜਾ ਹੈ ਲਖਪਤ ਰਾਏ ਨੇ ਕੀ ਕੀਤਾ ਮਲਤਾਨ ਬਹਾਵਲਪੁਰ ਕਸੂਰ ਜਲੰਧਰ ਇਹਨਾਂ ਤੋਂ ਜਿਹੜੀਆਂ ਆਪਣੀਆਂ ਫੌਜਾਂ ਇਕੱਠੀਆਂ ਕਰੀਆਂ ਬਹੁਤ ਸਾਰੀਆਂ ਫੌਜੀਆਂ ਇਕੱਠਾ ਕਰਕੇ ਤੇ ਸਿੱਖਾਂ ਨੂੰ ਹੋਰ ਕੋਈ ਥਾਂ ਰਹਿ ਨਹੀਂ ਗਿਆ ਕਿਉਂਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਸੀ ਇਹ ਮਾਰ ਦਿੰਦਾ ਸੀ ਇਹ ਛੜਦਾ ਕੋਈ ਨਹੀਂ ਸੀ ਤੇ ਲਾਹੌਰ ਦੇ ਵਿੱਚ ਨਕਾਸ ਚੌਂਕ ਦੇ ਵਿੱਚ ਇਹਨੇ ਸਾਰੇ ਸ਼ਹਿਰ ਵਿੱਚ ਰਹਿਣ ਵਾਲੇ ਸਿੱਖ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਰਿਆ ਕਿੰਨਿਆਂ ਨੂੰ ਖੜਾ ਖੜਾ ਕੇ ਚੌਂਕ ਚੌਂਕ ਹੁੰਦਾ ਹੈ ਰੌਂਡ ਬੋਰਡ ਨਾ ਜਾਂ ਕੋਈ ਸੈਂਟਰ ਥਾਂ ਜਿਹੜਾ ਹੁੰਦਾ ਹੈ ਇਹਨੇ ਉੱਥੇ ਖੜਾ ਕੇ ਸਾਰਿਆਂ ਨੂੰ ਮਾਰਨਾ ਕੀਤਾ ਸਿੱਖ ਕੋਈ ਨਹੀਂ ਛੱਡਿਆ ਲਾਹੌਰ ਵਿੱਚ ਜਿੰਨੇ ਬੱਚੇ ਜਿਹੜੇ ਹਨ ਸਿੱਖ ਸਨ ਜਿਹੜੇ ਭੱਜ ਗਏ ਸਨ ਜਥਿਆਂ ਦੇ ਨਾਲ ਤੇ ਇਹਨਾਂ ਦੀ ਗਿਣਤੀ ਜਿਹੜੀ ਹੈ ਇਤਿਹਾਸ ਨੇ ਦੱਸਿਆ 15000 15000 ਸਿੱਖ ਸਨ ਇਕੱਠੇ ਹੋ ਗਏ ਇਹ ਰਾਵੀ ਦੇ ਕੰਡੇ ਤੇ ਜਾ ਕਰਕੇ ਉਸ ਵੇਲੇ ਇਹਨਾਂ ਨੇ ਜਿਹੜਾ ਹੈ ਹੋਰ ਕੋਈ ਥਾਂ ਇਹਨਾਂ ਨੂੰ ਨਾਲ ਲੱਭਿਆ ਇਹ ਖਾਨੂੰਵਣ ਕਣੂ ਆਣ ਜਿਹੜਾ ਹੈ ਇੱਕ ਜੰਗਲ ਹੈ ਗੁਰਦਾਸਪੁਰ ਦਾ ਏਰੀਆਰ ਹੈ ਇਹ ਜਿਹੜਾ ਥਾਂ ਹੈ ਕਾਹੋ ਜੱਟੀ ਨੇ ਜਿਹੜਾ ਹੈ ਚੱਕੀ ਜਿਹੜੀ ਹਣ ਰਿਵਰ ਜਾਂ ਚੱਕੀ ਜਿਹੜੀ ਹੈ ਉਹ ਨਦੀ ਦੇ ਕਿਨਾਰੇ 1200 ਜਿਹੜਾ ਹਨ ਜਿਹੜਾ ਹਨ 1243 ਦੇ ਵਿੱਚ ਇਹਨੂੰ ਲੱਭਿਆ ਸੀਗਾ ਤੇ ਇਹਨੂੰ ਜਿਹੜਾ ਹੈ ਇਹ ਬਹੁਤ ਵੱਡਾ ਇੱਕ ਲੈਕ ਹੈ ਤੇ ਬਹੁਤ ਵੱਡਾ ਜੰਗਲ ਹੈ ਤੇ ਇਹਦਾ ਪੈਰੀਮੀਟਰ ਜਿਹੜਾ ਹੈ 25 ਮਾਈਲ ਤੱਕ ਹੈ ਜਿਹੜਾ ਹਨ ਇਹਦੀ ਜਿਹੜੀ ਵਾਈਡਨੈਸ ਹੈ ਉਹ 6 ਮਾਈਲ ਤੱਕ ਵੱਡੀ ਲੰਮੀ ਹੈ ਬਹੁਤ ਵੱਡਾ ਜੰਗਲ ਹੈ ਤੇ ਇਹ ਜਿਹੜਾ ਹੈ ਇਹਦੀਆਂ ਜਿਹੜੇ ਰੇਂਜ ਹਨ ਕੀੜੀ ਅਫਗਾਨਾਂ ਤੱਕ ਜਾਂਦੀ ਹੈ ਬਹੁਤ ਵੱਡਾ ਇਹ ਥਾਂ ਹੈ ਤੇ ਇਹ ਜਿਹੜਾ ਇੱਕੋ ਇੱਕ ਫੋਰੈਸਟ ਹੈ ਜਿਹੜਾ ਕਿ ਬਚਿਆ ਹੋਇਆ ਹੈ ਉਸ ਥਾਂ ਦਾ ਉਸ ਵੇਲੇ ਸਿੱਖਾਂ ਵਾਸਤੇ ਇਹ ਬੈਸਟ ਥਾਂ ਸੀ ਕਿਉਂਕਿ ਸਿੱਖ ਹਮੇਸ਼ਾ ਉੱਥੇ ਰਿਆ ਕਰਦੇ ਸਨ ਜੰਗਲਾਂ ਦੇ ਵਿੱਚ ਰਹਿ ਕਰਕੇ ਉਹਨਾਂ ਨੂੰ ਭੇਤ ਲੱਗ ਜਾਂਦਾ ਸੀਗਾ ਵੀ ਕਿੱਥੇ ਪਾਣੀ ਹੈ ਕਿੱਥੇ ਦਰੱਖਤ ਜੋ ਜੰਗਲਾਂ ਵਿੱਚ ਜਾਂਦੇ ਸਨ ਮੁਗਲ ਉਹਨਾਂ ਨੂੰ ਲੱਭ ਨਹੀਂ ਸਕਦੇ ਸਨ ਪਰ ਅਤਕੀ ਕੀ ਹੋਇਆ ਇਹ ਜਿਹੜਾ ਫੋਰਸ ਸੀਗਾ ਸਿੱਖ ਤਾਂ ਅੰਦਰ ਚਲੇ ਗਏ ਤੇ ਲਖਪਤ ਰਾਏ ਜਿਹੜਾ ਇਹ ਕੈਲੂਨ ਕਿ ਜਿਹੜਾ ਕੇਲਾ ਨੂ ਜਾਂ ਕਲਾ ਨੂਰ ਤੋਂ ਸੀਗਾ ਕਲਾ ਨੂਰ ਜਿਹੜਾ ਹੈ ਬਿਲਕੁਲ ਜਿਹੜਾ ਹੈ ਇਹ ਜਿਹੜਾ ਹਨ ਕਾਣ ਕਾਵਨ ਦੇ ਨਾਲ ਹੀ ਹੈ ਜੰਗਲ ਦੇ ਤੇ ਇਥੇ ਜਿਹੜਾ ਹੈ ਇੱਥੇ ਰਿਸ਼ਤੇਦਾਰ ਬੜੇ ਰਹਿੰਦੇ ਸਨ ਉਹਨਾਂ ਰਿਸ਼ਤੇਦਾਰਾਂ ਦੀ ਸਿਹਤਾਂ ਲੈ ਕੇ ਇਹ ਲਗ ਜਿਹੜਾ ਹਨ ਲਖਪਤ رائے ਨੇ ਸਾਰਾ ਭੇਦ ਜਾਣ ਲਿਆ ਵੀ ਸਿੱਖ ਕਿੱਥੇ ਹਨ ਇਹਨੇ ਐਸਾ ਘੇਰਾ ਪਾਇਆ ਕਿ ਸਿੱਖ ਜਿਹੜੇ ਹਨ ਹੁਣ ਉਸ ਜੰਗਲ ਵਿੱਚ ਫਸ ਗਏ ਹਨ ਤੇ ਨਾ ਇਧਰ ਜਾ ਸਕਦੇ ਨਾ ਉਧਰ ਜਾ ਸਕਦੇ ਇਹਨਾਂ ਦਾ ਜਿਹੜਾ ਹੈ ਖਾਣੇ ਦਾ ਸਪਲਾਈ ਵੀ ਬੰਦ ਹੋ ਗਿਆ ਕਿਉਂਕਿ ਘੇਰਾ ਪੈ ਗਿਆ ਸਰਾਊਂਡਡ ਹੋ ਗਏ ਤੇ ਸਿਰ ਪਾਣੀ ਮਿਲਦਾ ਜਾਂ ਪੱਤੇ ਖਾਂਦੇ ਹਨ ਜਦੋਂ ਇਹਨੇ ਲਖਪਤ ਰਾਏ ਨੇ ਐਸਾ ਦੇਖਿਆ ਵੀ ਇਹ ਪੱਤੇ ਖਾ ਰਹੇ ਹਨ ਇਹਨੇ ਜੰਗਲਾਂ ਨੂੰ ਅੱਗ ਲਾ ਦਿੱਤੀ ਜੰਗਲਾਂ ਨੂੰ ਅੱਗ ਲਾ ਕੇ ਵੀ ਇਹ ਪੱਤੇ ਵੀ ਇਹਨਾਂ ਨੂੰ ਖਾਣ ਨੂੰ ਨਾ ਮਿਲਣ ਤਾਂ ਉਸ ਵੇਲੇ ਜਿਹੜਾ ਹੈ ਦੇਖੋ ਇਹ ਜਿਹੜਾ ਕਾਨੂੰਵਾਣ ਹੈ ਇਹਦੇ ਇੱਕ ਪਾਸੇ ਵੈਸਤਵਲ 라ਵੀ ਹੈ ਤੇ ਇਸਤਵਲ ਜਿਹੜਾ ਹਲ ਬਿਆਸ ਹੈ ਤੇ ਜਿਹੜਾ ਹਨ ਸਾਹਮਣੇ ਮਾਊਂਟਨਸ ਹਨ ਸਾਹਮਣੇ ਬਹੁਤ ਵੱਡੇ ਵੱਡੇ ਪਹਾੜ ਹਨ ਬਸੂਲੀ ਦੇ ਜਾਂ ਕਤੂਹਾ ਵੀ ਕਹਿ ਦਈਏ ਸੋ ਉਹ ਜਿਹੜਾ ਥਾਂ ਹੈ ਉਹ ਸਾਰਾ ਜਿਹੜਾ ਪਹਾੜੀ ਇਲਾਕਾ ਹੈ ਤੇ ਉਹ ਹੀ ਪਹਾੜੀ ਇਲਾਕੇ ਜਿਹੜਾ 22 ਧਰ ਦੇ ਰਾਜੇ ਜਾਂ ਕਿੰਨੇ ਧਰ ਦੇ ਰਾਜੇ ਜਿਹੜੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਹਾਂਜੀ ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਰਾਜ ਉਦੋਂ ਤੱਕ ਹੋ ਚੁੱਕੇ ਸਨ ਉਹ ਬਹੁਤ ਸਾਰਾ ਉਹਨਾਂ ਦਾ ਏਰੀਆ ਸੀ ਸਾਰਾ ਉੱਤੇ ਤੇ ਇਹੀ ਜਿਹੜੇ ਹਨ ਰਾਜੇ ਜਿਹੜੇ ਹਨ ਸਿੱਖਾਂ ਦੇ ਵੈਰੀ ਸਨ ਤੇ ਮੁਗਲਾਂ ਦੇ ਨਾਲ ਰਲੇ ਹੋਏ ਸਨ ਮੁਗਲਾਂ ਦੀ ਮਦਦ ਕਰਦੇ ਸਨ ਪਹਿਲਾਂ ਤੋਂ ਹੀ ਲੈ ਕੇ ਤਾਂ ਇਹ ਜਿਹੜਾ ਹੈ ਹੁਣ ਦੇਖੋ ਸਿੱਖਾਂ ਵਾਸਤੇ ਅੱਗ ਨੂੰ ਜਿਹੜਾ ਹਨ ਜੰਗਲ ਨੂੰ ਅੱਗ ਲਾ ਦਿੱਤੀ ਤੇ ਸਾਹਮਣੇ ਆਉਣ ਜੋਗੇ ਨਹੀਂ ਰਹੇ ਤੇ ਫੇਰ ਖਾਣਾ ਬੰਦ ਹੋ ਗਿਆ ਦੂਸਰਾ ਹੁਣ ਸਿੱਖਾਂ ਕੋਲ ਜਿਹੜਾ ਹੈ ਆਪਸ਼ਨ ਕੀ ਹੈ ਜਾਂ ਤਾਂ ਉਹ ਵਗਦੀ ਜਿਹੜੀ ਹੈ ਨਦੀ ਜਿਹੜੀ ਕਿ ਰਾਵੀ ਹੈ ਜਾਂ ਤਾਂ ਉਹਦੇ ਵਿੱਚ ਛਾਲ ਮਾਰਨ ਦੂਜਾ ਜਾਂ ਪਹਾੜੀ ਇਲਾਕੇ ਵਾਲ ਜਾਣ ਤੇ ਤੀਜਾ ਜਾਂ ਫੇ ਲਖਪਤ ਰਾਏ ਦੀ ਜਿਹੜੀ ਸੈਨਾ ਹੈ ਇਹਦਾ ਸਾਹਮਣਾ ਕਰਨ ਹੁਣ ਇਹੀ ਚੋਇਸ ਰਹਿ ਗਏ ਇਤੋਂ ਵੱਧ ਹੋਰ ਕੋਈ ਚੋਇਸ ਨਹੀਂ ਸਿੱਖਾਂ ਦੇ ਕੋਲ ਤਾਂ ਉਸ ਵੇਲੇ ਐਸਾ ਹੋਇਆ ਕਿ ਜਿਹੜੇ ਜਥੇਦਾਰ ਸਨ ਆ ਇਹ 15000 ਸਿੱਖਾਂ ਦੀ ਜਿਹੜੇ ਫੌਜ ਸੀ ਜਾਂ ਸਿੱਖ ਜਿਹੜੇ ਸਨ ਕਈ ਵਿੱਚੋ ਸਵਿਲੇ ਮੀਸਨ ਕਈ ਬੱਚੇ ਵੀ ਸਨ ਔਰਤਾਂ ਵੀ ਹੋਣਗੀਆਂ ਤੇ ਇਹ ਸਾਰੇ ਅੰਦਰ ਫਸ ਗਏ ਹਨ ਇਹ ਉਸ ਵੇਲੇ ਦੇ ਜਿਹੜੇ ਜਥੇਦਾਰ ਹਨ ਨਵਾਬ ਕਪੂਰ ਸਿੰਘ ਜੀ ਹੋਏ ਸੋ ਸਰਦਾਰ ਚਾਰਤ ਚਾਰਤ ਸਿੰਘ ਜੀ ਹੋਏ ਚਾਰਤ ਸਿੰਘ ਜਿਹੜੇ ਹਨ ਇਹ ਦਾਦਾ ਜੀ ਸਨ ਮਹਾਰਾਜਾ ਰਣਜੀਤ ਸਿੰਘ ਦੇ ਫੇਰ ਸਰਦਾਰ ਜੱਸਾ ਸਿੰਘ ਅੱਲੂ ਵਾਲਿਆ ਉਹ ਵੀ ਸਨ ਫੇ ਭਾਈ ਗੁਰਦਿਆਲ ਸਿੰਘ ਜੀ ਜੋ ਡੱਲੇ ਵਾਲਿਆ ਸੀਗਾ ਤੇ ਅੱਗੇ ਭਾਈ ਸੁੱਖਾ ਸਿੰਘ ਜੀ ਜੋ ਮਰਹੀ ਕੰਬੋਕੀ ਸਨ ਕੰਬੋਕ ਦੇ ਸਨ ਜੋ ਕੰਬੋ ਕੰਬੋ ਹਨ ਸੋ ਅਗੇ ਸਰਦਾਰ ਸ਼ਾਮ ਸਿੰਘ ਜੀ ਤੇ ਸਰਦਾਰ ਜਿਹੜੇ ਹਨ ਫਤੇਹ ਸਿੰਘ ਜੀ ਇਹ ਸਾਰੇ ਸਰਦਾਰ ਸਨ ਤੇ ਇਹਨਾਂ ਨੇ ਅਗਵਾਈ ਕੀਤੀ ਤੇ ਉਸ ਵੇਲੇ ਜਦੋਂ ਆਪਸ਼ਨ ਦੇਖਿਆ ਕਿ ਰਿਵਰ ਵਿੱਚ ਜਾਂ ਨਦੀ ਵਿੱਚ ਜਾਣ ਦਾ ਹੈ ਪਰ ਉਸ ਵੇਲੇ ਨਦੀ ਵੀ ਬੜੀ ਚੜੀ ਹੋਈ ਸੀ ਉਸ ਵੇਲੇ ਗੁਰਦਿਆਲ ਸਿੰਘ ਜੀ ਜੋ ਡੱਲੇ ਵਾਲਿਆ ਹਨ ਤੇ ਇਹਨਾਂ ਦੇ ਨਾਲ ਇਹਨਾਂ ਦਾ ਭਰਾ ਸੀ ਹਰਦਿਆਲ ਸਿੰਘ ਦੋਮਾ ਨੇ ਆਪਣੇ ਘੋੜਿਆਂ ਸਮੇਤ ਉਸ ਨਦੀ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਆਪਣੇ ਘੋੜੇ ਸਮੇਤ ਛਾਲ ਮਾਰੀ ਜਿਦੇ ਕਰਕੇ ਉਹ ਰੁੜ ਗਏ ਇਹ ਦੇਖ ਕਰਕੇ ਸਾਰੇ ਜਥੇਦਾਰ ਜਿਹੜੇ ਸਨ ਉਹਨਾਂ ਨੇ ਸਲਾਹ ਕੀਤੀ ਸਿੱਖ ਕਹਿਣ ਲੱਗੇ ਕਹਿੰਦੇ ਸਾਨੂੰ ਲੜ ਕੇ ਮਰਨਾ ਮਨਜ਼ੂਰ ਹੈ ਪਰ ਡੁੱਬ ਕੇ ਮਰਨਾ ਮਨਜ਼ੂਰ ਨਹੀਂ ਕਹਿੰਦੇ ਲੜ ਕੇ ਮਰ ਲਈਏ ਕੋਈ ਗੱਲ ਨਹੀਂ ਪਰ ਇਹ ਪਾਣੀ 'ਚ ਤਾਂ ਡੁੱਬ ਕੇ ਮਰਾਂਗੇ ਤਾਂ ਉਸ ਵੇਲੇ ਇਹ ਸਲਾਹ ਹੋਈ ਜੱਸਾ ਸਿੰਘ ਅਲੂ ਵਾਲਿਆਂ ਨੇ ਉਸ ਵੇਲੇ ਜਿਹੜਾ ਹੈ ਜਿਹੜਾ ਹਣ ਢਾਈ ਫਟ ਹੁੰਦੇ ਹਨ ਢਾਈ ਫੱਟ ਦਾ ਮਤਲਬ ਹੁੰਦਾ ਹੈ ਦੇਖੋ ਚਾਂਸਸ ਨੂੰ ਜਦੋਂ ਮੈਸ਼ਰ ਕੀਤਾ ਜਾਂਦਾ ਹੈ ਕੋਈ ਜਿਹੜਾ ਹਨ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਜਦੋਂ ਦੇਖਿਆ ਜਾਵੇ ਜਾਂ ਕੋਈ ਉਹ ਸਿਚੁਏਸ਼ਨ ਨੂੰ ਮੈਸ਼ਰ ਕੀਤਾ ਜਾਵੇ ਤਾਂ ਉਹਨੂੰ ਫੱਟ ਕਹਿੰਦੇ ਹਨ ਉਸ ਵੇਲੇ ਢਾਈ ਜਿਹੜਾ ਹਨ ਢਾਈ ਫੱਟ ਸਨ ਪਹਿਲਾ ਫੱਟ ਸੀਗਾ ਜਿਹੜਾ ਹੈ ਵੀ ਉਹ ਜਿਹੜਾ ਹਨ ਮੁਗਲਾਂ ਦੇ ਨਾਲ ਨੀਗੋਸ਼ੀਏਸ਼ਨ ਕੀਤਾ ਜਾਵੇ ਤੇ ਨੀਗੋਸ਼ੀਏਟ ਕਰਕੇ ਸਰੈਂਡਰ ਕੀਤਾ ਜਾਵੇ ਇਹ ਪਹਿਲਾ অপਸ਼ਨ ਸੀਗਾ ਦੂਜਾ ਫੱਟ ਜਿਹੜਾ ਸੀਗਾ ਵੀ ਜਿਹੜਾ ਹੈ ਉਹ ਫੱਟ ਐਸਾ ਜਿਹਾ ਵੀ ਪਿੱਛੇ ਨੂੰ ਜਿਹੜਾ ਹਨ ਮੁੜਿਆ ਜਾਵੇ ਪਰ ਇਹ ਵੀ ਜਿਹੜਾ ਹੈ ਮੁੰਨਾ ਵੀ ਕੋਈ ਸੌਖਾ ਨਹੀਂ ਸੀ ਕਿਉਂਕਿ ਦੇਖੋ ਇੱਕ ਨੀਗੋਸ਼ੀਏਸ਼ਨ ਹੋ ਗਿਆ ਇੱਕ ਜਿਹੜਾ ਹਨ ਫੇਰ ਸਰੈਂਡਰ ਦਾ ਹੋ ਗਿਆ ਤੇ ਕਹਿੰਦੇ ਹੁਣ ਇੱਕ ਜਿਹੜਾ ਰਹਿੰਦਾ ਸੀਗਾ ਉਹ ਰਿਟਰੀਟ ਵੀ ਪਿੱਛੇ ਨੂੰ ਹੋ ਜਾ ਹੁਣ ਪਿੱਛੇ ਨੂੰ ਜਦੋਂ ਹੋਏ ਉਹਨਾਂ ਨੇ ਕਿਹੜੇ ਜਾਣ ਦੇਣਾ ਹੈ ਸੋ ਰਿਟਰੀਟ ਦਾ ਮਤਲਬ ਇਹ ਆ ਵੀ ਜਾਨ ਬਚਾ ਕੇ ਭੱਜ ਜਾ ਜਿੱਦਨੂੰ ਰਸਤਾ ਮਿਲ ਲੱਕ ਭੱਜਣ ਦੀ ਕਰੋ ਤਾਂ ਉਸ ਵੇਲੇ ਏ ਜਿਹੜਾ ਹਨ ਭਾਈ ਜੱਸਾ ਸਿੰਘ ਅਲੂ ਵਾਲਿਆਂ ਨੇ ਕਿਹਾ ਕਿ ਡੇਢ ਫੱਟ ਲੈ ਲੋ ਜਿਹੜਾ ਹੈ ਇੱਕ ਜਿਹੜਾ ਹੈ ਪਹਿਲਾ ਫੱਟ ਕੀ ਹੋਵੇਗਾ ਕਹਿੰਦਾ ਭੱਜਣਾ ਕਰੋ ਕਿਉਂਕਿ ਭੱਜਣ ਵਿੱਚ ਫੱਟ ਇੱਕ ਕਿਉਂ ਹੈ ਕਿਉਂਕਿ ਉਹਦੇ ਵਿੱਚ ਦੋ ਹੀ 옵ਜਰਾ ਇੱਕੇ ਆਪਸ਼ਨ ਹੁੰਦਾ ਦੋ ਆਪਸ਼ਨ ਹੁੰਦੇ ਹਨ ਜਾਂ ਇਹ ਮਰਾਂਗੇ ਜਾਂ ਜਿਉਂਦੇ ਰਵਾਂਗੇ ਬਸ ਉਹੀ ਹੈ ਜੇ ਭੱਜ ਕੇ ਬਚ ਕੇ ਤਾਂ ਬਚ ਗਏ ਜਾਂ ਮਰ ਜਾਵਾਂਗੇ ਸੋ ਇੱਕ ਫੱਟ ਜਿਹੜਾ 네ਗੋਸ਼ੀਏਸ਼ਨ ਦਾ ਤੇ ਸਰੈਂਡਰ ਦਾ ਇਹਦਾ ਵੀ ਉਹੀ ਹੈ ਵੀ ਜਾਂ ਤਾਂ 네ਗੋਸ਼ੀਏਸ਼ਨ ਕਰਕੇ ਬਚ ਜਾਵਾਂਗੇ ਜਾਂ ਉਹਨਾਂ ਨੇ ਮਾਰ ਦੇਣਾ ਹੈ ਦੇਸ ਨੱਥਿੰਗ ਨੋ ਥਰਡ ਥਿੰਗ ਉਹਦੇ ਚ ਕੋਈ ਤੀਜੀ ਚੀਜ਼ ਤਾਂ ਹੋਣੀ ਨਹੀਂ ਹੋਰ ਅੱਧਾ ਫਟ ਜਿਹੜਾ ਸੀਗਾ ਲੜਨ ਦਾ ਕਿਉਂਕਿ ਲੜਨ ਦੇ ਵਿੱਚ ਚਾਂਸ ਹੈਗਾ ਕਿ ਮਾਰੇ ਜਾਵਾਂਗੇ ਜਾਂ ਬਚ ਜਾਵਾਂਗੇ ਇਹ 50-50 ਦਾ ਸਵਾਲ ਹੈ ਇਹਦੀ ਕੋਈ ਗਾਰੰਟੀ ਨਹੀਂ ਸੋ ਸਿੱਖਾਂ ਨੇ ਉਸ ਵੇਲੇ ਸਲਾਹ ਕੀਤੀ ਕਿ ਆਪਾਂ ਲੜੀਏ ਲੜਨਾ ਉਹ ਡੇਡ ਫਟ ਕਹਿੰਦੇ ਵੀ ਹੁਣ ਇਹ ਜੰਗ ਆਪਾਂ ਕਰਾਂਗੇ ਲਖਪਤ ਰਾਏ ਦੀ ਜਿਹੜੀ ਹਣ ਫੌਜ ਦੇ ਨਾਲ ਸਾਹਮਣੇ ਖੜ ਕੇ ਲੜਨਾ ਹੈ ਤੇ ਸਿੱਖਾਂ ਨੂੰ ਕਿਹਾ ਕਿ ਜਦੋਂ ਇਹ ਲੜਾਈ ਹੁੰਦੀ ਹੋਵੇਗੀ ਤੁਸੀਂ ਜਿੱਧਰ ਨੂੰ ਭੱਜ ਸਕਦੇ ਹੋ ਭੱਜ ਲੋ ਜਿਹੜਾ ਹੈ ਪਿੱਛੇ ਨੂੰ ਨਹੀਂ ਦੇਖਣਾ ਮੁੜ ਕੇ ਜਿਹੜਾ ਆਪਣਾ ਰਸਤਾ ਬਣਾ ਕੇ ਤੁਸੀਂ ਭਜਣਾ ਹੈ ਐਸਾ ਹੀ ਹੋਇਆ ਕਿ ਸਿੱਖਾਂ ਵਿੱਚ ਉਸ ਵੇਲੇ ਰੋਹ ਬਹੁਤ ਜ਼ਿਆਦਾ ਸੀ ਸਿੱਖਾਂ ਵਿੱਚ ਉਹ ਜਜ਼ਬਾ ਜਿਹੜਾ ਪਿਆਰ ਸੀ ਨਾ ਗੁਰੂ ਵਾਸਤੇ ਉਹ ਬਹੁਤ ਸੀਗਾ ਦੇਖੋ ਇਸ ਸਾਰੀ ਜਿਹੜੀ ਗੱਲ ਦੇ ਪਿੱਛੇ ਕੀ ਹੈ ਸਿੱਖੀ ਨੂੰ ਬਚਾਉਣਾ ਹੈ ਸਿੱਖ ਰਹਿਣਾ ਹੈ ਸਿੱਖ ਹੋ ਕੇ ਮਰਨਾ ਹੈ ਸਿੱਖੀ ਨਹੀਂ ਛੱਡਣੀ ਸੋ ਇਸ ਕਰਕੇ ਜਿਹੜਾ ਹੈ ਸਿੱਖਾਂ ਨੇ ਜਿਹੜਾ ਹੈ ਦੇਖੋ ਮਹਾਰਾਜ ਦਾ ਜਿਹੜਾ ਬਚਨ ਵੀ ਹੈ ਨਾ ਜਿਸ ਪਿਆਰੇ ਸੇ ਉਹ ਨੇਹੋ ਤਿਸ ਅੱਗੇ ਮਰ ਚਲੀਐ ਤਿਰਗ ਜੀਵਨ ਸੰਸਾਰ ਤਾਂ ਕੇ ਪਛੈ ਜੀਵਣਾ ਇਹ ਜਿਹੜਾ ਹਨ ਪਿੱਛੋਂ ਮਹਾਰਾਜ ਨੂੰ ਛੱਡ ਕੇ ਜਿਉਣਾ ਤਾਂ ਤਿਰਗ ਹੈ ਉਸ ਵੇਲੇ ਸਿੱਖਾਂ ਨੇ ਜਿਹੜਾ ਹੈ ਇਹ ਸਲਾਹ ਕਰਕੇ ਹਮਲਾ ਜਿਹੜਾ ਹੈ ਉਹਨਾਂ ਦਾ ਕੀਤਾ ਹੋਇਆ ਹਮਲਾ ਉਹਨਾਂ ਨੂੰ ਜਿਹੜਾ ਹੈ ਸਾਹਮਣਾ ਕੀਤਾ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਫੌਜ ਦਾ ਵੱਡਾ ਜਿਹੜਾ ਸੀ ਲਖਪਤ ਰਾਏ ਦੀ ਫੌਜ ਦਾ ਮਿਰਜ਼ਾ ਹਿੰਮਤ ਬੇਗ ਸੀਗਾ ਤੇ ਉਹਦੇ ਨਾਲ ਸੈਦ ਅਲੀ ਖਾਨ ਸੀਗਾ ਤੇ ਤੀਜਾ ਉਹਨਾਂ ਦੇ ਨਾਲ ਜਸਪਤ ਰਾਏ ਦਾ ਪੁੱਤਰ ਸੀ ਜਿਹੜਾ ਜਸਪਤ ਰਾਏ ਮਾਰਿਆ ਗਿਆ ਇਮਨਾਬਾਦ ਦੇ ਵਿੱਚ ਉਹਦਾ ਪੁੱਤਰ ਵੀ ਨਾਲ ਸੀਗਾ ਜਿਹਦਾ ਨਾਂ ਸੀ ਹਰਪੱਜ ਰਾਏ ਤੇ ਉਹਦੇ ਨਾਲ ਫਿਰ ਨਾਹਰ ਖਾਨ ਤੇ ਫਿਰ ਅੱਗੇ ਕਰਮ ਬਖਸ਼ ਤੋ ਇਹ ਸਾਰੇ ਜਿਹੜੇ ਨਾਲ ਆਏ ਤੇ ਇਹਨਾਂ ਨੇ ਜਿਹੜਾ ਹੈ 10 ਕਿਲੋਮੀਟਰ ਦਾ ਸੀਜ ਲਾਇਆ ਹੋਇਆ ਤੇ ਘੇਰਾ 10 ਕਿਲੋਮੀਟਰ ਦਾ ਘੇਰਾ ਸੀ ਦੇਖੋ ਤੋੜਨਾ ਸੌਖਾ ਹੈ 10 ਕਿਲੋਮੀਟਰ ਹੈ ਸੋ ਸਿੱਖਾਂ ਨੇ ਜਿਹੜਾ ਹੈ 3 ਜੇਠ 1803 ਬਿਕਰਮੀ ਜਾਂ 1746 ਜਿਹੜਾ ਇਸ਼ਵੀ ਦੇ ਸਾਲ ਜਿਹੜਾ ਹੈ ਇਹ ਜਿਹੜਾ ਹੈ ਸਾਰਾ ਇਨਕਾਊਂਟਰ ਹੋਇਆ ਮੁਗਲਾਂ ਦੇ ਨਾਲ ਜਿਹੜਾ ਹੈ ਐਸਾ ਜਿਹੜਾ ਹੈ ਭिड ਹੋਈ ਕਿ ਉਹਦੇ ਵਿੱਚ ਹਰ ਭੱਜ ਰਾਏ ਜੋ ਜਸਪਤ ਰਾਏ ਦਾ ਪੁੱਤਰ ਸੀ ਉਹ ਵੀ ਮਾਰਿਆ ਗਿਆ। ਨਾਹਰ ਖਾਨ ਉਹ ਵੀ ਮਰ ਗਿਆ। ਇਹਨਾਂ ਦੇ ਟੌਪ ਜਨਰਲਸ ਮਾਰੇ ਗਏ। ਕਰਮ ਬਖਸ਼ ਮਾਰਿਆ ਗਿਆ। ਅਸਗਰ ਖਾਨ ਮਾਰਿਆ ਗਿਆ ਤੇ ਹੋਰ ਵੀ ਬੜੇ ਵੱਡੇ ਵੱਡੇ ਮੁਗਲ ਜਿਹੜੇ ਹਨ ਬਹਾਦਰ ਸਨ ਉਹ ਸਾਰੇ ਮਾਰੇ ਗਏ। ਭਾਈ ਸੁੱਖਾ ਸਿੰਘ RAM ਘੜਿਆ ਜਿਹੜਾ ਸੀਗਾ ਨਾ ਕਹਿੰਦੇ ਇਹ ਜਿਹੜਾ ਜੰਗ ਕਰਦਾ ਘੋੜੇ ਤੇ ਬੈਠਾ ਜੰਗ ਕਰ ਰਿਹਾ ਹੈ ਤੇ ਇਹਦੇ ਸਰੀਰ ਦੇ ਉੱਤੇ ਇੰਨੇ ਫੱਟ ਲੱਗੇ ਤੇ ਇਹਦੀ ਜਿਹੜੀ ਹੈ ਲੱਤ ਦੇ ਉੱਤੇ ਖਾਸ ਕਰਕੇ ਗੋਲੀ ਲੱਗੀ। ਦੇਖੋ ਇੰਨੇ ਬਹਾਦਰ ਸਨ ਸਿੱਖ ਜਿਹੜੇ ਸਨ। ਸ਼ਾਮ ਸਿੰਘ ਨੇ ਕੀ ਕੀਤਾ ਆਪਣਾ ਦਸਤਾਰਾ ਖੋਲ੍ਹਿਆ ਤੇ ਆਪਣੀ ਲੱਤ ਨੂੰ ਉਹ ਘੋੜੇ ਦੇ ਛੱਡਲ ਦੇ ਨਾਲ ਬੰਨ੍ਹ ਲਿਆ ਘੁੱਟ ਕੇ। ਤਾਂ ਕਰਕੇ ਜਿਹੜੀ ਲੱਤ ਹਿੱਲੇ ਨਾ ਤੇ ਦੂਜਾ ਲਹੂ ਬੰਦ ਹੋ ਜਾਵੇ। ਲੱਤ ਬੰਨ੍ਹ ਕੇ ਆਪਣੇ ਘੋੜੇ ਦੀ ਕਾਠੀ ਦੇ ਨਾਲ ਫਿਰ ਵੀ ਲੜਦਾ ਰਿਹਾ। ਦੇਖੋ ਇੰਨੇ ਬਹਾਦਰ ਸਨ ਸਿੱਖ ਤੇ ਜਿਹੜੇ ਹਨ ਕਈ ਉਹਨਾਂ ਵਿੱਚੋਂ ਸਿੱਖ ਜਿਹੜੇ ਸਨ ਉਹਨਾਂ ਨੇ ਬਸੋਲੀ ਪਰੋਲ ਕਥੂਆ ਉਧਰ ਨੂੰ ਮਾਊਂਟਨ ਵੱਲ ਉਹਨਾਂ ਨੇ ਭੱਜਣਾ ਕੀਤਾ ਤੇ ਇਹਨਾਂ ਦੀ ਗਿਣਤੀ ਜਿਹੜੀ ਹੈ ਸ਼ਹੀਦਾਂ ਦੀ ਉਸ ਦਿਨ ਉਸ ਪਾਰਟਿਕੂਲਰ ਡੇ ਜਦੋਂ ਇਹ ਭੇਡ ਹੋਈ ਅਮਨੋ ਸਾਹਮਣੇ ਦੀ ਜੋ ਢਾਈ ਫੱਟ ਸਨ ਢਾਈ ਫੱਟ ਜਿਲ ਵੀ ਜਾਂਤਾ ਭੱਜ ਜੋ ਜਾਂ ਜੰਗ ਕਰੋ ਡੇਢ ਫੱਟ ਦੇ ਜਿਹੜਾ ਹਨ ਇਹ ਫੈਸਲੇ ਦੇ ਕਰਕੇ 10000 ਸਿੱਖਾਂ ਨੇ ਸ਼ਹੀਦੀਆਂ ਪਾਈਆਂ 10000 ਸਿੱਖ ਡਾਈਡ ਇਨ ਅ ਸਿੰਗਲ ਡੇ ਉਹਨਾਂ ਨੇ ਉੱਥੇ ਸ਼ਹੀਦیاں ਪਾਈਆਂ ਪਰ ਉਹ ਸ਼ਹੀਦیاں ਕਿੱਥੇ ਕਰਕੇ ਪਾਈਆਂ ਵੀ ਬਾਕੀ ਦੇ ਸਿੱਖ ਭਜ ਸਕਣ ਦੇਖੋ ਆਮ ਦੁਨੀਆਂ ਵਿੱਚ ਦੇਖਿਆ ਜਾਂਦਾ ਹੈ ਲੋਕਾਂ ਤੇ ਮੂਰੇ ਜੇ ਮੌਤ ਹੁੰਦੀ ਆ ਨਾ ਉਹ ਆਪਣੇ ਆਪ ਨੂੰ ਬਚਾਉਂਦੇ ਨੇ ਉਹ ਦੂਜਿਆਂ ਨੂੰ ਫਟਾਉਂਦੇ ਨੇ ਵੀ ਦੂਜੇ ਮਰ ਜਾਣ ਮੈਂ ਬਚ ਜਾਵਾਂ ਪਰ ਸਿੱਖੀ ਦੇਖੋ ਕਿੰਨੀ ਸੁੰਦਰ ਹੈ ਸਿੱਖੀ ਕੀ ਸਿਖਾਉਂਦੀ ਹੈ ਕਿ ਜਿਹੜਾ ਹੈ ਜੋਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਕਹਿੰਦੇ ਸਿੱਖ ਜਿਖੋ ਕੈਸੇ ਹਨ ਦੂਸਰੇ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਆਪਣੀਆਂ ਛਾਤੀਆਂ ਅੱਗੇ ਕਰਦੇ ਸਨ ਵੀ ਮੈਂ ਜਿਹੜਾ ਸ਼ਹੀਦੀ ਪਾਜਾਂ ਮੇਰਾ ਇਹ ਵੀਰ ਛੁੱਟ ਕੇ ਪਾਚਾ ਵੀ ਦੇਖੋ ਇੰਨਾ ਪਿਆਰ ਸੀ ਗੁਰਸਿੱਖਾਂ ਦੇ ਵਿੱਚ ਗੁਰਸਿੱਖ ਆਪਣੇ ਜਾਣ ਤੋਂ ਵੀ ਪਿਆਰੇ ਆਪਣੇ ਜਿਹੜੇ ਹਨ ਗੁਰ ਭਾਈਆਂ ਨੂੰ ਜਾਣਦੇ ਸਨ ਤੇ ਦੇਖੋ ਦੂਸਰਾ ਜਥਾ ਜਿਹੜਾ ਸੀਗਾ ਉਹ ਮਾਊਂਟਨ ਵੱਲ ਭੱਜਿਆ ਉਹ ਜਿਹੜਾ ਹਨ ਪਹਾੜੀ ਇਲਾਕੇ ਵੱਲ ਭੱਜਿਆ ਪਰ ਜਿਹੜਾ ਹੈ ਉਹ ਏਰੀਆ ਵਿੱਚੋਂ ਉੱਥੋਂ ਵੀ ਸਿੱਖ ਜਿਹੜੇ ਹਨ ਕਈ ਜਿਹੜੇ ਕਾਂਗੜ ਚਲੇ ਗਏ ਮੈਂ ਜਿਹੜਾ ਹਨ ਮੰਡੀ ਵੱਲ ਗਏ ਤੇ ਉਤੋਂ ਬੈਠੇ ਉਹ ਪਹਾੜੀ ਰਾਜਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਖ ਪਹਾੜੀ ਚੜ ਰਹੇ ਨੇ ਤੇ ਉਹ ਉੱਤੋਂ ਗੋਲੀਆਂ ਬਜਰੀਆਂ ਨੇ ਥੱਲੋਂ ਜਿਹੜਾ ਹੈ ਲਖਪਤ ਰਾਏ ਦੀ ਫੌਜ ਗੋਲੀਆਂ ਮਾਰ ਰਹੀ ਹੈ ਦੇਖੋ ਪਿੱਛੇ ਵੀ ਗੋਲੀਆਂ ਸਾਹਮਣੇ ਵੀ ਗੋਲੀਆਂ ਹਨ ਤੇ ਉਹ ਪਹਾੜੀ ਇਲਾਕਾ ਉੱਥੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਕਈ ਜਿਹੜਾ ਕੁੱਲੂ ਕੁੱਲੂ ਵੱਲ ਚਲੇ ਗਏ ਉਹ ਤਾਂ ਬਚ ਕੇ ਕਈ ਪਰ ਦੇਖੋ ਕਈ ਬਚ ਕੇ ਉਥੇ ਪਹੁੰਚ ਵੀ ਗਏ ਕਈ ਰਸਤੇ ਵਿੱਚ ਮਾਰੇ ਗਏ ਪਰ ਇੱਥੇ ਵੀ ਗੱਲ ਮੁੱਕਦੀ ਨਹੀਂ ਦੇਖੋ ਉੱਥੇ ਪਹੁੰਚ ਵੀ ਗਏ ਜਿਹੜੇ ਬਚ ਗਏ ਗੁਰਸਿੱਖ ਉਸ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜਿੱਥੇ ਹਿੰਦੂ ਰਾਜਿਆਂ ਦਾ ਰਾਜ ਸੀਗਾ ਉਹਨਾਂ ਨੇ 3000 ਸਿੱਖ ਪਕੜਿਆ ਉਹਨਾਂ ਵਿੱਚੋਂ ਇਹ ਸਿੱਖ ਸਨ ਜਿਹੇ ਕਨੂਵਾਲ ਤੋਂ ਆਏ ਸਨ ਤੇ ਬਾਕੀ ਜਿਹੜੇ ਉਹਨਾਂ ਦੇ ਸ਼ਹਿਰ ਵਿੱਚ ਰਹਿਣ ਵਾਲੇ ਸਨ ਸਿੱਖ ਚੁਣ-ਚੁਣ ਕੇ ਉਹਨਾਂ ਨੇ ਕੱਢੇ ਕੱਢ ਕੇ 3000 ਸਿੱਖਾਂ ਨੂੰ ਲਖਪਤ ਭਰਾਏ ਦੇ ਹਵਾਲੇ ਕੀਤਾ ਵੀ ਇਹ ਸਿੱਖਾਂ ਨੂੰ ਫੜ ਲੋ ਲੈ ਜੋ ਮਾਰ ਦੋ ਇਹਨਾਂ ਨੂੰ ਦੇਖੋ ਐਸਾ ਜਿਹੜਾ ਹੈ ਭੈੜਾ ਸਮਾਂ ਉਸ ਵੇਲੇ ਵਰਤਿਆ ਤੇ 2000 ਸਿੱਖ ਜਿਹੜੇ ਸਨ ਜਿਨ੍ਹਾਂ ਨੇ ਅੰਮੋ ਸਾਹਮਣੇ ਲੜਾਈ ਕੀਤੀ ਤੇ 2000 ਸਿੱਖ ਬਚ ਕਰਕੇ ਸਮੇਤ ਨਵਾਬ ਕਪੂਰ ਸਿੰਘ ਜੀ ਸਰਦਾਰ ਚਹਤ ਸਿੰਘ ਜੀ ਚਰਤ ਸਿੰਘ ਜੀ ਸਰਦਾਰ ਜੱਸਾ ਸਿੰਘ ਅੱਲੂ ਵਾਲਿਆ ਤੇ ਜਿਹੜਾ ਹੈ ਅੱਗੇ ਸੁੱਖਾ ਸਿੰਘ ਜੀ ਜੇ ਜਿਹੜਾ ਸ਼ਾਮ ਸਿੰਘ ਫਤਿਹ ਸਿੰਘ ਸਿੱਖਾਂ ਦੀ ਅਗਵਾਈ ਕਰਦੇ ਹੋਏ ਉੱਥੋਂ ਜਿਹੜਾ ਹੈ ਇਹਨਾਂ ਨੇ ਸ੍ਰੀ ਹਰਗੋਬਿੰਦਪੁਰ ਨੂੰ ਜਾਣਾ ਕੀਤਾ ਫਿਰ ਇਹ ਹਰਗੋਬਿੰਦਪੁਰ ਜਿਹੜਾ 28 ਕਿਲੋਮੀਟਰ ਦੂਰ ਹੈ ਉਸ ਥਾਂ ਤੋਂ 28 ਕਿਲੋਮੀਟਰ ਦੇ ਵਾਕ ਵਾਈਲ ਜਿਹੜਾ ਹੈ ਉਹ ਐਨਕਾਊਂਟਰ ਕਰਦੇ ਹੋਏ ਵਾਈਲ ਫਾਈਟਿੰਗ ਵਿਦ ਮੁਗल्स ਉਹ ਭੱਜੇ ਉਥੋਂ 28 ਕਿਲੋਮੀਟਰ ਜਾ ਕੇ ਤੇ ਉਥੇ ਜਦੋਂ ਪਹੁੰਚੇ ਗੁਰੂ ਅਰਜਨ ਦੇਵ ਜੀ ਹਰਗੋਬਿੰਦ ਪੂਰੇ ਉਥੇ ਨਦੀ ਆ ਗਈ ਨਦੀ ਨੂੰ ਕਰਾਸ ਕਰਨ ਵਾਸਤੇ ਉਹ ਮਲਾ ਜਿਹੜੇ ਬੋਟ ਬੈਠੇ ਸਨ ਨਾ ਉਹਨਾਂ ਨੇ ਕੀ ਕੀਤਾ ਆਪਣੇ ਬੋਟ ਪਾਸੇ ਕਰ ਲਏ ਵੀ ਇਹਨਾਂ ਨੂੰ ਜਿਹੜਾ ਹੈ ਨਾ ਬਿਠਾਇਆ ਜਾਵੇ ਬਿਆਸਾ ਨਦੀ ਨੂੰ ਪਾਰ ਕਰਨ ਵਾਸਤੇ ਉਹ ਬੋਟ ਪਾਸੇ ਕਰ ਲਏ ਉਹਨਾਂ ਨੇ ਤੇ ਉਸ ਵੇਲੇ ਸਿੱਖਾਂ ਨੇ ਜਿਹੜਾ ਹੈ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਨੇ ਅਰਦਾਸ ਕੀਤੀ ਕਹਿੰਦੇ ਪਾਤਸ਼ਾਹ ਕੀ ਹੋਇਆ ਜੇ ਇਹ ਜੜੀਆਂ ਹਨ ਫੋੜੀਆਂ ਜੜੀਆਂ ਹਨ ਇਹ ਬੋਟ ਇਹ ਦੂਰ ਕਰ ਦਿੰਦੇ ਨੇ ਪਾਤਸ਼ਾਹ ਤੂੰ ਦੀਨ ਦੁਨੀ ਦਾ ਮਾਲਕ ਹੈ ਤੂੰ ਤਾਂ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ ਪਾਤਸ਼ਾਹ ਅੱਜ ਇਹ ਨਦੀ ਤੋਂ ਸਾਨੂੰ ਤਾਰ ਦੇ ਸਿੱਖਾਂ ਨੇ ਅਰਦਾਸ ਕਰਕੇ ਆਪਣੇ ਘੋੜੇ ਸਮੇਤ ਵਿਆਸਾ ਨੂੰ ਪਾਰ ਕੀਤਾ ਤੇ ਗੁਰੂ ਮਹਾਰਾਜ ਦੀ ਇੰਨੀ ਰਹਿਮਤ ਹੋਈ ਸਾਰੇ ਸਿੱਖ ਪਾਰ ਹੋ ਗਏ ਗੁਰੂ ਮਾਰ ਨੇ ਅੰਗ ਸੰ社ਤਾ ਕੀਤੀ ਤੇ ਦੇਖੋ ਇਹੀ ਜਿਹੜਾ ਹੈ ਥਾਂ ਉਸ ਵੇਲੇ ਇੰਨਾ ਗਰਮ ਸੀਗਾ ਕਿਉਂਕਿ ਜੇੜ ਦਾ ਮਹੀਨਾ ਸੀਗਾ ਪੂਰੀ ਧੁੱਪ ਸੀ ਉਹ ਸਾਰਾ ਇਲਾਕਾ ਜਿਹੜਾ ਸੀਗਾ ਨਾ ਜਦੋਂ ਦੇ ਉਹਨਾਂ ਨੇ ਕਨੂਆ ਤੋਂ ਛੱਡ ਕੇ ਹਰਗਵਿੰਦਪੁਰ ਨੂੰ ਆਏ ਤੇ ਗਾਂ ਦੇ ਇਲਾਕੇ ਵਿੱਚ ਆਏ ਸਿੱਖਾਂ ਦੇ ਵਿਚਾਰਿਆਂ ਦੇ ਪੈਰਾਂ ਵਿੱਚੋਂ ਜੁੱਤੀਆਂ ਵੀ ਨਹੀਂ ਸਨ ਛਾਲੇ ਪੈ ਗਏ ਸਨ ਕਿਉਂਕਿ ਉਹ ਰੇਤਾ ਜਿਹੜਾ ਤਪ ਰਿਹਾ ਸੀਗਾ ਤੇ ਖੜ੍ਹ ਨਹੀਂ ਸਕਦੇ ਸਨ ਕਿਤੇ ਤੇ ਆਪਣੇ ਉਹਨਾਂ ਨੇ ਕੀ ਕੀਤੇ ਆਪਣੇ ਚੋਲੇ ਖੋਲ ਕੇ ਆਪਣੇ ਪੈਰਾਂ ਵਿੱਚ ਬੰਨ ਲਏ ਤਾਂ ਕਰਕੇ ਪੈਰਾਂ ਨੂੰ ਹੋਰ ਦੁੱਖ ਨਾ ਹੋਵੇ ਤੇ ਤੁਰਨਾ ਵੀ ਛੱਤੇ ਤੁਰਨਾ ਪੈਣਾ ਭੱਜਣਾ ਪੈਣਾ ਹੈ। ਸ਼ਾਲੇ ਪਿਆਹ ਹੋયા ਵੀ ਸਿੱਖ ਭੱਜਦੇ ਸਨ। ਸਿੱਖਾਂ ਦਾ ਜਿਹੜਾ ਹੈ ਇੰਨਾ ਜਿਹੜਾ ਹੈ ਉਹਨਾਂ ਨੇ ਕਠਿਨਾਈਆਂ ਉਹਨਾਂ ਨੇ ਕੀ ਕੀਤੀਆਂ ਉਹਨਾਂ ਨੇ ਇੰਨੀਆਂ ਕਠਿਨਾਈਆਂ ਆਪਣੇ ਸੀਨੇ ਤੇ ਲਈਆਂ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ ਭੁੱਖ ਲੱਗੀ ਹੈ ਕੋਈ ਖਾਣਾ ਦੇਣ ਨੂੰ ਤਿਆਰ ਨਹੀਂ ਕਿਉਂਕਿ ਸਾਰਾ ਮੁਲਖੇ ਸਿੱਖਾਂ ਦਾ ਦੁਸ਼ਮਣ ਹੈ। ਜਿਹਦੇ ਕੋਲ ਵੀ ਜਾਓ ਉਹੀ ਜਿਹੜਾ ਹੈ ਸਿੱਖਾਂ ਦੇ ਸਿਰ ਵੱਢ ਕੇ 50 ਰੁਪਏ ਲੰਦਾ ਸੀਗਾ ਹਕੂਮਤਾਂ ਤੋਂ ਉਸ ਵੇਲੇ ਜਿਹੜਾ ਹੈ ਇਹ ਜਿਹੜੇ ਗੁਰਸਿੱਖ ਜਿਹੜੇ ਸਨ ਇਹਨਾਂ ਨੂੰ ਜਦੋਂ ਭੁੱਖ ਲੱਗਦੀ ਸੀ ਇਹ ਕੀ ਕਰਦੇ ਸਨ ਆਪਣੀਆਂ ਢਾਲਾਂ ਨੂੰ ਲੈ ਕੇ ਨਾ ਉਹਨਾਂ ਨੂੰ ਤੱਤੇ ਰੇਤੇ ਤੇ ਗਰਮ ਕਰ ਲੈਂਦੇ ਸਨ ਤੇ ਉਹ ਢਾਲ ਨੂੰ ਉਹ ਸ਼ੀਲ ਨੂੰ ਜਿਹੜਾ ਹੈ ਤਵਾ ਬਣਾ ਕੇ ਉਹਦੇ ਉੱਤੇ ਰੋਟੀਆਂ ਪਕਾ ਕੇ ਖਾਂਦੇ ਸਨ ਦੇਖੋ ਐਸਾ ਵੀ ਸਿੱਖਾਂ ਨੇ ਸਰਵਾਈਵ ਕੀਤਾ ਤਾਂ ਉਸ ਵੇਲੇ ਜਦੋਂ ਸਿੱਖ ਮੀਰਾ ਕੋਟ ਪਹੁੰਚਦੇ ਹਨਾ ਉੱਥੇ ਦੋ ਜਿਹੜੇ ਹਨ ਭਰਾ ਸਨ ਕਿ ਜਿਹੜਾ ਹਨ ਦੀਜਾ ਖਾਨ ਤੇ ਇਜਾ ਖਾਨ ਇਹ ਦੋ ਜਿਹੜੇ ਹਨ ਇਹ ਦੋਬੇ ਤੇ ਆਲਮਪੁਰ ਦੇ ਜਿਹੜੇ ਹਨ ਵੱਡੇ ਸਨ ਤੇ ਇਹ ਵੀ ਜਿਹੜੇ ਹਨ ਲਖਪਤ ਰਾਏ ਜਾਂ ਜਿਹੜਾ ਹਨ ਲਾਹੌਰ ਦੇ ਸੂਬੇ ਨਾਲ ਮਿਲ ਕੇ ਇਹ ਵੀ ਸਿੱਖਾਂ ਨੂੰ ਮਾਰਨਾ ਚਾਹੁੰਦੇ ਸਨ ਇਹਨਾਂ ਨੇ ਹਮਲਾ ਕੀਤਾ ਸਿੱਖਾਂ ਨੇ ਹਮਲਾ ਕਰ ਦਿਆ ਇਹ ਦੋਨਾਂ ਨੂੰ ਮਾਰ ਦਿੱਤਾ ਤੇ ਅੱਗੇ ਸਿੱਖ ਜਿਹੜੇ ਹਨ ਚਲੇ ਗਏ ਤੇ ਇਹ ਸਿੱਖ ਜਿਹੜੇ ਹਨ ਹੁਣ ਸਾਹਮਣੇ ਨਦੀ ਆਉਂਦੀ ਆ ਸਤਲੁਜ ਦੀ ਤੇ ਸਤਲੁਜ ਦੀ ਨਦੀ ਨੂੰ ਇਹ ਕ੍ਰੋਸ ਕਰਕੇ ਮਾਲਵੇ ਵਿੱਚ ਪਹੁੰਚਦੇ ਹਨ ਸਿੱਖ ਤੇ ਇੱਥੇ ਜਿਹੜਾ ਹੈ ਸਿੱਖਾਂ ਨੇ ਫੇਰ ਜਿਹੜਾ ਹੈ ਆਪਣੇ ਦੇ ਆਪਣ ਜਿਹੜਾ ਹਨ ਸਲਾਹ ਕੀਤੀ ਵੀ ਇੱਕ ਥਾਂ ਤੇ ਨਾ ਪਰਈਏ ਆਪਾਂ ਅਡ ਅਡ ਹੋ ਜਾਈਏ ਤਾਂ ਕਰਕੇ ਜੇ ਕੋਈ ਗੱਲਬਾਤ ਹੋਏਗੀ ਤਾਂ ਆਪਾਂ ਇਕੱਠੇ ਹੋ ਜਾਵਾਂਗੇ ਸੋ ਹਰੀ ਸਿੰਘ ਜਿਹੜੇ ਹਨ ਉਹ ਦਿਆਲਪੁਰ ਰਹਿ ਪਏ ਜੱਸਾ ਸਿੰਘ ਅਲੂ ਵਾਲਿਆ ਜਿਹੜਾ ਕਪੂਰ ਥਲੇ ਵਿੱਚ ਰਹਿ ਪਿਆ ਤੇ ਜਿਹੜਾ ਅੱਗੇ ਭਾਈ ਨੌਦ ਸਿੰਘ ਜਿਹੜਾ ਹਨ ਸ਼ੁਕਰ ਚੱਕਿਆ ਦਾ ਜਿਹੜਾ ਹੈ ਲੀਡਰ ਸੀਗਾ ਉਹ ਜਿਹਨਾਂ ਪੱਥੇ ਰਾਲਾ ਉੱਥੇ ਰਹਿ ਪਿਆ ਤੇ ਅੱਗੇ ਜਿਹੜਾ ਹੈ ਸ਼ਹੀਦ ਭਾਈ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਲੱਖੀ ਜੰਗਲ ਨੂੰ ਜਾਣਾ ਕੀਤਾ ਸੋ ਇਸ ਤਰ੍ਹਾਂ ਸਿੱਖ ਅਡ ਅਡ ਹੋ ਗਏ ਹੁਣ ਦੇਖੋ ਇਹ ਜਿਹੜਾ ਲਖਪਤ ਰਾਏ ਹੈ ਇਹਨੂੰ ਹਰ ਜੇ ਵੀ ਚੈਨ ਨਾ ਆਇਆ ਇੰਨੇ ਸਿੱਖ ਇਹਨੇ ਸ਼ਹੀਦ ਕਰ ਦਿੱਤੇ 3000 ਤਾਂ ਪਹਾੜੀ ਇਲਾਕਿਆਂ ਤੋਂ ਆ ਗਿਆ 10000 ਕੰਨੂਵਾਲ ਵਿੱਚ ਇਹਨੇ ਸ਼ਹੀਦ ਕੀਤਾ ਤੇ ਕਿੰਨੇ ਹੋਰ ਵੀ ਜਿਹੜੇ ਹਨ ਲਾਹੌਰ ਦੇ ਬੈਠੇ ਸਿੱਖਾਂ ਨੂੰ ਫੜ ਫੜ ਕੇ ਇਹਨੇ ਮਾਰਿਆ ਕੋਲ ਬਲੱਡਲੀ ਮਾਰਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਤੇ ਅੱਗੇ ਇੱਥੋਂ ਵੀ ਇਹਨੂੰ ਸ਼ਾਂਤੀ ਨਾ ਆਈ 50 ਰੁਪਏ ਦਾ ਜਿਹੜਾ ਹੈ ਬੌਨਟੀ ਇਹਨੇ ਫੇਰ ਐਲਾਨ ਕੀਤਾ ਕਹਿੰਦਾ ਲੱਭੂ ਸਿੱਖਾਂ ਦੇ ਸਿਰ ਜਿਹੜਾ ਸਿੱਖ ਦਾ ਸਿਰ ਲੈ ਕੇ ਆਏਗਾ ਮ 50 ਰੁਪਏ ਦਿੱਤੇ ਜਾਣਗੇ ਉਸ ਵੇਲੇ ਦੇ 50 ਰੁਪਏ ਬਹੁਤ ਵੱਡੇ ਹੁੰਦੇ ਸਨ ਤੇ ਲਖਪਤ ਰਾਏ ਨੇ ਜਿਹੜਾ ਹੈ ਕੋਈ ਕਸਰ ਨਾ ਛੱਡੀ ਕਹਿੰਦੇ ਸਿੱਖਾਂ ਨੂੰ ਜਿਹੜਾ ਛੱਡਣਾ ਕੋਈ ਨਹੀਂ ਹੈਗਾ ਤਾਂ ਜਿਹੜੇ 3000 ਸਿੱਖ ਫੜਾ ਜਿਹੜੇ ਫੜੇ ਹੋਏ ਸਨ ਉਹ ਜਦੋਂ ਆਏ ਲਾਹੌਰ ਤੇ ਜਿਹੜਾ ਹਨ ਇਹੀ ਜਿਹੜਾ ਹੈ ਉਹੀ ਇੱਕ ਥਾਂ ਹੈ ਜਿਹੜਾ ਅੱਜ ਨਾਲ ਹੈ ਨਖਾਸ ਚੌਂਕ ਜਾਂ ਅੱਜਕੱਲ ਸ਼ਹੀਦ ਗੰਝ ਉਹਨੂੰ ਕਿਹਾ ਜਾਂਦਾ ਹੈ ਜੋ ਲਾਹੌਰ ਦੇ ਵਿੱਚ ਹੈ ਪਾਕਿਸਤਾਨ ਦੇ ਵਿੱਚ ਤੇ ਇਹ ਨਖਾਸ ਚੌਂਕ ਦੇ ਵਿੱਚ ਉਹ ਸਿੱਖਾਂ ਨੂੰ 3000 ਸਿੱਖਾਂ ਨੂੰ ਜਿਹੜਾ ਹੈ ਉੱਥੇ ਇੱਕ ਇੱਕ ਕਰਕੇ ਸ਼ਹੀਦ ਕੀਤਾ ਗਿਆ ਇੱਕ ਇੱਕ ਦਾ ਸਰ ਵੱਢ ਕੇ ਛੱਡਾ ਦਿੱਤਾ ਗਿਆ ਕਹਿੰਦੇ ਇੰਨੇ ਸਿੱਖਾਂ ਦੇ ਸਰੀਰ ਇਮੇਜਿਨ 30000 ਵਾਸ ਕਿਲਡ ਇਨ 1 ਡੇ ਕੀ ਹੋਇਆ ਜੀ ਉੱਥੇ ਇੱਕ ਪਿਰਾਮਿਡ ਲੱਗੀ ਜੀ ਸਿਰਾਂ ਦੀ ਹਿੱਟਸ ਸਿੱਖ ਸਿੱਖਾਂ ਦੇ ਸਿਰਾਂ ਦੀ ਇੱਕ ਪਿਰਾਮਿਡ ਲੱਗੀ ਬੋਡੀਜ਼ ਜਿਹੜੇ ਸਨ ਉਹਨਾਂ ਨੇ ਜਰ ਚੂਨਾ ਮੰਡੀ ਵੱਲ ਭੇਜੇ ਵੀ ਇਹਨਾਂ ਦਾ ਸੰਭਾਲੋ ਲੋਕਾਂ ਨੂੰ ਡਰਾਉਣ ਵਾਸਤੇ ਬਹੁਤ ਕੁਝ ਕੀਤਾ ਦੇਖੋ ਇਹ ਜਿਹੜਾ ਛੋਟਾ ਘੱਲੂ ਘਰਾ ਐਸਾ ਘੱਲੂ ਘਰਾ ਹੈ ਜਿਹਦੇ ਵਿੱਚੋਂ ਸਿੱਖ ਪੰਥ ਨੂੰ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਹਾਇਤਾ ਕਰਕੇ ਬਚਾਇਆ ਹੈ ਨਹੀਂ ਤਾਂ ਕੋਈ ਸਿੱਖ ਬਚਣਾ ਨਹੀਂ ਸੀ ਅੱਜ ਦੇਖੋ ਕਿੰਨਾ ਵੱਡਾ ਕਹਿਰ ਵਰਤਾਇਆ ਕੋਈ ਵੀ ਐਂਗਲ ਉਹਨਾਂ ਨੇ ਛੱਡਿਆ ਨਹੀਂਗਾ ਲਖਪਤ ਰਾਏ ਨੇ ਆਪਣਾ ਪੂਰਾ ਜੋਰ ਲਾਇਆ ਇਸ ਸਾਰਾ ਹੀ ਛੋਟਾ ਘੱਲੂ ਘਰਾ ਜਿਹੜਾ ਹੋਇਆ ਫੇਰ ਆਪਾਂ ਦੁਰਾਲੀਏ ਕੰਨੂਵਾਲ ਦੇ ਵਿੱਚ 10000 ਸਿੱਖ ਸ਼ਹੀਦ ਹੁੰਦਾ ਹੈ ਜਿਹੜਾ ਕਿ ਲਖਪਤ ਰਾਏ ਨੇ ਲਾਹੌਰ ਵਿੱਚੋਂ ਪਕੜਿਆ ਉਹਦੀ ਗਿਣਤੀ 1000 ਆਉਂਦੀ ਹੈ ਤੇ ਫੇਰ ਜੰਮੂ ਦੇ ਵਿੱਚ ਜਾ ਕਰਕੇ ਲਖਪਤ ਰਾਏ ਨੇ 2000 ਸਿੱਖਾਂ ਨੂੰ ਉੱਥੇ ਮਾਰਿਆ ਤੇ ਫੇਰ ਅੱਗੇ ਜਾ ਕੇ 3000 ਜਿਹੜੇ ਪਹਾੜੀ ਰਾਜਿਆਂ ਨੇ ਫੜਾਏ ਸਨ ਉਹ ਸਿੱਖ ਵਾਪਸ ਨਕਾਸਕੌਂ ਚੌਂਕ ਵਿੱਚ ਮਾਰੇ ਗਏ ਹੁਣ ਇਹਨਾਂ ਦੀ ਗਿਣਤੀ ਜਿਹੜੀ ਹੈ ਜਿਵੇਂ ਰਤਨ ਸਿੰਘ ਭੰਗੂ ਨੇ ਦੱਸਿਆ ਹੈ ਨਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਉਹ ਕਹਿੰਦਾ 30000 ਟੂ 40000 ਸਿਕ ਵਾਸ ਕਿਲ ਵਿਥਿਨ 3 ਮੰਥਸ ਚੇਤੂ ਤੋਂ ਲੈ ਕੇ ਜੇਠ ਤੱਕ ਇੰਤਰੀ ਮੰਥਸ 32 40000 ਸਿਕ ਵਾਸ ਕਿਲ ਇੰਨੇ ਸਿਕ ਇਹਨਾਂ ਨੇ ਮਾਰਨਾ ਕੀਤੇ ਜੇ ਆਪਾਂ ਹਿਸਾਬ ਕਰੀਏ ਨਾ ਦੇਖੋ ਇਹ ਜਿਹੜਾ ਹੈ 3 ਜਿਹੜਾ ਹਨ 30000 ਤੋਂ 40000 ਦਾ ਹੀ ਲੈ ਲਓ ਅੱਜ ਦੇ ਸਮੇਂ ਵਿੱਚ ਜੇ ਉਹ ਨਾ ਉਹ ਪਰਿਵਾਰ ਹੁੰਦੇ ਅੱਜ ਤੇ ਸਿੱਖਾਂ ਦੀ ਗਿਣਤੀ ਜੇ ਇੱਕ ਜਿਹੜਾ ਹਨ ਪਰਿਵਾਰ ਦੇ ਦੋ ਬੱਚੇ ਵੀ ਹੁੰਦੇ ਨਾ ਹਾਫ ਮਿਲੀਅਨ ਗਿਣਤੀ ਸੀ ਸਿੱਖਾਂ ਦੀ ਇਕੁਇਲੈਂਟ ਟੂ ਟੁਡੇਜ਼ ਟਾਈਮ ਦੇਖੋ ਕਿੱਡਾ ਵੱਡਾ ਇਹਨਾਂ ਨੇ ਕਹਿਰ ਮਚਾਇਆ ਗੁਰੂ ਮਹਾਰਾਜ ਨੇ ਦੇਖੋ ਸਿੱਖਾਂ ਨੇ ਆਪਣੀਆਂ ਜਾਨਾਂ ਨਹੀਂ ਬਚਾਈਆਂ ਆਪਣੀਆਂ ਜਾਇਦਾਦ ਨਹੀਂ ਬਚਾਈਏ ਆਪਣੇ ਘਰ ਨਹੀਂ ਬਚਾਏ ਆਪਣੀ ਪੋਜੀਸ਼ਨਸ ਨਹੀਂ ਬਚਾਏ ਆਪਣੇ ਜਿਹੜੇ ਹਨ ਰੈਂਕ ਉਹ ਨਹੀਂ ਬਚਾਏ ਸਿੱਖਾਂ ਨੇ ਕੇਵਲ ਤੇ ਕੇਵਲ ਸਿੱਖੀ ਬਚਾਈ ਹੈ Sikhi is the most precious Jira asset for the humankind. Because Sikhi is the only han Dharma which has given so much of sacrifice to survive within the time, the most difficult times of the world. ਦੇ ਦੇ ਜਿਹੜਾ ਟਾਇਰੈਂਟ ਜਿਹੜੇ ਹਨ ਅੱਲਾ ਲਕਪਤ ਰਾਏ ਵਰਗੇ ਕਿੰਨੇ ਆਏ ਕਿੰਨਿਆਂ ਨੇ ਕਿੰਨੇ ਮਾਰੇ ਪਰ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਫੇਰ ਵੀ ਰਹੀ ਮਹਾਰਾਜ ਕਹਿੰਦੇ ਦੇਖੋ ਸਿੱਖਾਂ ਨੂੰ ਗੁਰੂ ਨਾਲ ਕਿੰਨਾ ਪਿਆਰ ਹੈ ਮਹਾਰਾਜ ਕਹਿੰਦੇ ਮੇਰੇ ਸਤਿਗੁਰਾ ਹੋਂ ਤਉਦ ਵਿਟੋ ਕੁਰਬਾਨ ਮੈਂ ਤੇਤੋਂ ਕੁਰਬਾਨ ਜਾਂਦਾ ਹੈ ਮੇਰੇ ਗੁਰੂ ਸਾਹਿਬ ਜੀ ਤੇਰੇ ਦਰਸ਼ਨ ਕੋ ਬਲਹਾਰਨ ਤੂੰ ਦਿੱਤਾ ਅੰਮ੍ਰਿਤ ਨਾਮ ਰਹਾ ਤੂੰ ਇਸਨ ਅੰਮ੍ਰਿਤ ਨਾਮ ਸਾਨੂੰ ਦਿੱਤਾ ਹੈ ਤੇ ਕਹਿੰਦੇ ਵੀ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਖੁਸ਼ਕਿਸਮਤ ਸਮਝਦੇ ਹਾਂ ਕਿ ਤੁਹਾਡੇ ਜਿਹੜੇ ਚਰਣਾ ਵਿੱਚ ਸਾਡਾ ਜਿਹੜਾ ਹੈ ਜੀਵਨ ਸਫਲ ਹੋ ਗਿਆ ਸਿੱਖਾਂ ਨੇ ਜਿਹੜਾ ਹੈ ਐਸਾ ਜਿਹੜਾ ਹੈ ਕੁਰਬਾਨੀਆਂ ਦਿੱਤੀਆਂ ਤੇ ਦੇਖੋ 2 ਸਾਲਾਂ ਦੇ ਵਿੱਚ ਵਿੱਚ ਉਸ ਤੋਂ ਬਾਅਦ ਜਿਹੜਾ ਹੈ ਇਹ ਸਾਰਾ ਪੰਜਾਬ ਦੇ ਵਿੱਚ ਪੂਰਾ ਹੀ ਮਾਹੌਲ ਜਿਹੜਾ ਹੈ ਬਦਲ ਗਿਆ ਦੇਖੋ ਪ੍ਰਮਾਤਮਾ ਆਪਣਾ ਜਿਹੜਾ ਹੈ ਆਪ ਵਰਤਦਾ ਹੈ ਕੀ ਹੋਇਆ ਉਸ ਵੇਲੇ ਯাহিয়া ਖਾਨ ਤੇ ਸ਼ਾਹ ਨਵਾਜ਼ ਦੇ ਵਿੱਚ ਆਪਸ ਵਿੱਚ ਲੜਾਈ ਪੈ ਗਈ ਕੀ ਹੁੰਦਾ ਹੈ ਮਾਰਚ 1747 ਦੇ ਵਿੱਚ ਸ਼ਾਹ ਨਵਾਜ਼ ਨੇ ਕੀ ਕੀਤਾ ਯাহিয়া ਖਾਨ ਨੂੰ ਪਕੜ ਕਰਕੇ ਉਹਨੇ ਜੇਲ੍ਹ ਵਿੱਚ ਬੰਦ ਕਰਤਾ ਆਪਣੇ ਭਰਾ ਨੂੰ ਜੇਲ੍ਹ ਵਿੱਚ ਬੰਦ ਕਰ ਦੱਤਾ ਤੇ ਫਿਰ ਵੀ ਲਖਪਤ ਰਾਏ ਨੂੰ ਆਪਣੇ ਕੋਲ دیਵਾਨੇ ਰੱਖਿਆ ਉਸਨੇ ਤਾਂ ਉਸ ਵੇਲੇ ਜਿਹੜਾ ਸ਼ਾਹ ਨਵਾਜ਼ ਨੂੰ ਰੈਕਗਨੀਸ਼ਨ ਨਹੀਂ ਮਿਲਦਾ ਸੀਗਾ ਮੁਹੰਮਦ ਸ਼ਾਹ ਤੋਂ ਦਿੱਲੀ ਤੋਂ ਤਾਂ ਉਹਨੇ ਜਿਹੜਾ ਹੈ ਕੀ ਕੀਤਾ ਫੌਜ ਕਰਨ ਵਾਸਤੇ ਉਹਨੇ ਅਬਦਾਲੀ ਨੂੰ ਜਾ ਕੇ ਦੱਸਿਆ ਅਬਦਾਲੀ ਨੂੰ ਕਹਿੰਦਾ ਤੂੰ ਆ ਜਾ ਦੇਖੋ ਜਦੋਂ ਨਾਦਰ ਸ਼ਾਹ ਆਇਆ ਸੀ ਨਾ ਹਿੰਦੁਸਤਾਨ 1738 ਦੇ ਵਿੱਚ ਇਦਾਂ ਸਿੱਪਰ ਸਲਾਹ ਸੀਗਾ ਅਬਦਾਲੀ ਅਬਦਾਲੀ ਉਹਦੀ ਫੌਜ ਦੇ ਵਿੱਚ ਸੀਗਾ ਹੁਣ ਅਬਦਾਲੀ ਜਿਹੜਾ ਲੀਡ ਬਣ ਗਿਆ ਉਹ ਜਿਹੜਾ ਵੱਡਾ ਬਣ ਗਿਆ ਅਬਦਾਲੀ ਸੋ ਅਬਦਾਲੀ ਨੂੰ ਇਹ ਚਿੱਠੀ ਲਿਖੀ ਕਿ ਤੂੰ ਮੇਰਾ ਸਾਥ ਦੇ ਤਾਂ ਜਦੋਂ ਇਹਨੇ ਉਹ ਅਬਦਾਲੀ ਨੂੰ ਸੱਦਣਾ ਕੀਤਾ ਇਹ ਖਬਰ ਜਿਹੜੀ ਮੁਹੰਮਦ ਸ਼ਾਹ ਦਿੱਲੀ ਤੱਕ ਪਹੁੰਚ ਗਈ ਮੁਹੰਮਦ ਸ਼ਾਹ ਦਿੱਲੀ ਕਹਿੰਦਾ ਵੀ ਜੇ ਅਬਦਾਲੀ ਆ ਗਿਆ ਤਾਂ ਮੈਂ ਵੀ ਮਾਰਿਆ ਜਾਵਾਂਗਾ ਕਿਉਂਕਿ ਉਹ ਦਿਨ ਨਹੀਂ ਉਹਨਾਂ ਨੂੰ ਪੁੱਲੇ ਸਨ ਜਦੋਂ ਨਾਦਰ ਸ਼ਾਹ ਆਇਆ ਸੀਗਾ 30000 ਬੰਦਿਆਂ ਨੂੰ ਮਾਰ ਕੇ ਲੁੱਟਮਾਰ ਕਰਕੇ ਲੈ ਕੇ ਗਿਆ ਸੀਗਾ ਤਾਂ ਇਹ ਕਹਿੰਦਾ ਵੀ ਐਸਾ ਨਾ ਹੋ ਜਾਵੇ ਇਹਨੇ ਕੀ ਕੀਤਾ ਉਸੇ ਵੇਲੇ ਸ਼ਾਹ ਨਵਾਜ਼ ਨੂੰ ਰੈਕਗਨਾਈਜ਼ ਕਰ ਲਿਆ ਕਿ ਤੈਨੂੰ ਜਿਹੜਾ ਲਾਹੌਰ ਦਾ ਸ਼ੁਭਾ ਬਣਾ ਦਿੱਤਾ ਗਵਰਨਰ ਬਣਾ ਦਿੱਤਾ ਪਰ ਉਹ ਜਿਆ ਟੂ ਲੇਟ ਹੋ ਗਿਆ ਸੀ ਕੀ ਹੋਇਆ ਉਸ ਵੇਲੇ ਅਬਦਾਲੀ ਦਾ ਇੱਕ ਮੈਸੇਂਜਰ ਆਇਆ ਸ਼ਾਹਨਵਾਜ਼ ਕੋਲ ਸ਼ਾਹਨਵਾਜ਼ ਨੇ ਉਹ ਜਿਹੜਾ ਮੈਸੇਂਜਰ ਦੇ ਮੂੰਹ 'ਚ ਲੈਕ ਪਾ ਕੇ ਉਹਨੂੰ ਮਾਰ ਦਿੱਤਾ ਵੀ ਇਹ ਖਬਰ ਵਾਪਸ ਅਬਦਾਲੀ ਕੋਲ ਨਾ ਜਾਵੇ ਤੇ ਅਬਦਾਲੀ ਨੂੰ ਕਿਵੇਂ ਨਾ ਕਿਵੇਂ ਉਹ ਗੱਲ ਦਾ ਪਤਾ ਲੱਗਿਆ ਉਹ ਫਿਰ ਵੀ ਆ ਗਿਆ ਸੋ ਅਬਦਾਲੀ ਜਿਹੜਾ ਹੈ ਜਿਹੜਾ ਹੈ 12 ਜਨਵਰੀ 1748 ਦੇ ਵਿੱਚ ਅਬਦਾਲੀ ਪੂਰੀ ਆਪਣੀ ਫੌਜ ਲੈ ਕੇ ਸ਼ਾਹ ਨਿਵਾਜ਼ ਦੇ ਕੋਲ ਉਹਨੇ ਆਉਣਾ ਕੀਤਾ ਤੇ ਸ਼ਾਹ ਨਿਵਾਜ਼ ਡਰ ਕੇ ਦਿੱਲੀ ਨੂੰ ਭੱਜ ਗਿਆ ਉਹਨੇ ਲਾਹੌਰ ਖਾਲੀ ਕਰਕੇ ਭੱਜ ਗਿਆ ਦਿੱਲੀ ਨੂੰ ਯਹਯਾ ਖਾਨ ਹਜੇ ਵੀ ਜੇਲ੍ਹ ਦੇ ਵਿੱਚ ਸੀਗਾ ਤੇ ਉੱਥੇ ਹੀ ਜਿਹੜਾ ਹੈ ਯਹਯਾ ਖਾਨ ਦੀ ਮੌਤ ਹੁੰਦੀ ਹੈ ਤੇ ਦਿਵਾਨ ਲਖਪਤ ਰਾਏ ਜਿਹੜਾ ਸੀਗਾ ਇਹਨੇ ਵੀ ਭਜਣਾ ਕੀਤਾ ਪਰ ਇਹਨੇ ਕੀ ਕੀਤਾ ਇਹਨੇ ਹੁਸ਼ਿਆਰੀ ਖੇਡੀ ਜਦੋਂ ਅਬਦਾਲੀ ਲਾਹੌਰ ਆਇਆ ਉਹਨੂੰ ਖਾਲੀ ਸ਼ੀਟ ਮਿਲ ਗਈ ਉਹ ਬਹਿ ਗਿਆ ਜੀ ਗਵਰਨਰ ਜਿਹੜਾ ਹੈ ਉਸਨੇ ਆਪਣਾ ਬੰਦਾ ਬਣਾ ਦਿੱਤਾ ਤੇ ਜਿਹੜਾ ਹਾਂ ਜਿਹਦਾ ਨਾਂ ਸੀ ਜ਼ਿਲ੍ਹਾ ਖਾਨ ਜ਼ਿਲ੍ਹਾ ਖਾਨ ਨੂੰ ਬਣਾ ਦਿੱਤਾ ਤੇ ਉਹਦਾ ਅਸਿਸਟੈਂਟ ਮੋਮਿਨ ਖਾਨ ਤੇ ਜ਼ਿਲ੍ਹਾ ਖਾਨ ਬਣ ਗਿਆ ਗਵਰਨਰ ਜਿਹੜਾ ਹਾਂ ਲਾਹੌਰ ਦਾ ਜਿਹੜਾ ਹਾਂ 1948 ਦੇ ਵਿੱਚ ਮੋਮਿਨ ਖਾਨ ਉਹਦਾ ਬਣ ਗਿਆ ਅਸਿਸਟੈਂਟ ਤੇ ਦਿਵਾਨ ਫੇਰ ਵੀ ਲਖਪਤ ਰਾਇ ਰਿਹਾ ਦੇਖੋ ਨੇ ਚੇਂਜ ਕੈਂਪ ਕਰ ਲਿਆ ਜਿਹੜੇ ਉਹ ਜਿਹੜਾ ਹਨ ਜਿਹੜਾ ਇਰਾਨੀਅਨ ਦੇ ਨਾਲ ਰਲ ਗਿਆ ਤੇ ਇਹਨੇ ਯਹਯਾ ਖਾਨ ਤੇ ਮੁਗਲਾਂ ਦੇ ਨਾਲ ਵੀ ਗਦਾਰੀ ਕੀਤੀ ਕੀ ਹੁੰਦਾ ਹੈ ਉਸ ਵੇਲੇ ਫੇਰ ਪਾਸਾ ਪਲਟਦਾ ਹੈ ਮੀਰ ਮੰਨੂ ਜਿਹੜਾ ਸੀ ਮੁਗਲਾਂ ਦਾ ਉਹਨੇ ਆ ਕੇ ਅਬਦਾਲੀ ਨੂੰ ਹਰਾ ਦਿੱਤਾ ਲਾਹੌਰ ਤੋਂ ਉਹਨੂੰ ਕੱਢ ਦਿੱਤਾ ਤੇ ਜਦੋਂ ਉਹਨੂੰ ਕੱਢਿਆ ਉਹਨੇ ਲਖਪਤ ਰਾਏ ਨੂੰ ਚੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਜੇਲ੍ਹ ਵਿੱਚ ਬੰਦ ਸੀਗਾ ਤੇ ਮੀਰ ਮੰਨੂ ਨੇ ਜਿਹੜਾ ਹਨ ਕੋੜਾ ਮਲ ਨੂੰ ਆਪਣਾ ਦੀਵਾਨ ਬਣਾਇਆ ਤੇ ਕੋੜਾ ਮਲ ਨੂੰ ਆਪਣਾ ਦੀਵਾਨ ਬਣਾਇਆ ਤੇ ਕੋੜਾ ਮਲ ਨੇ ਜਦੋਂ ਦੇਖਿਆ ਲਖਪਤ ਰਾਏ ਹੁਣ ਲਖਪਤ ਰਾਏ ਦੀ ਜਿਹੜੀ ਬੇਲ ਸੀਗੀ ਉਹ ਰੱਖੀ ਸੀ 100000 ਰੁਪੀਸ ਉਸ ਸਮੇ ਦਾ 1 ਲੱਖ ਰੁਪਏ ਉਹਦੀ ਬੇਲ ਸੀਗੀ ਜਿਹੜੀ ਹਨ ਇਹ ਲਖਪਤ ਰਾਏ ਦੀ ਤੇ ਕੋੜਾ ਮਲ ਨੇ ਕੀ ਕੀਤਾ ਸਿੱਖਾਂ ਨਾਲ ਸਲਾਹ ਕਰਕੇ ਨਾ ਉਹਨਾਂ ਨੇ ਲਖਪਤ ਰਾਏ ਦੀ ਜਿਹੜੀ ਬੇਲ ਸੀਗੀ 100000 ਉਹ ਜਿਹੜੀ ਹਨ ਫੜਾਈ ਹੱਥ ਮੀਰ ਮੰਨੂ ਦੇ ਹੱਥ ਫੜਾ ਦਿੱਤੀ ਕਹਿੰਦੇ ਫੜ ਇਹ ਤੇ ਛੱਡ ਲਖਪਤ ਰਾਏ ਨੂੰ ਉਹਨਾਂ ਨੇ ਲਖਪਤ ਰਾਏ ਨੂੰ ਛਡਾ ਕੇ ਕੌੜਾ ਮਲ ਨੇ ਆਪਣੇ ਪੱਲੋਂ ਪੈਸਾ ਕੱਢਿਆ 100000 ਜਿਹੜਾ ਹੈ ਕੌੜਾ ਮਲ ਨੇ ਆਪਣੇ ਕੋਲੋਂ ਦਿੱਤਾ ਲਖਪਤ ਰਾਏ ਨੂੰ ਛਡਾ ਕੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਸਿੱਖਾਂ ਨੇ ਲਖਪਤ ਰਾਏ ਨੂੰ 6 ਮਹੀਨਿਆਂ ਵਾਸਤੇ ਆਪਣੇ ਕੋਲ ਰੱਖਿਆ ਤੇ ਉਹਨੂੰ ਤਸੀਹੇ ਦੇ ਦੇ ਕੇ ਜਿਹੜਾ ਹੌਲੀ-ਹੌਲੀ ਉਹਨੂੰ ਮਾਰਿਆ ਕਿਉਂਕਿ ਕਿੰਨੇ ਉਹਨੇ ਪਾਪ ਕੀਤੇ ਸਨ ਸਿੱਖ ਜਿਹੜੇ ਹਨ ਹਰ ਇੱਕ ਜ਼ੁਲਮ ਹਰ ਇੱਕ ਦੁੱਖ ਨੂੰ ਹਰ ਇੱਕ ਪੀੜਾ ਨੂੰ ਬਰਦਾਸ਼ਤ ਕਰ ਸਕਦੇ ਨੇ ਪਰ ਸਿੱਖ ਆਪਣੇ ਗੁਰੂ ਦੀ ਬੇਅਦਬੀ ਨੂੰ ਕਿਤੇ ਨਹੀਂ ਜਿਹੜੇ ਹਨ ਬਰਦਾਸ਼ਤ ਕਰਦੇ ਕਿਉਂਕਿ ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਸੀ ਇਨੇ ਰੂਪਾਂ ਦਾ ਜਿਹੜਾ ਹੈ ਬਹੁਤ ਇੰਨੀ ਬੇਅਦਬੀ ਕੀਤੀ ਕਿ ਪੈਰਾਂ ਵਿੱਚ ਛੜਦਾ ਸੀਗਾ ਕਿਤੇ ਜਿਹੜਾ ਸੰਸਕਾਰ ਕਰਦਾ ਸੀ ਕਿਤੇ ਖੂਹ ਵਿੱਚ ਛੜਦਾ ਸੀ ਕਹਿੰਦੇ ਇਹਨੇ ਜਿਹੜਾ ਹੈ ਆਪਣੇ ਮੂੰਹ ਤੋਂ ਨਿੰਦਿਆ ਕੀਤੀ ਦਸਾਂ ਗੁਰੂ ਪਾਤਸ਼ਾਹਾਂ ਦੀ ਇਹ ਸਿੱਖ ਜਿਹੜੇ ਐਸੇ ਹੁੰਦੇ ਹਨ ਆਪਣੀ ਗੁਰੂ ਦੀ ਨਿੰਦਿਆ ਨਹੀਂ ਕਿਤੇ ਵੀ ਸੁਣਦੇ ਆਪਣੀ ਗੁਰੂ ਦੀ ਨਿੰਦਿਆ ਜੇ ਕੋਈ ਕਰੇ ਤਾਂ ਆਪ ਖੜ ਕੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦੇ ਨੇ ਆਪਣੀਆਂ ਜਾਨਾਂ ਵਾਰ ਦਿੰਦੇ ਨੇ ਤੇ ਐਸਾ ਜਿਹੜਾ ਹੈ ਇਹ ਜਿਹੜਾ ਲਖਪਤ ਰਾਜ ਦਾ ਬਹੁਤ ਬੁਰਾ ਹਾਲ ਹੋ ਕੇ ਇਹ ਮਰਿਆ ਸ਼ੇ ਮੀਨੇ ਇਹ ਤਰਫ ਦਾ ਰਹਾ ਤੇ ਦੇਖੋ ਐਸਾ ਜਿਹੜਾ ਕੌੜਾ ਮਲ ਹੈ ਨਾ ਇਹ ਜਿਹੜਾ ਭਾਈ ਵੀਰ ਸਿੰਘ ਜੀ ਜਿਹੜੇ ਹੋਏ ਨਾ ਇਹ ਉਹਨਾਂ ਦੇ ਵੱਡੇ ਵੱਡੇ ਰੇ ਸਨ ਤੇ ਸਿੱਖ ਇਹਨਾਂ ਨੂੰ ਮਿੱਠਾ ਮਲ ਕਰਕੇ ਕਹਿੰਦੇ ਸਨ ਵੀ ਇਹ ਮਿੱਠਾ ਮਲ ਹੈ ਕੌੜਾ ਮਲ ਨਹੀਂ ਹੈ ਸੋ ਐਸਾ ਜਿਹੜਾ ਇਹ ਵਾਤਾਵਰਣ ਬਣਿਆ ਲਾਹੌਰ ਦਾ ਹੁਣ ਪਾਸਾ ਪਲਟ ਗਿਆ ਮੀਰ ਮੰਨੂ ਜਿਹੜਾ ਸੀ ਠੀਕ ਰਿਹਾ ਸਿੱਖਾਂ ਦੇ ਨਾਲ ਜਦੋਂ ਤੱਕ ਜਿਹੜਾ ਹਣ ਜਿਹੜਾ ਕੌੜਾ ਮਲ ਰਿਹਾ ਜਦੋਂ ਕੋਡਾ ਮੱਲ ਜਿਹੜਾ ਹੈ ਆਪਣੇ ਸਮੇਂ ਦੇ ਨਾਲ ਜਦੋਂ ਇਹ ਕੋਈ ਜੰਗ ਵਿੱਚ ਜਾ ਕੇ ਇਹਨੇ ਸ਼ਹੀਦੀ ਪਾਲੀ ਤੇ ਉਸ ਤੋਂ ਬਾਅਦ ਮੀਆਂ ਮੀਰ ਹੁਣ ਇੱਕ ਨਵਾਂ ਐਪੀਸੋਡ ਸ਼ੁਰੂ ਕਰੇਗਾ ਸਿੱਖਾਂ ਨੂੰ ਮਾਰਨ ਦਾ ਤੇ ਹੁਣ ਆਪਾਂ ਸਮਰਾਈਜ਼ ਕਰੀਏ ਦੇਖੋ ਲਖਪਤ ਰਾਏ ਜਿਹੜਾ ਹੈ ਮਾਰਿਆ ਗਿਆ 6 ਮਹੀਨੇ ਇਹਨੂੰ ਸਿੱਖਾਂ ਨੇ ਆਪਣੇ ਕੋਲ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਇਹਦੀ ਕੀਤੀ ਦੀ ਸਜ਼ਾ ਦਿੱਤੀ ਤੇ ਆਪਣਾ ਹੱਕ ਲਿਆ ਖਾਲਸੇ ਨੇ ਯਹੀਆ ਖਾਨ ਮਾਚ 14 ਜਾਂ 1747 ਜਿਹੜਾ ਹੈ ਉਹ ਜੇਲ੍ਹ ਵਿੱਚ ਪਾਇਆ ਗਿਆ ਤੇ ਉੱਥੇ ਮਰਿਆ ਯਹੀਆ ਖਾਨ ਤੇ ਫੇਰ ਸ਼ਾਹ ਨਵਾਜ਼ ਜਿਹੜਾ ਸੀਗਾ ਇਹ ਭਾਈ ਭੀਮ ਸਿੰਘ ਜੋ 1809 ਬਿਕਰਮੀ 1809 ਬਿਕਰਮੀ ਜਾਂ ਜਿਹੜਾ ਹਨ 1752 ਜਿਹੜਾ ਹਨ ਈਸਵੀ ਸਾਹ 1752 ਕਹਿੰਦੇ ਇਹ ਜਿਹੜਾ ਹੈ ਭਾਈ ਭੀਮ ਸਿੰਘ ਨੇ ਮਾਰਿਆ ਤੇ ਇਹਦਾ ਜਿਹੜਾ ਸਰ ਸੀਗਾ ਜਿਹੜਾ ਨਾ ਆਪਣੇ ਜਿਹੜਾ ਇਹਨੇ ਆਪਣੇ ਸਪੀਓਥਰਕਿਆ ਤੇ ਇਹਨੂੰ ਜਿਹੜਾ ਹੈ ਇਹ ਵੀ ਜਿਹੜਾ ਹੈ ਸ਼ਾਹ ਨਵਾਜ਼ ਵੀ ਕਿਵੇਂ ਹੱਥ ਆਇਆ ਉਹ ਵੀ ਜਿਹੜਾ ਕੌੜਾ ਮੱਲ ਜੀ ਨੇ ਇਹਦੀ ਸਹਿਤਾ ਕੀਤੀ ਸਿੱਖਾਂ ਦੇ ਤੇ ਸਿੱਖਾਂ ਨਾਲ ਰਲ ਕੇ ਇਹਨੂੰ ਜਿਹੜਾ ਹੈ ਸ਼ਾਹ ਨਵਾਜ਼ ਤੋਂ ਵੀ ਆਪਣਾ ਹੱਕ ਲਿਆ ਦੇਖੋ ਹੁਣ ਇਹ ਜਿਹੜੀ ਹੈ ਸਾਰਾ ਇਤਿਹਾਸ ਸਿੱਖਾਂ ਦਾ ਦੇਖੋ ਇੱਕੋ ਇੱਕ ਗੱਲ ਆਪਾਂ ਨੂੰ ਸਮਝ ਪੈਂਦੀ ਹੈ ਕਿ ਸਿੱਖ ਜਿਹੜੇ ਹਨ ਆਪਣੀ ਸਿੱਖੀ ਨੂੰ ਹੀ ਬਚਾਉਂਦੇ ਰਹੇ ਹਨ ਕਿਉਂ ਬਚਾਈ ਸਿੱਖੀ ਸਿੱਖੀ ਬਚਾਈਆ ਆਪਣੇ ਵਾਸਤੇ ਆਪਾਂ ਜੋ ਅੱਜ ਸਿੱਖ ਹਾਂ ਗੁਰੂ ਮਹਾਰਾਜ ਦੇ ਜਿਹੜਾ ਹਨ ਇਹ ਜਿਹੜਾ ਹਨ ਮਹਾਰਾਜ ਆ ਬਖਸ਼ਸ਼ਾਂ ਦੇ ਪਾਤਰ ਬਣਨ ਵਾਸਤੇ ਵੀ ਆਪਾਂ ਸਿੱਖੀ ਕਮਾ ਕੇ ਆਪਣੇ ਆਪ ਨੂੰ ਮੁਕਤ ਕਰ ਸਕੀਏ ਅੱਜ ਆਪਾਂ ਆਪਣੇ ਆਪ ਨੂੰ ਲਿਬਰੇਟ ਕਰ ਸਕੀਏ ਆਪਾਂ ਗੁਰੂ ਮਹਾਰਾਜ ਦੇ ਪਿਆਰੇ ਬਣੀਏ ਆਪਣੇ ਵਾਸਤੇ ਸ਼ਹੀਦੀਆਂ ਪਾਈਆਂ ਇਹ ਕਿਤੇ ਨਾ ਕਿਹੋ ਕਿ ਸਿੱਖਾਂ ਨੇ ਕੁਝ ਕਮਾਇਆ ਹੈ ਦੇਖੋ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਸਮੇਂ ਵੀ ਕੀਤੀਆਂ ਬ੍ਰਿਟਿਸ਼ ਰਾਜ ਵਿੱਚ ਵੀ ਕੀਤੀਆਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਵੀ ਕੀਤੀਆਂ ਪਰ ਸਿੱਖਾਂ ਨੇ ਕੀ ਦੇ ਰਾਜ ਮੰਗਿਆ ਕਿਸ ਕਿਤੇ ਮਾਰਿਆ ਸਿੱਖਾਂ ਨੇ ਕੁਝ ਮੰਗਿਆ ਨਹੀਂ ਸਿੱਖਾਂ ਸਿਰਫ ਇੱਕੋ ਗੱਲ ਮੰਗਦੇ ਹੁੰਦੇ ਸਨ ਵੀ ਸਾਡੀ ਸਿੱਖੀ ਰਹਿ ਜਾਵੇ ਸਾਡੀ ਸਿੱਖੀ ਕਮਾਉਣ ਦਾ ਹੱਕ ਸਾਨੂੰ ਦਿੱਤਾ ਜਾਵੇ ਸਾਨੂੰ ਗੁਰੂ ਦੇ ਸਿੱਖ ਬਨਣ ਦਾ ਵਿੱਚ ਕੋਈ ਬੰਦਸ਼ ਨਾ ਲਾਈ ਜਾਵੇ ਤੇ ਦੇਖੋ ਅੱਜ ਆਪਾਂ ਕੀ ਕਰ ਰਹੇ ਹਾਂ ਇੰਨੀਆਂ ਜਿਹੜੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ 3 ਮਹੀਨਿਆਂ ਦੇ ਵਿੱਚ 30 ਤੋਂ 40000 ਸ਼ਹੀਦ ਹੋਏ ਸਿਰਫ ਇੱਕ ਕੱਲੂ ਘਾਰਾ ਛੋਟੇ ਕੱਲੂ ਘਾਰੇ ਵਿੱਚ ਤੇ ਅੱਜ ਆਪਾਂ ਆਪਣੀ ਸਿੱਖੀ ਨੂੰ ਸੜਕਾਂ ਤੇ ਰੋਲ ਰਹੇ ਹਾਂ ਅੱਜ ਆਪਾਂ ਸਿੱਖੀ ਨੂੰ ਗੁਆ ਰਹੇ ਹਾਂ ਅੱਜ ਆਪਾਂ ਸਿੱਖੀ ਦੀ ਨਿੰਦਿਆ ਕਰ ਰਹੇ ਹਾਂ ਪਰ ਇੱਕ ਸਿੱਖੋ ਕਿਤੇ ਗੱਲ ਨਾ ਭੁੱਲਿਓ ਸਿੱਖੀ ਤੋਂ ਬਿਨਾਂ ਸਿੱਖ ਕੁਝ ਵੀ ਨਹੀਂ ਹੈ ਤੇ ਜ਼ਿੰਦਗੀ ਦੇ ਵਿੱਚ ਅਗਰ ਜੇ ਕੁਝ ਹੈ ਆਪਣੇ ਵੱਲ ਦਾ ਕੁਝ ਕਮਾਉਣ ਵਾਸਤੇ ਹੈ ਤਾਂ ਇਹੀ ਸਿੱਖੀ ਹੈ ਤੇ ਇਸੇ ਤਰ੍ਹਾਂ ਜਿਹੜਾ ਕਾਨੂੰ ਆਣ ਜਿਹੜਾ ਹੈ ਉਹ ਜਿੱਥੇ ਇਹ ਜੰਗਲ ਦੇ ਵਿੱਚ 10000 ਸਿੱਖ ਸ਼ਹੀਦ ਹੋਇਆ ਜਿੱਥੇ ਬਹੁਤ ਸਾਰੇ ਸਿੱਖ ਰਿਆ ਕਰਦੇ ਸਨ ਉੱਥੇ ਇੱਕ ਗੁਰਦੁਆਰਾ ਬਣਿਆ ਇਹ ਗੁਰਦੁਆਰੇ ਦੀ ਸਾਖੀ ਜਿਹੜੀ ਹਨ ਉੱਥੇ ਲੋਕਲ ਬੰਦੇ ਜਾਂ ਗ੍ਰੰਥੀ ਸਿੰਘ ਦੱਸਦੇ ਹਨ ਕਹਿੰਦੇ ਜਦੋਂ ਸਿੱਖਾਂ ਨੇ ਇਹ ਕਾਨੂੰ ਆਣ ਜਿਹੜਾ ਹੈ ਥਾਂ ਦਾ ਕਬਜ਼ਾ ਕਰਕੇ ਉਹਨਾਂ ਨੇ ਗੁਰਦੁਆਰਾ ਬਣਾਉਣਾ ਚਾਹਿਆ ਤੇ ਸਿੱਖਾਂ ਨੇ ਉਹ ਲੈਂਡ ਵੀ ਖਰੀਦੀ ਖਰੀਦ ਕੇ ਉਹ ਲੈਂਡ ਜਿਹੜੀ ਹੈ ਕਹਿੰਦੇ ਇੱਥੇ ਗੁਰਦੁਆਰਾ ਬਣਾਉਣਾ ਸਿੱਖਾਂ ਸ਼ਹੀਦਾਂ ਦੀ ਯਾਦ ਵਿੱਚ ਤਾਂ ਕੀ ਹੁੰਦਾ ਸੀਗਾ ਸਿੱਖਾਂ ਨੇ ਉੱਥੇ ਗੁਰਦੁਆਰਾ ਬਣਾਉਣ ਲੱਗਿਆਂ ਉਸ ਵੇਲੇ ਜਿਹੜੇ ਉਹ ਆਲੇ ਦੁਆਲੇ ਲੋਕ ਜਿਹੜੇ ਸਨ ਉਥੇ ਮੁਸਲਮਾਨ ਸਨ ਉਹ ਮੁਸਲਮਾਨ ਲੋਕ ਜਿਹੜੇ ਸਨ ਉਹ ਨਹੀਂ ਚਾਹੁੰਦੇ ਸਨ ਇੱਥੇ ਗੁਰਦੁਆਰਾ ਬਣੇ ਤਾਂ ਕੀ ਕਰਦੇ ਸਨ ਉਹਨਾਂ ਨੇ ਜਿਹੜਾ ਹਨ ਰਤ ਜਿਹੜਾ ਹਨ ਸਵੇਰੇ ਉਹਨਾਂ ਨੇ ਮਦਰਾਸਾ ਬਣਾ ਦੇਣਾ ਕਿਉਂਕਿ ਦੇਖੋ ਮਸਜਿਦ ਹੋਈ ਮਦਰਾਸਾ ਹੋਇਆ ਮੰਦਿਰ ਹੋਇਆ ਤੇ ਇਹ ਜਿਹੜਾ ਹਨ ਲੋਕੀ ਇਹਨਾਂ ਨੂੰ ਹੱਥ ਨਹੀਂ ਲਾਉਂਦੇ ਵੀ ਜਦੋਂ ਕੋਈ ਮਦਰਾਸਾ ਬਣ ਜੇ ਕੌਣ ਹੱਥ ਲਾਉਂਦਾ ਹੈ ਵੀ ਇਹ ਵੀ ਜਿਹੜਾ ਹੈ ਪਰਮੇਸ਼ਰ ਦੇ ਘਰ ਹੈ ਇਹ ਵੀ ਜਿਹੜਾ ਹਨ ਇੱਕ ਵਸ਼ੀਪ ਪਲੇਸ ਹੈ ਨਹੀਂ ਛੇੜਦੇ ਪਰ ਦੇਖੋ ਇਹਨਾਂ ਨੇ ਜਾਨ ਬੁਝ ਕੇ ਉਹ ਥਾਂ ਜਿਹੜਾ ਸੀਗਾ ਨਾ ਜਿੱਥੇ ਸਿੱਖਾਂ ਦੇ ਸੰਸਕਾਰ ਹੋਏ ਸਨ ਉਹ ਪਾਰਟिकुलर ਜਗਾ ਸੀ ਜਿੱਥੇ ਕਾਨੂੰ ਅਣ ਜੰਗਲ ਦੇ ਵਿੱਚ ਜਿੱਥੇ ਸਿੱਖਾਂ ਦੇ ਸੰਸਕਾਰ ਕੀਤੇ ਸਨ ਉਹ ਥਾਂ ਤੇ ਜਦੋਂ ਗੁਰਦੁਆਰਾ ਬਣਾਉਣ ਲੱਗਿਆਂ ਇਹਨਾਂ ਨੇ ਕੀ ਕਰਨਾ ਆਪਣਾ ਮਦਰਾਸਾ ਬਣਾਤਾ ਛਤੀ ਕਰਕੇ ਮਦਰਾਸਾ ਬਣਾ ਕੇ ਉੱਥੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਪਰ ਕੀ ਕਰਦੇ ਸਨ ਨਾ ਮਦਰਾਸਾ ਇੱਕ ਦਿਨ ਚ ਤਾਂ ਬਣ ਜਾਂਦਾ ਹੈ ਤੋ ਇਹਨਾਂ ਨੇ ਬਣਾਉਣਾ ਤੇ ਰਾਤ ਜਦੋਂ ਆਉਣੀ ਉਹ ਮਦਰਸਾ ਟਹਿ ਜਾਂਦਾ ਸੀ ਦੂਜੇ ਦਿਨ ਮੁਸਲਮਾਨਾਂ ਨੇ ਫੇਰ ਬਣਾ ਦੇਣਾ ਆਪਣਾ ਮਦਰਸਾ ਤੇ ਫੇਰ ਜਿਹੜਾ ਰਾਤ ਪੈਣੀ ਜਦੋਂ ਸਵੇਰ ਹੁੰਦੀ ਦੇਖਿਓ ਫੇਰ ਉਹ ਟਹਿ ਜਾਂਦਾ ਸੀਗਾ ਇਸ ਤਰ੍ਹਾਂ ਹੀ ਕਿ ਕਈ ਵਾਰ ਇਹਨਾਂ ਨੇ ਆਪਣਾ ਮਦਰਸਾ ਬਣਾਇਆ ਕਈ ਵਾਰੀ ਇਹ ਟੁੱਟਿਆ ਅਖੀਰਕਾਰ ਜਿਹੜਾ ਹੈ ਉਹਨਾਂ ਨੇ ਜਿਹੜਾ ਹੈ ਇਹ ਜ਼ਮੀਨ ਸਿੱਖਾਂ ਨੂੰ ਦੇ ਦਿੱਤੀ ਵੀ ਭਾਈ ਤੁਸੀਂ ਆਪਣਾ ਬਣਾ ਲਓ ਦੇਖੋ ਉੱਥੇ ਪੈਰਾ ਸੀਗਾ ਗੁਰਸਿੱਖਾਂ ਦਾ ਗੁਰੂ ਦਾ ਕਿਉਂਕਿ ਗੁਰੂ ਚਾਹੁੰਦਾ ਸੀ ਮੇਰੇ ਸਿੱਖਾਂ ਨੇ ਇੰਨੀਆਂ ਸ਼ਹੀਦੀਆਂ ਮੇਰੇ ਵਾਸਤੇ ਪਾਈਆਂ ਤਾਂ ਗੁਰੂ ਵੀ ਖਿਆਲ ਰੱਖਦਾ ਹੈ ਨਾ ਇਹ ਕਿਦੇ ਨਾ ਭੁੱਲਣਾ ਕਿ ਗੁਰੂ ਆਪਣੇ ਸਿੱਖਾਂ ਦੀ ਸ਼ਹਿਤਾ ਨਹੀਂ ਕਰਦਾ ਗੁਰੂ ਪੈਰ ਪੈਰ ਤੇ ਕਰਦਾ ਹੈ ਜਿਹੜਾ ਹਨ ਇਹ ਦੁਨੀਆਂ ਦੇ ਵਿੱਚ ਜਿੰਨੇ ਵੀ ਜਰਵਾਨੇ ਹੋਏ ਨੇ ਜਿੰਨੇ ਐਮਪਾਇਰ ਹੋਏ ਨੇ ਉਹਨਾਂ ਨੇ ਸੇਮ ਤੇ ਮਾਇਆ ਕਮਾਈ ਹੈ ਪਰ ਸਿੱਖਾਂ ਨੇ ਸਿੱਖੀ ਕਮਾਈ ਹੈ ਤੇ ਸਿਰਫ ਸਿੱਖੀ ਹੀ ਸਿੱਖੀ ਕਮਾਈ ਹੈ ਜਿਹੜੀ ਦੋ ਦੁਨੀਆਂ ਵਿੱਚ ਆਪਾਨੂੰ ਮੁਕਤੀ ਦੇਣ ਵਾਲੀ ਹੈ ਤਾਂ ਇਹ ਸਿੱਖੀ ਹੀ ਸਭ ਤੋਂ ਵੱਡਮੁੱਲੀ ਹੈ ਇਹ ਇਹਨੀਆਂ ਬੇਨਤੀ ਪ੍ਰਵਾਨ ਕਰਨੇ ਤੇ ਆਪਣੇ ਹਿਰਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਉਹਨਾਂ ਦੀ ਸਿੱਖੀ ਇਹ ਕਿਦੇ ਵੀ ਆਪਣੇ ਮਨ ਵਿੱਚ ਛੋੜਨਾ ਪਲਾਉਣੀ ਕਿਉਂਕਿ ਇਹ ਤੋਂ ਵੱਧ ਕੁਝ ਵੀ ਨਹੀਂ ਹੈ ਤੇ ਇਹੀ ਬੇਨਤੀ ਹੈ ਕਿ ਅੰਮ੍ਰਿਤ ਛਕੋ ਅੰਮ੍ਰਿਤ ਛਕ ਕੇ ਖਾਲਸਾ ਸਜੋ ਤੇ ਗੁਰੂ ਦੀ ਦਿੱਤੀ ਹੋਈ ਰਹਿਤ ਕਮਾਉਣੀ ਕਰੋ ਗੁਰਬਾਣੀ ਪੜੋ ਨਿਤਨੇਮ ਕਰੋ ਇਹੀ ਜੀਵਨ ਦਾ ਲਾਹਾ ਹੈ ਇਨਯੋ ਬੇਨਤੀ ਕਰਦਿਆਂ ਹੋਇਆਂ ਖਿਮਾ ਦੇ ਜਾਚਕ ਹਾਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ